ਇੱਕ ਪਾਸੇ ਦੱਦਾ ਹੂਣ ਵਾਲਾ ਹੈ, ਦੂਜੇ ਪਾਸੇ ਨੌਜਵਾਨ ਕਹਿੰਦੇ ਵੀ ਦੋਧਰ ਵਾਲਾ ਕਰਦਾ ਕੋਸ਼ਿਸ਼। ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ, ਬੂਟਾ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਇੱਧਰਲੇ ਬੰਨੇ ਵੇਖਦੇ ਵੀ ਦੋਧਰ ਪਿੰਡ ਦਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਬੂਟਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਚਾਰ ਜਾਫੀ ਨੇ ਦੇਖਦੇ ਵੀ ਇਸ ਸਮੇਂ ਦੱਦਾ ਹੁਰ ਪਿੰਡ ਕਹਿੰਦੇ ਵੀ ਮੰਨੂ ਵਰਗਿਆਂ ਦਾ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ। ਇੱਧਰਲੇ ਬੰਨੇ ਪੂਰੀ ਕੀਤੀ ਹੋਈ ਕੋਸ਼ਿਸ਼ ਹੈ ਨੌਜਵਾਨ ਖਿਡਾਰੀ ਦੀ, ਪਰ ਪੁਆਇੰਟ ਜਿਹੜਾ ਨੌਜਵਾਨ ਬੂਟਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਕੀ ਖੇਡੀ ਦੀ ਸੀ ਕਦੇ ਕਬੱਡੀ ਕਲਰੇ ਰੋੜਾਂ ਤੇ ਭਰ ਜੋਵਣ ਮੁਟਿਆਰ ਹੋ ਗਈ ਉੱਚਿਆਂ ਜੋੜਾਂ ਤੇ ਦਿੱਤਾ ਇਸ ਨੂੰ ਥਾਪੜਾ ਸਮੇਂ ਦੀਆਂ ਸਰਕਾਰਾਂ ਨੇ ਮੀਡੀ ਚੈਨਲਾਂ ਯਾਰੋ ਅਤੇ ਅਖਬਾਰਾਂ ਨੇ ਤੇ ਵਰਲਡ ਕੱਪ ਨਾਲ ਹੋਏ ਜਦੋਂ ਕਲੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਮਿੱਤਰੋ ਢੋਲ ਕਬੱਡੀ ਦੇ। ਕੌਣ ਹੈ ਨੌਜਵਾਨ ਗੱਭਰੂ ਕਹਿੰਦੇ ਵੀ ਸਿੱਧਮਾ ਦੇ ਚਿਹਰੇ ਦੀ ਟੀਮ ਲਈ ਖੇਡਦਾ ਹੈ ਨੌਜਵਾਨ ਮਾੜਾ ਦੋਧਰ ਦੀ ਧਰਤੀ ਦਾ ਇਸ ਸਮੇਂ ਲਾ ਤਕੜਾ ਜਿਹਾ ਜੱਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਲਓ ਚੰਡੀ ਪਿੰਡ ਕਹਿੰਦੇ ਵੀ ਜੀਤੇ ਵਰਗਿਆਂ ਦਾ। ਇੱਧਰਲੇ ਬੰਨੇ ਵੇਖਦੇ ਵੀ ਇਸ ਗੱਭਰੂ ਦੀ ਕਬੱਡੀ ਤੇ ਸਾਡੇ ਸਤਿਕਾਰਯੋਗ ਸੱਜਣ ਹੈ ਸੁਖਵਿੰਦਰ ਸਿੰਘ ਜੀ ਜੌਲ ਸਾਹਿਬ ਕਹਿੰਦੇ ਵੀ 100 ਰੁਪਇਆ ਜਿਹੜਾ ਨੌਜਵਾਨ ਇਸ ਗੱਭਰੂ ਨੂੰ ਜੱਫਾ ਲਾਵੇਗਾ। ਨਾਲ ਹੀ ਆਪ ਸਭ ਨੂੰ ਸੱਦੇ ਹੈ 7 ਤਰੀਕ ਜਿਹੜੀ ਧੱਲੇ ਕਹਿੰਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਇੱਧਰਲੇ ਬੰਨੇ ਗੋਪੀ ਹੈ ਨੌਜਵਾਨ ਇਸ ਸਮੇਂ ਦੇਖਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਜ ਚੁੱਕਿਆ ਹੈ। ਗੋਪੀ ਇਸ ਸਮੇਂ ਦੱਦਾਹੁਰ ਪਿੰਡ ਦੇ ਵੱਲੋਂ ਕਬੱਡੀ ਪਾ ਰਿਹਾ ਹੈ। 4 ਜਾਫੀ ਹੈ, ਕੌਣ ਗੱਭਰੂ ਦੇਖਾਂਗੇ ਵੀ ਲਾ ਤਕੜਾ ਜਿਹਾ ਜੱਫਾ ਇਸ ਸਮੇਂ ਫਾਟਕ ਕੋਟਕਪੂਰੇ ਵਾਲਾ ਲਾਵੇਗਾ। ਇੱਧਰਲੇ ਬੰਨੇ ਪੈਦੀ ਹੋਈ ਰੇਡ ਹੈ ਸਾਹਮਣੇ 4 ਜਾਫੀ ਔਰ ਦੇਖਦੇ ਵੀ ਪੁਆਇੰਟ ਜਿਹੜਾ ਜਾਫੀਆਂ ਦਾ, ਕਿਉਂਕਿ ਜਿਵੇਂ ਗੁਰਵਿੰਦਰ ਗੁਰੀ ਆਖਦਾ ਹੁੰਦਾ ਵੀ ਹਾਲੇ ਹੋਈ ਨੀ ਤਸੱਲੀ, ਦਿਲ ਹੋਰ ਮੰਗਦਾ, ਤਸੱਲੀ ਨੀ ਹੋਈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਬੂਟਾ ਦੋਧਰ ਦਾ ਤੇ ਗੱਲ ਕਰੇਗਾ ਖੋਸੇ ਕੋਟਲੇ ਦਾ ਅਮਰੀਕ। ਲਓ ਸਾਹਮਣੇ ਦੇਖਦੇ ਵੀ ਬੂਟਾ ਦੋਧਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਦੋਧਰ ਪਿੰਡ ਕਹਿੰਦੇ ਵੀ ਸਰਹੰਦ ਨਹਿਰ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਪਿੰਡ ਹੈ, ਬੱਧਨੀ ਕਲਾਂ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ। ਕਹਿੰਦੇ ਵੀ ਮੋਗੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਦੋਧਰ ਜੇ ਆਬਾਦੀ ਦੀ ਗੱਲ ਕਰੀਏ। ਲਓ ਸਾਹਮਣੇ ਨੌਜਵਾਨ ਦੱਦਾ ਹੂਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਘੁੰਮ ਕੇ ਮੈਂ ਦੇਖ ਆਇਆ ਦੁਨੀਆ ਬੇਸ਼ੱਕ ਰੋਟੀ ਮਿਲੀ ਨੀ ਪੰਜਾਬ ਦੇ ਤੰਦੂਰ ਵਰਗੀ, ਲੱਕ ਮਾਰਮੀਆਂ ਜੁੱਤੀਆਂ ਅਰੇਕ ਨੇ ਬਣਾਉਂਦੇ, ਕਿਤੋਂ ਕੱਢੀ ਜੁੱਤੀ ਮਿਲੀ ਨੀ ਕਸੂਰ ਵਰਗੀ, ਜਾਫ ਦੇ ਤਾਂ ਥੰਮ ਬੜੇ ਦੇਖੇ ਨੇ ਪਰ ਗੱਲ ਬਣਦੀ ਨੀ ਇੱਕ ਮਾਠੂਰ ਵਰਗੀ, ਬੜੇ ਪ੍ਰਮੋਟਰ ਵਿਦੇਸ਼ਾਂ ਵਿੱਚ ਬੈਠੇ, ਗੱਲ ਬਣਦੀ ਨੀ ਮੇਜਰ ਭਲੂਰ ਵਰਗੀ, ਲੰਘੇ ਆਣੀਆਂ ਬੇਅੰਤ ਤੂੰ ਵੀ ਲਿਖਦਾ ਬਿਸ਼ੱਕ, ਕਲਮ ਲੱਭਣੀ ਨੀ ਰਾਜੂ ਦੱਦਾ ਹੂਰ ਵਰਗੀ, ਕਲਮ ਲੱਭਣੀ ਨੀ ਰਾਜੂ ਦੱਦਾ ਹੂਰ ਵਰਗੀ। ਦੱਦਾ ਹੂਰ ਦੀ ਟੀਮ ਦਾ ਜਾਫੀ ਕਰਦਾ ਹੋਇਆ ਕੋਸ਼ਿਸ਼, ਪਰ ਭੋਲਾ ਜੰਡੀ ਦੀ ਧਰਤੀ ਦਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ। ਜੰਡੀ ਪਿੰਡ ਹੈ, ਤਹਿਸੀਲ ਜਗਰਾਓ ਹੈ, ਜ਼ਿਲ੍ਹਾ ਲੁਧਿਆਣਾ ਹੈ। ਕਹਿੰਦੇ ਵੀ ਲੁਧਿਆਣੇ ਜ਼ਿਲ੍ਹੇ ਦੀ 35 ਲੱਖ ਆਬਾਦੀ ਹੈ, 950 ਤੋਂ ਉੱਪਰ ਪਿੰਡ ਹੈ ਕਿ ਬੇਕਾਬੂ ਹੀ ਭੀੜ ਹੈ ਇੱਥੇ, ਬੇਕਾਬੂ ਹੀ ਲਾਣਾ, ਲੁਧਿਆਣੇ ਦਾ ਨਾਂ ਬਦਲ ਕੇ ਰੱਖ ਦਿਓ ਆਟੋ ਖਾਨਾ, ਲੁਧਿਆਣੇ ਦਾ ਨਾਂ ਬਦਲ ਕੇ ਰੱਖ ਦਿਓ ਆਟੋ ਖਾਨਾ। ਲਓ ਜਿੰਦਰ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਕਿ ਦਿਲਬਾਗ ਬਰਾੜ ਸਿਫਤ ਕਰੇਗਾ ਇਸ ਨੌਜਵਾਨ ਖਿਡਾਰੀ ਦੀ। ਇੱਧਰਲੇ ਬੰਨੇ ਵੇਖਦੇ ਵੀ ਬੂਟਾ ਦੋਧਰ ਪਿੰਡ ਦਾ, ਕਹਿੰਦੇ ਵੀ ਦੁਨੀਆਂ ਦਾ ਵਹਾਰ ਜਾਫੀ ਹੈ ਵਰਿੰਦਰ ਦੋਧਰ ਪਿੰਡ ਦਾ, ਔਰ ਦੇਖਦੇ ਵੀ ਕਦੇ ਪਿਰਥੀ ਵਰਗਿਆਂ ਦੀਆਂ ਗੱਲਾਂ। ਇੱਧਰਲੇ ਬੰਨੇ ਇੱਕ ਪਾਸੇ ਕਹਿੰਦੇ ਵੀ ਜੱਸਾ ਨੌਜਵਾਨ ਦੱਦਾ ਹੁਰ ਪਿੰਡ ਦਾ, ਇੱਧਰਲੇ ਬੰਨੇ ਲੱਗਦਾ ਜੱਫਾ ਦਰਸ਼ਕੋ ਮਾਰੋ ਤਾਰੀਆਂ ਇਸ ਸਮੇਂ, ਤਕੜਾ ਜੱਫਾ ਖੇਡ ਮੈਦਾਨ ਦੇ ਅੰਦਰ ਕੀ ਧੱਕ ਮਧੱਕੇ ਹੁੰਦੀ ਜਵਾਨੀ, ਦੁਨੀਆਂ ਸਾਰੀ ਮੰਨੇ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ। ਮੂਵ ਸਪਰੇ ਕਿਰਪਾ ਕਰਕੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ। ਇੱਧਰ ਹਲਕੀ ਜੀ ਸੱਟ ਲੱਗੀ ਹੈ ਨੌਜਵਾਨ ਕਬੱਡੀ ਖਿਡਾਰੀ ਦੇ। ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਗੋਪੀ ਦੀ ਹੈ, ਪਰ ਦੇਖਦੇ ਵੀ ਮਾੜਾ ਦੋਧਰ ਪਿੰਡ ਦਾ ਇਸ ਸਮੇਂ ਗੱਭਰੂ ਕਬੱਡੀ ਪਾ ਰਿਹਾ ਹੈ। ਸਿੱਧਮਾ ਦੇ ਚੈਣੇ ਦੀ ਟੀਮ ਦਾ ਕਹਿੰਦੇ ਵੀ ਸੁਪਰ ਸਟਾਰ ਜਾਫੀ ਹੈ ਨੌਜਵਾਨ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਲੰਡੇ ਤੇ ਡੇਮਰੂ ਦੀਆਂ ਟੀਮਾਂ, ਇੱਧਰ ਸਾਡੇ ਕੋਈ ਵੀ ਅੱਗਾ ਪੈਰਾਂ ਦੇ ਸਿਆਣੇ ਸੱਜਣ ਹੋਣ, ਕਿਰਪਾ ਕਰਕੇ ਸਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ, ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ। ਖਿਡਾਰੀ ਦੇ ਥੋੜੀ ਸੱਟ ਲੱਗੀ ਹੈ, ਕੀ ਲੱਗੇ ਸੱਟ ਨਾ ਗਰਾਊਂਡ ਵਿੱਚ ਕਿਸੇ ਵੀ ਖਿਡਾਰੀ ਨੂੰ ਦੇਵੀ ਰਿਜਕੋ, ਸਾਨੂੰ ਤੋਟੇ ਆਵੇ ਨਾ ਭੰਡਾਰੀ ਨੂੰ, ਸੁੱਖ ਸ਼ਾਂਤੀ ਦੀ ਚੱਲੀ ਜਾਈ ਤੂੰ ਪੱਖੀ ਮਾਲਕਾ, ਨਿਗਾ ਮੇਹਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ। ਇੱਕ ਵਾਰੀ ਫਿਰ ਤੋਂ ਬੇਨਤੀ ਹੈ, ਮੂਵ ਸਪਰੇ ਨਾਲ ਹੀ ਕੋਈ ਵੀ ਸਾਡੇ ਅੰਗਾਂ ਪੈਰਾਂ ਦੇ ਸਿਆਣੇ ਹੈ ਵੀਰ ਜੀ ਗਰਾਊਂਡ ਦੇ ਵਿੱਚ ਲੈ ਕੇ ਜਾਓ। ਔਰ ਨਾਲ ਹੀ ਅਰਦਾਸ ਕਰਦੇ ਵੀ ਪਰਮਾਤਮਾ ਜਿਹੜਾ ਵਾਲ ਵੀ ਵਿੰਗਾ ਨਾ ਹੋਵੇ ਇਹਨਾਂ ਪਲੇਅਰਾਂ ਦਾ। ਸੱਟ ਜਿਹੜੀ ਕਾਫੀ ਮੇਰੇ ਹਿਸਾਬ ਨਾਲ ਲੱਗੀ ਇਸ ਪਲੇਅਰ ਦੇ, ਜੇ ਕੋਈ ਮੋਢਾ ਉੱਤਰ ਗਿਆ ਬੜੀ ਮਾੜੀ ਗੱਲ ਹੈ, ਪਰਮਾਤਮਾ ਬਲ ਬਖਸ਼ੇ ਇਸ ਨੌਜਵਾਨ ਨੂੰ। ਸਿਰੇ ਦਾ ਖਿਡਾਰੀ ਹੈ ਬੂਟਾ, ਟੌਪ ਦਾ ਪਲੇਅਰ ਹੈ, ਜੇ ਕੋਈ ਹੱਡਾਂ ਪੈਰਾਂ ਦਾ ਸਿਆਣਾ ਹੋਵੇ ਤੇ ਕਿਰਪਾ ਕਰਕੇ ਦੇਖੇ, ਪਰਮਾਤਮਾ ਬਲ ਬਖਸ਼ੇ ਵੀ ਇਹ ਨੌਜਵਾਨ ਜਲਦੀ ਜਿਹੜਾ ਠੀਕ ਹੋਵੇ।
ਮੋਢਾ ਉਤਰ ਗਿਆ ਪਰਮਾਤਮਾ ਕਰੇ ਗੱਲ ਝੂਠ ਹੋਵੇ ਬੇਨਤੀ ਹੈ ਵੀ ਪਰਮਾਤਮਾ ਬਲ ਬਖਸ਼ੀ ਇਹਨਾਂ ਪਲੇਅਰਾਂ ਨੂੰ ਜੇ ਕੋਈ ਅੰਗਾਂ ਪੈਰਾਂ ਦਾ ਸਿਆਣਾ ਹੱਡਾਂ ਪੈਰਾਂ ਦਾ ਸਿਆਣਾ ਹੋਵੇ ਤੇ ਉਹ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਜਾਵੇ ਹੱਥ ਬੰਨ ਬੇਨਤੀ ਕਰਦੇ ਹੈ ਮੋਢਾ ਚੜਾਉਣ ਦਾ ਕੋਈ ਜਿਹੜਾ ਸਿਆਣਾ ਹੈ ਬੇਨਤੀ ਹੈ ਵੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਜਾਵੇ ਨਾਲ ਹੀ ਮਾਸਟਰ ਅਮਰਜੀਤ ਸਿੰਘ ਜੀ ਧੱਲੇਕਿਆਂ ਵਾਲੇ ਵੱਡੇ ਆਦਰ ਸਤਿਕਾਰ ਭੇਜਦੇ ਹੈ ਨਾਲ ਹੀ ਬੇਨਤੀ ਕਰਦੇ ਵੀ ਆ ਕੇ ਸਟੇਜ ਤੇ ਵੀ ਬੈਠਣ ਮਾਸਟਰ ਅਮਰਜੀਤ ਸਿੰਘ ਜੀ ਧੱਲੇਕੇ ਲਓ ਸਾਹਮਣੇ ਭੋਲਾ ਨੌਜਵਾਨ ਭੋਲਾ ਸਾਹਮਣੇ ਜੰਡੀ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਕੌਡੀ ਦੀ ਬਾਹ ਫੜ ਲਈ ਜੜਤੋਂ ਸਰਕਾਰ ਨੇ ਮੀਡੀਆ ਰਾਹੀਂ ਦੇਖ ਲਈ ਸਾਰੇ ਸੰਸਾਰ ਨੇ ਵਰਲਡ ਕੱਪ ਨੇ ਦਿੱਤਾ ਨਵਾਂ ਮੋੜ ਕਬੱਡੀ ਨੂੰ ਹੁਣ ਨਾ ਰਹਿ ਗਈ ਕਿਸੇ ਗੱਲ ਦੀ ਥੋੜ ਕਬੱਡੀ ਨੂੰ ਜੁਗ ਜੁਗ ਜਿਉਣ ਮੰਤਰੀ ਜਿੰਨਾ ਇਹ ਰਸਮਾਂ ਤੋਰੀਆਂ ਨੇ ਐਨ ਆਰ ਆਈ ਨਾਲ ਰਲ ਕੇ ਇਹਨੂੰ ਦਿੰਦੇ ਲੋਰੀਆਂ ਨੇ ਲੰਘੇ ਆਣੀਆਂ ਯੋਧਿਆ ਇਸ ਮਜਾਜਨ ਵੱਡੀ ਦੀ ਹੁਣ ਕ੍ਰਿਕਟ ਬਰਾਬਰ ਡਹਿ ਗਈ ਕੁਰਸੀ ਖੇਡ ਕਬੱਡੀ ਦੀ ਹੁਣ ਕ੍ਰਿਕਟ ਬਰਾਬਰ ਡਹਿ ਗਈ ਕੁਰਸੀ ਖੇਡ ਕਬੱਡੀ ਦੀ ਲਓ ਸਾਹਮਣੇ ਦੱਦਾ ਹੂਰ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦੋ ਨੰਬਰ ਤੇ ਕਹਿੰਦੇ ਵੀ ਪੁਰਾਣੇ ਵਾਲੇ ਪਿੰਡ ਦਾ ਨਿੱਕਾ ਹੈ ਜਿੱਥੋਂ ਦੇ ਪਰਮਗਿੱਲ ਜੀ MP ਨੇ ਕੈਨੇਡਾ ਦੇ ਲਓ ਸਾਹਮਣੇ ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਦੱਦਾ ਹੂਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਭੋਲਾ ਕਹਿੰਦੇ ਵੀ ਜੰਡੀ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਭਾਰੀ ਸਰੀਰ ਦੇ ਵਿੱਚ ਭੋਲਾ ਜੰਡੀ ਦੀ ਧਰਤੀ ਦਾ ਜਿਹੜੇ ਪਿੰਡ ਦਾ ਜੀਤਾ ਕਹਿੰਦੇ ਵੀ ਜਗਤਾਰ ਧਨੌਲੇ ਦੀ ਟੀਮ ਲਈ ਖੇਡਦਾ ਲਓ ਸਾਹਮਣੇ ਬੇਨਤੀ ਹੈ ਵੀ ਤੂੰ ਥੋੜਾ ਸਾਈਡ ਤੇ ਰਹਿ ਵੀਰ ਮੇਰੇ ਦੋ ਮੌਕੇ ਹੋ ਗਏ ਸਾਨਾਂ ਦੇ ਭੇੜ 'ਚ ਮਾੜੇ ਬੰਦੇ ਦਾ ਕੋਈ ਕੰਮ ਨਹੀਂ ਵਾਰ ਵਾਰ ਦੱਸ ਰਹੇ ਹਾਂ ਦੋ ਵਾਰੀ ਤੂੰ ਬਚ ਗਿਆ ਵੀਰ ਮੇਰਾ ਤੀਜਾ ਮੌਕਾ ਕਹਿੰਦੇ ਖਾਲੀ ਨਹੀਂ ਜਾਂਦਾ ਸਾਈਡ ਤੇ ਥੋੜਾ ਇਹ ਹੱਥ ਬੰਨ ਕੇ ਬੇਨਤੀ ਹੈ ਧਿਆਨ ਨਾਲ ਮੇਰੇ ਵੀਰ ਚੱਲ ਵੀ ਜਿੰਦਰ ਵਾਹ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ ਦੇਖਦੇ ਵੀ ਪਾਈ ਹੋਈ ਕਬੱਡੀ ਹੈ ਨੌਜਵਾਨ ਗੱਭਰੂ ਦੀ ਕਿ ਖੇਡ ਕਬੱਡੀ ਖੇਡਣ ਪੁੱਤਰ ਛੀਣੀਆਂ ਮਾਵਾਂ ਦੇ ਤੇ ਕਿੱਸੇ ਬਣ ਕੇ ਬੇਅੰਤ ਪੁਰਾਣਾ ਹੁਣ ਸਕੇ ਭਰਾਵਾਂ ਦੇ ਵੱਖਰੀ ਜਿਹੀ ਲੱਗ ਗਈ ਹੈ ਹੁਣ ਲਾਟ ਕਬੱਡੀ ਨੂੰ ਹੁਣ ਨਾ ਰਹਿ ਗਈ ਕਿਸੇ ਗੱਲ ਦੀ ਘਾਟ ਕਬੱਡੀ ਨੂੰ ਹੁਣ ਨਾ ਰਹਿ ਗਈ ਕਿਸੇ ਗੱਲ ਦੀ ਘਾਟ ਕਬੱਡੀ ਨੂੰ ਲਓ ਦੇਖਦੇ ਵੀ ਇਸ ਸਮੇਂ ਭੋਲੂ ਚੰਡੀ ਪਿੰਡ ਦਾ ਗੱਭਰੂ ਕਬੱਡੀ ਪਾ ਰਿਹਾ ਹੈ ਦੇਖਦੇ ਜੀਤੇ ਵਰਗਿਆਂ ਦਾ ਨਾਮ ਵੱਡਾ ਹੈ ਕਾਲੇ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਹੈ ਗਿਆਨੀ ਜੰਡੀ ਵਾਲੇ ਨੇ ਕਹਿੰਦੇ ਵੀ ਦੁਨੀਆ ਬਣਾਈ ਹੈ ਇੱਕ ਪਾਸੇ ਜੱਸਾ ਕਹਿੰਦੇ ਵੀ ਉਮਰ ਭਾਵੇਂ ਛੋਟੀ ਹੈ ਪਰ ਦੁਨੀਆ ਦੇ ਕਹਿੰਦੇ ਕਹਾਉਂਦੇ ਧਾਵੀਆਂ ਦੇ ਨਾਲ ਮੱਥਾ ਲਾਉਂਦਾ ਹੈ ਨੌਜਵਾਨ ਦੱਦਾ ਹੂਰ ਪਿੰਡ ਦਾ ਇਸ ਸਮੇਂ ਵੇਖਦੇ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰਲੇ ਬਣੇ ਨਾਲ ਹੀ ਆਪ ਸਭ ਨੂੰ ਸੱਦੇ ਹੈ 29 ਤਰੀਕ ਪਿੰਡ ਸੁਖਾਨੰਦ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ ਜਿੱਥੇ ਓਪਨ ਦੇ ਵਿੱਚ 51-31 ਨਾਮ ਹੈ ਪਲੱਸ ਕੱਪ ਦਿੱਤੇ ਜਾਣੇ ਹੈ ਦੋ ਪਲੇਅਰ ਬਾਹਰੋਂ ਹੈ 75 ਕਿਲੋ ਦਾ 15,000 ਤੇ 10,000 ਹੈ ਦੋ ਪਲੇਅਰ ਬਾਹਰੋਂ ਹੈ 62 ਦੇ ਵਿੱਚ ਇੱਕ ਪਲੇਅਰ ਬਾਹਰੋਂ 8-6 ਨਾਮ ਹੈ 52 ਕਿਲੋ 35 ਕਿਲੋ ਵਾਲੀਬਾਲ ਤੇ ਰੱਸਾਕੱਸੀ ਦੇ ਮੁਕਾਬਲੇ ਹੋਣੇ ਹੈ 27-28-29 ਤਰੀਕ ਜਿਹੜੀ ਪਿੰਡ ਸੁਖਾਨੰਦ ਦੇ ਖੇਡ ਮੇਲੇ ਦੀਆਂ ਤਰੀਕਾਂ ਅੰਕ ਜਾਫੀਆਂ ਦਾ ਹੈ ਪੁਆਇੰਟ ਜਿਹੜਾ ਜਾਫੀਆਂ ਦਾ ਹੈ ਚੱਲ ਵੀ ਜਵਾਨਾ ਇੱਧਰ ਇਸੇ ਨਾਲ ਹੀ ਮੈਚ ਸਮਾਪਤ ਹੈ ਚੱਲਦੇ ਹੋਏ ਮੁਕਾਬਲੇ ਦੇ ਵਿੱਚ ਜਿਹੜਾ ਪੁਆਇੰਟਾਂ ਦਾ ਲੇਖਾ ਜੋਖਾ ਹੈ ਦੱਦਾ ਹੂਰ ਦੇ 7 ਪੁਆਇੰਟ ਹੈ ਰਾਣਾ ਕਲੱਬ ਦੌਦਰ ਦੇ 15.5 ਪੁਆਇੰਟ ਹੈ ਦੌਦਰ ਦੀ ਟੀਮ ਚੱਲਦੇ ਹੋਏ ਮੈਚ ਦੇ ਵਿੱਚ ਜੇਤੂ ਰਹੀ ਹੈ ਰਾਣਾ ਕਲੱਬ ਦੌਦਰ ਆਓ ਡੇਮਰੂ ਵਾਰਸੀ ਜੀ ਲੰਡੇ ਦੀਆਂ ਟੀਮਾਂ ਡੇਮਰੂ ਤੇ ਲੰਡੇ ਦਾ ਮੈਚ ਕਾਫੀ ਵਧੀਆ ਖੇਡਿਆ ਜਾਣਾ ਹੈ ਦੋਨੇ ਟੀਮਾਂ ਜਲਦੀ ਸੈਂਟਰ ਲਾਈਨ ਤੇ ਆ ਜਾਣ ਡੇਮਰੂ ਤੇ ਲੰਡੇ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਟੀਮਾਂ ਜਲਦੀ ਸੈਂਟਰ ਲਾਈਨ ਤੇ ਆ ਜਾਣ ਡੇਮਰੂ ਤੇ ਲੰਡੇ ਨਾਲ ਸਾਡੇ ਸਤਿਕਾਰਯੋਗ ਸਰਦਾਰ ਜੰਗ ਸਿੰਘ ਜੀ ਜੌਲ ਸਾਹਿਬ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਜੰਗ ਸਿੰਘ ਜੀ ਜੌਲ ਸਾਹਿਬ ਸੁਖਦੇਵ ਸਿੰਘ ਜੀ ਨਾਲ ਖੋਸਾ ਕੋਟਲਾ ਵਾਲੇ ਜਿੰਨੇ ਵੀ ਸਤਿਕਾਰਯੋਗ ਵੀਰ ਹੈ ਸਾਰਿਆਂ ਦਾ ਧੰਨਵਾਦ ਹੈ 7 ਤਰੀਕ ਨੂੰ ਰੌਣਕਾਂ ਲੱਗਣੀਆਂ ਧੱਲੇਕਿਆਂ ਦੇ ਕਬੱਡੀ ਕੱਪ ਦੇ ਜਿੰਨੇ ਵੀ ਸਤਿਕਾਰਯੋਗ ਵੀਰ ਹੈ ਆਪ ਸਭ ਦਾ ਧੰਨਵਾਦ ਹੈ ਇੱਥੇ ਪੁੱਜਣ ਤੇ ਹੈਲੋ 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 ਬਾਈ ਦਰਸ਼ ਨੀਰੋ ਮਾੜਾ ਇੱਥੇ ਸਟੇਜ ਤੇ ਆਈ ਯਾਰ ਬਾਈ ਆਪਾਂ ਇਸ ਮੈਚ ਦੀ ਸ਼ੁਰੂਆਤ ਕਰਾਂਗੇ ਇੱਕ ਪਾਸੇ ਟੀਮ ਜਿਹੜੀ ਡੇਮਰੂ ਦੀ ਟੀਮ ਹੈ ਦੂਜੇ ਪਾਸੇ ਟੀਮ ਬਾਬਾ ਭਗਵਾਨ ਦਾਸ ਲੰਡੇ ਮੈਚ ਕਾਫੀ ਵਧੀਆ ਖੇਡਿਆ ਜਾਣਾ ਇਸ ਖੇਡ ਮੈਦਾਨ ਦੇ ਵਿੱਚ ਆਪਾਂ ਸਭ ਜੋ ਹੈ ਆਨੰਦ ਮਾਣਾਂਗੇ ਅਗਲੇ ਮੈਚ ਲਈ ਨੱਥੋਗੇ ਤੇ ਰਾਜੇ ਆਣਾ
खोसा रणधीर ए ते लोपो ए टीमां ग्राउंड दे विच आ जाण अगले मैच दे लई। पानी चाह चाह कृपा करके साडे रेफरी साहिबां वास्ते खेड मैदान दे विच पुजदी कर दिओ जिहड़ी सजना की ड्यूटी है। नाल ही इस समय मैच जिहड़ा है खेड मैदान दे विचकार बड़ा तगड़ा खेडिया जाएगा क्योंकि गुआंढी पिंड है लंडे ते डेमरू बिल्कुल कोलों कोल ही पिंड ने। इस समय दोनों ही टीमां जिहड़ियां खेड मैदान दे विच पुजियां होईयां है। उधर आपां धन्नवाद करदे साडे सारे ही प्रवासी पंजाबी भरावां दा। उधर साडे सनी गिल जी कबड्डी मेरी जिद जान दे पेज वाले वह भी इन्हां मैचों नूं लाइव देख रहे हैं। इस समय मैच जिहड़ा खेड मैदान दे विचकार स्टार्ट करवाया जा रहा है। नाल ही सुखे जैलदार वर्गे साडे सत्कारयोग वीर है। इस समय मैच जिहड़ा खेड मैदान दे विचकार है डेमरू वर्सिज लंडे दीयां टीमां दा बड़ा तगड़ा मैच खेडिया जाएगा। देखदे वी डेमरू की टीम जिहड़ी पॉइंटां वाले वीर नोट कर लैण गुरद्वारा साहिब वाले पासे है। दर्शकां दी जानकारी लई दस दईए कि साढ़े बहुत ही सत्कारयोग सरदार मक्खन सिंह जी डीपी वह साढ़े विचकार पहुँच रहे हैं। बीते हुणां दे कोच ने गुरु ने सरदार मक्खन सिंह जी डीपी ते उन्हां दे नाल होर सज्जन वो साढ़े दरम्यान पहुँच रहे हैं। असी उन्हां दा इत्थे आउण ते धन्नवाद करदे हां। और नाल ही डाक्टर जसवंत सिंह प्रवीण बब्बी ये पत्रकार ने साढ़े दरम्यान पहुंचे। असी इन्हां दा भी इत्थे आउण ते तहे दिलों धन्नवाद करदे हां। लो इधरले बन्ने वेखदे वी नौजवान कबड्डी पा रहे हैं खेड मैदान के अंदर। इस समय पाई हुई कबड्डी कहते भी डेमरू पिंड है नौजवान कबड्डी खिडारी का किंदा नाम है। इस समय देखते भी दूसरे पासे कीता हल्का जिहा टच कहते भी जाटा लंडे पिंड का है। कहते भी यह गभरू ने भी बदोवाल के खेड मेले से नैनो जीती। इस पिंड के भीते ने भी नौजवान ने नैनो जीती। कल फिर बदोवाल का खेड मेला है। इधरले बने वेखते भी पाई हुई कबड्डी है नौजवान गभरू इस समय खेड मैदान के अंदर कबड्डी पा रहा है। लंडिया की टीम के वालों वेखते भी इस समय पाई हुई रेड है भलूर पिंड है नौजवान कबड्डी खिडारी का अर्श नाम है। पर दूसरे पासे वेखते भी चांदनवे पिंड का मालक इस समय पूरी कोशिश करता है हंधे नेड़े ने। लो पॉइंट जिहड़ा इस समय नौजवान धाबी के हिस्से जुड़ता होया है। चल भी नौजवान आ मैनू पा भी कबड्डी। हैलो इधरले बने वेखते भी मनू है कहते नौजवान का नानका पिंड अज अपने नानकों के कबड्डी पा रहा है। इस समय पॉइंट जिहड़ा नौजवान अपनी टीम के हिस्से जोड़ता होया शेरां देखते भी इस समय नौजवान लंडिया के वलों खोसिया वाला वध के कबड्डी पा रहा है। चार जाफी है। इस समय डेबरू पिंड है कहते भी जथेदार मुख्तियार सिंह होना का पिंड है। पाई हुई कबड्डी है खेड मैदान के अंदर शेरे की। पर देखते भी गोपी है नौजवान गभरू इस समय खेड मैदान के अंदर। इधरले बने वेखते भी पॉइंट जिहड़ा जाफिया के हिस्से जुड़ता होया सुखानंद का गोपी पॉइंट जिहड़ा अपनी टीम के हिस्से जोड़ता। नाल ही आप सबनों सदे है 29 तरीक जिहड़ी सुखानंद के खेड मेले दीयां तरीकां है। चल भी कहिंदे आ पा भी नौजवान कबड्डी। इधरले बने पैंदी हुई कबड्डी है सामने नौजवान हुई कबड्डी चार काफी एक पासे कहिंदे भी विक्की है ना कहिंदे भी नौजवान जांटा लंडियां दी धरती दा सामने बहुत सोहनी कोशिश। और पॉइंट जिहड़ा डेमरू की टीम के हिस्से जुड़ता होया खेड मैदान के अर्श भलूर की धरती का कबड्डी पाने की तैयारी करता होया बिल्कुल खेड मैदान के अर्श भलूर की धरती का डेमरू की धरती से चार जाफी है। चार कौन के करू कोशिश ये समा दसू लो सामने अर्श की पाई हुई कबड्डी खेड मैदान के चार जाफी डेमरू की धरती के पिछे हटते जा रहे हैं। हल्के हल्के कदम इस नौजवान के विरोधियों के वेहड़े वालू बधे है। हुण कौन रोकू कौन डकू ये समय ने दसना है। और पॉइंट जिहड़ा रेडर के हिस्से जुड़ता होया इधरले बने वेखते भी मनप्रीत सिंह गभरू कबड्डी पा रहा है खेड मैदान के अंदर पाई हुई रेड है नौजवान खिडारी इस समय डेमरू पिंड का। और दूसरे पासे वेखते भी चार जाफी एक करी जंट है एक करी तो विकी है नाल देखते भी दोनों बोड़े है। इस समय लंडे पिंड के कहते भी लंडे पिंड मंदिर वर्गिया का पूर्ण वर्गिया का बिकर वर्गिया का पिंड है कबड्डी के पुराने महारथियों का पिंड है। नाल ही मैं बेनती करांगा प्रधान साहब नू के एस एच ओ साहब जो थाना कोटी सिखां दे नवे आए ने जसवीर सिंह जी उन्हां दा मान सम्मान करनगे सम्मान चिन्ह दे के एस एच ओ थाना कोटी सिखां सरदार जसवीर सिंह जी। और नाल ही पत्रकार समूह नू मैं बेनती करदा साडे सरदार
निर्मल सिंह जी कालड़ा, डॉक्टर जसवंत सिंह जी, प्रवीण बब्बी ते साडे सत्कारयोग बहुत ही छावड़ा साहब बैठे ने, सरजीत सिंह डिप्टी साहब बैठे ने। मैं सारे नूं बेनती करांगा कि ग्राउंड ट्रॉफियां वाले मैच के अगले पासे जाके आपां सन्मान चन्न SHO साहब नूं जिहड़ा देना, नाल गुरमेल सिंह जगदेव सिंह सारे नूं बेनती करांगा। मैच तां वाकई बहुत सुआद वाले चलते होंगे आ, पर यह भी काम जिहड़े नाल दी नाल मजबूरी आ करने आ, वह आपां नूं जरूर करने पैणगे। इस तो अगला मैच नत्थोगढ़ के राजियाणा खोसा रणधीर ते लोपो दीआं टीमां नूं मेरी बेनती, अगले मैचों के लिए तैयारी खिंचो। नत्थोगढ़ के राजियाणा खोसा रणधीर ते लोपो दीआं टीमां, इन्हां टीमां नूं भी बेनती है, लो अर्श देखदे वी भलूर पिंड है, मेजर सिंह बराड़ का पिंड है, प्रसिद्ध खिडारियों का पिंड है, कहिंदे इस समय पाई हुई कबड्डी नौजवान अर्श दी है। खेड मैदान के अंदर चार जाफी ने, देखदे वी डेमरू पिंड दे, लो गोपी ने कोशिश की है, पर पॉइंट जिहड़ा नौजवान इस समय भलूर वाला लंडिया की टीम के हिस्से जोड़ता है। चल भी नौजवाना पावी कबड्डी की बैठ खुंडा ते लैना माड़ी आदत गप्पा दी, हुण तू डंड बैठका ला लै, कौडी हो गई लखां दी। 24 ते 25 तरीक कहिंदे बरनाले के खेड मेले दीआं तरीकां, 26 पथराले की है, 29 सुखानंद की है, 30 घलकलां की है, और 31 तरीक घोड़े वाले की है, 2 तरीक लंडे कहिंदे टूरनामेंट की है। इस समय देखदे पॉइंट जिहड़ा गभरू के हिस्से है। चल भी शेरिया पावी नौजवाना कबड्डी। हैलो डेंगरू तो जिहड़ा मुंडा हुणे रेड पा के आया, सरदार गुरमेल सिंह जी 100 रुपये का स्पैशल नाम भेजते हैं, जिन्होंने पहला हुणे रेड पाई सी डेंगरू तो। मनप्रीत है जी नाम उस नौजवान का। हाँ जी मनप्रीत नूं सरदार गुरमेल सिंह जी साढ़े 100 रुपये का स्पैशल नाम भेजते हैं। लो सामने देखते भी नौजवान इस वेले कबड्डी पाँदा होया डेमरू की धरती का, नौजवान खेड मैदान दे विच, हुण चार जाफी कहिंदे भी 2 नंबर दे जांटा लंडिया की धरती का, नाल कहिंदे भी विक्की नौजवान। लो सामने देखते भी कोश बहुत सोहनी की हुई है, मुंडा लक भर गया है। लो सामने बोड़ा कहिंदे भी लंडिया की धरती का लाह तकड़ा जाफा अपनी टीम लई बल्ले बल्ले करवाउंदा होया, पॉइंट लंडिया की टीम के हिस्से जुड़ता होया। अर्शदीप सिंह भलूर की धरती का नौजवान अगली कबड्डी पाँदा होया खेड मैदान दे विच, के पेंडे बड़े औखे नाले वाटा ने लमेरियां, झलणियां पैंदियां तकलीफां भी बथेरियां, पैंदा ये दिखाउणा कुछ दुनिया नूं करके शिखरां नूं जाणा पौड़ी एक एक चढ़ के, हौली हौली फिर इन्हां मंजिलां नूं पाया जांदा, ते सौखा मित्र कबड्डी का स्टार नहीं कहाया जांदा, सौखा मित्र कबड्डी का स्टार नहीं कहाया जांदा। अर्शदीप सिंह बहुत सोहणे पॉइंट का वाधा करता होया अपनी टीम के लिए। लो मनु नौजवान कहिंदे भी अगली कबड्डी पाउंदा होया इस वेले खेड मैदान दे विच, हुण देखांगे भी चार जाफी है, एक ने कहिंदे भी वध के कीती हुई कोशिश है। लो सामने बोड़ा नौजवान जाफा नहीं ला सकिया, और पॉइंट जिहड़ा डेमरू की टीम के हिस्से जुड़ता होया। इधरले बने वेखदे भी नौजवान लंडिया के वलों इस समय शेरा खेड मैदान के अंदर कबड्डी पा रहा है, चार जाफी है, वेखदे भी कराऊ वाला शेरा प्रसिद्ध है। साडे सरदार जसवीर सिंह जी पप्पू मनु नूं फिर तो 100 रुपया दिंदे ने, और डिप्टी साहब के भांजे ने कहिंदे इत्थे बड़ियां सोहणियां कबड्डियां पा रहे ने, चमकौर के, अच्छा सॉरी चमकौर सिंह के भांजे ने बड़ियां सोहणियां रेडां पा रहे ने, स्पैशल नाम सरदार जसवीर सिंह जी पप्पू भेजदे ने। लो इधर मान सम्मान भी भेजे जा रहे, उधर चलता होया कबड्डी का मैच है, इधर नौजवान देखते भी पिंडी बलोचा तो पुजा, यह भी अपनी कला का प्रदर्शन कर रहा है। लो पैंदी हुई कबड्डी है, एक पासे देखते भी विक्की देखते नौजवान पूरी कोशिश करता लंडे पिंड का, पर पॉइंट इस समय नौजवान धावी का है। चल भी गभरू आ पावी कबड्डी, भलूर पिंड कहते भी कुलवीर भलवाण का पिंड है, शमिंदर पुलसीए होना का पिंड है, प्रसिद्ध खेड प्रमोटर का पिंड है, इस समय देखते भी प्रसिद्ध खिडारियों का पिंड है, अर्श इस समय भलूर पिंड का। लो इधर राजियाणा की टीम भी जी पुज गई है, नत्थों के पहला पहुंचे हुए है, एक पासे माणक है, कहते कि योद्धा का माणक दुनिया भर में प्रसिद्ध है, इस समय देखते भी नौजवान चांदरविया का माणक पूरी कोशिश करता है, ते पॉइंट जिहड़ा रेडर दे हिस्से जुड़दा होया है। चल भी किंदिया पावी नौजवान कबड्डी इस समय किंदा डेमरू पिंड दा। लो सामने डेमरू वाले दी पाई हुई कबड्डी खेड मैदान दे विच, एक पासे कहिंदे भी बोर्ड सिंह है, लो सामने विक्की नौजवान बहुत सोहनी कोशिश, पर पॉइंट जिहड़ा लंडिया दी टीम दे हिस्से जुड़दा होया इस वेले खेड मैदान दे विच। मनु दे लई बड़े मान सम्मान भेजे, आपां धन्नवाद करदे हां। लो सामने नौजवान लंडिया वाला देखते भी अगली कबड्डी पाँदा होया खेड मैदान दे विच, नौजवान लंडे पिंड वाला अगली कबड्डी पाने के लिए वाधा होया, सामने कहिंदे भी कोश बहुत सोहनी की हुई है, एक पासे लंडिया की धरती है, कहिंदे भी पूर्ण भलवान का पिंड है, और दूजे पासे कहिंदे भी डेमरू पिंड है, मनदीप मनु वर्गे पुजे हुए ने। लो सामने देखांगे भी पॉइंट जिहड़ा लंडिया की टीम के हिस्से जुड़ता होया, मनु नौजवान अगली कबड्डी पाँदा होया खेड मैदान के। इधरले बने वेखदे भी पाई हुई कबड्डी है नौजवान गभरू की,
खेड मैदान के अंदर पाई हुई रेड है, देखते भी इस समय बनू है। दूसरे पासे कहते भी लंडे पिंड है, प्रसिद्ध खिडारियों का पिंड है। इधरले बने पॉइंट जिहड़ा नौजवान अपनी टीम के हिस्से जोड़ता हुआ है। चल भी नौजवान भाव ही कबड्डी। इधर लंडिया की टीम के वालों अगली कबड्डी अर्श भलूर पिंड का गभरू कबड्डी पाउण के लिए खेड मैदान के वाधा होया है कि सबर सिदक तो डोली ना तू पुत पंजाब दे आ घर घर पहुंचे महको तेरी फुल गुलाब दे आ मिट्टी चुम मत्थे लावण गया जो तेरे राहां दी पुत बहादुर कुख सफल कर जाते मावां दी पुत बहादुर कुख सफल कर जाते मावां दी छीनिया मावां दे बबर शेर पुत्तां दीआं झपटां है। इधरले पासे धन्नवाद है साडे नव स्टूडियो के सरदार मखन सिंह जी डीपी साडे दरम्यान पहुंच चुके ने। उन्हां नूं बेनती करांगे असीं स्टेज ते आउण। सरदार मखन सिंह जी डीपी इधर इसे नाल ही मुकाबला जिहड़ा समाप्त हो चुका है। खेड मैदान दे विचकार इस समय पॉइंटा दा जिहड़ा लेखा जोखा है डेमरू दे 8 पॉइंट है, लंडिया दे 15.5 है। इस मुकाबले विचों लंडे जीत के नाल मन्नू अपना इनाम लै जी। मन्नू मान सम्मान होणगे SHO साहब दे, SHO थाना कोटी सिखा जसवीर सिंह जी दे, उन्हां नूं ट्रॉफी देणगे साडे क्लब दे अहुदेदार। जिन्ने भी साडे पत्रकार वीर पुजे हुए ने आप धन्नवाद करते हैं। साडे सत्कारयोग है निर्मल सिंह जी कालड़ा साहब जगबाणी तो पुजे हुए ने, डॉक्टर जसवंत सिंह जी, प्रवीण बॉबी जी, हरजीत छाबड़ा जी, यशपाल गुलाटी जी, आप सब का धन्नवाद करते हैं। प्रिंट मीडिया का, इलैक्ट्रॉनिक मीडिया का विशेष तौर पर धन्नवाद है। मनु अपने पैसे ले जावे, मनु नू बेनती है भी अपने पैसे ले जावे। नाल ही जिहड़े आदर सत्कार बख्शे जा रहे ने साडे क्लब वालों, जिहड़े वड्डे आदर सत्कार बख्शे जा रहे ने, नाल ही साडे सत्कारयोग मैं ते आखांगा भी कबड्डी दे भीषम पितामा सरदार मखण सिंह जी चिड़क साहब जिन्हां ने आप अपने समय दे विच टॉप दी कबड्डी खेडी ते अज कल कहिंदे भी इहो जिहे हीरे पैदा कीते है, हीरे तराशे है। मैं विशेष तौर ते धन्नवाद करांगा मखण सिंह जी चिड़क साहब, नाल उस सिरे दा जाफी है मनप्रीत डाले पिंड दा, उस मेरे वीर दा भी धन्नवाद है। मखण सिंह जी चिड़क साहब कबड्डी दी बहुत ही सन्मानयोग शख्सियत है, विशेष तौर ते पुज गए ने। इधर मैच भी बड़े तगड़े खेडे जा रहे हैं। मखण सिंह जी डीपी चिड़क विशेष तौर ते पुजे है पंजाब कबड्डी अकैडमी एसोसीएशन दे जनरल सैकटरी ने, और वड्डी देन है कबड्डी दे विच मखण सिंह जी चिड़क साहब दी कि पिंड चिड़क दा डीपी है ना है जी दा वखण भई किहड़े आ ओ जाफी जिहड़े डीपी नूं डक्कण भी इस इलाके दे नहीं पूरे पंजाब दी कबड्डी दी जिद जान है, बेहद ही सत्कारयोग सज्जण है मखण सिंह जी चिड़क साहब विशेष तौर ते पुज्जे है। इस समय मैच जिहड़ा खेड मैदान दे विचकार स्टार्ट हो चुक्किआ है। देखदे भी राजिआं ने पिंड दी टीम जिहड़ी गुरद्वारा साहिब वाली साइड है, दूसरे पासे टीम जिहड़ी ਇਹ ਟੀਮ ਕਹਿੰਦੇ ਵੀ ਨੱਥੋ ਕੇ ਪਿੰਡ ਦੀ ਹੈ। ਲਓ ਇਸ ਸਮੇਂ ਜਗਮੀਤ ਸਿੰਘ ਭੀਮ ਮਾਣੂ ਕੇ ਗਿੱਲ ਪਿੰਡ ਦਾ ਨੌਜਵਾਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਅਗਲੀ ਕਬੱਡੀ ਸੁੱਖੇ ਦੀ ਹੈ, ਨੌਜਵਾਨ ਗੱਭਰੂ ਇਸ ਸਮੇਂ ਦੇਖਦੇ ਵੀ ਸੁੱਖਾ ਖੇਡ ਮੈਦਾਨ ਦੇ ਅੰਦਰ ਅਗਲੀ ਕਬੱਡੀ ਪਾਉਣ ਦੇ ਲਈ। ਇਸ ਸਮੇਂ ਰਾਜਿਆਂ ਦਾ ਪਿੰਡ ਬਾਬੇ ਗੁਰਦਿਆਲ ਸਿੰਘ ਬਿੱਲੂ ਦਾ ਪਿੰਡ ਹੈ, ਪੈਂਦੀ ਹੋਈ ਕਬੱਡੀ ਹੈ, ਚਾਰ ਜਾਫੀ ਹੈ। ਨੌਜਵਾਨ ਇਸ ਸਮੇਂ ਨੱਥੋ ਕੇ ਪਿੰਡ ਕਹਿੰਦੇ ਵੀ ਚੈਣੇ ਦਾ ਪਿੰਡ ਹੈ, ਰਿੱਕੀ ਮਾਸਟਰ ਦਾ ਪਿੰਡ ਹੈ। ਇਸ ਸਮੇਂ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਹੈ ਖੇਡ ਮੈਦਾਨ ਦੇ ਅੰਦਰ, ਪਰ ਦੂਸਰੇ ਪਾਸੇ। ਔਰ ਨਾਲ ਹੀ ਮੈਂ ਬੇਨਤੀ ਕਰਾਂਗਾ ਕਿਉਂਕਿ ਸਾਡੇ ਕੋਲ ਸਮੇਂ ਦੀ ਕਾਫੀ ਘਾਟ ਹੋ ਜਾਂਦੀ ਆ, ਉਦੋਂ ਬਾਅਦ ਮੈਚ ਵੀ ਕਾਫੀ ਜ਼ਬਰਦਸਤ ਚੱਲ ਪੈਂਦੇ ਆ। ਸਾਡੇ ਦਰਮਿਆਨ ਸਪੈਸ਼ਲ ਤੌਰ ਤੇ ਪਹੁੰਚੇ ਆ ਸਰਦਾਰ ਮੱਖਣ ਸਿੰਘ ਜੀ ਡੀਪੀ, ਉਹ ਚੰਦ ਸ਼ਬਦ ਜਿਹੜੇ ਆ ਸੰਬੋਧਨ ਕਰਨਗੇ ਖਿਡਾਰੀਆਂ ਨੂੰ ਤੇ ਦਰਸ਼ਕਾਂ ਨੂੰ ਵੀ, ਕਿਉਂਕਿ ਬੜਾ ਪੁਰਾਣਾ ਤਜਰਬਾ ਉਹਨਾਂ ਦਾ ਇਸ ਮਾਂ ਖੇਡ ਕਬੱਡੀ ਲਈ। दर्शन जी जो ग्राउंड दे विच ना कोई होया ते फिर गल्लां सुनन दा स्वाद आवेगा। आ मैच तो आपां बाद, हां जी आ मैच तो बाद बुला दो।
क्योंकि देखते भी पाई हुई कबड्डी नौजवान गभरू कबड्डी कबड्डी करता होया है राज्यां दे पिंड दा नौजवान और दूसरे पासे वेखदे भी नौजवान नत्थो के पिंड दा इस समय पूरी कोशिश करता होया पंजाबी वीरो इधर बने पवाइंट जिहड़ा नौजवान धावी दे हिस्से दे विच जुड़दा होया है चल भी नौजवान पावी कबड्डी इधरले बने वेखदे भी नौजवान इस समय टीम मानू के गिल पिंड दा नौजवान कहंदे भी हरजीत फ्रेंड्स कबड्डी क्लब पत्तो हीरा सिंह दी टीम लई खेडदा है वैरो के बारे साधु सिंह बराड दी टीम लई खेडदा है इस समय देखते भी नौजवान की पाई हुई कबड्डी है इधरले बने चार जाफी राज्य पिंड कहते भी पंडित वर्गे अपने समय के प्रसिद्ध खिलाड़ी हुए है माण वर्गे की गल है पर आम नौजवान एक पासे लाडी राज्य ने पिंड का भीम बाणू के गिलों का पुआइंट जिहड़ा नौजवान धावी के हिस्से जुड़ता हुआ है चल भी सुखा पा भी नौजवान कबड्डी और गल करेगा अमरीक खोसा गोडला लो सामने देखते भी नौजवान सुखा इस वेले राज्य ने पिंड का कबड्डी पाँदा होया खेड मैदान दे विच के मखण चिड़क वीरू सेवी ते घोलीए वाला गेला अंग्रेज अड़ैचां दे जगतार धनौला लुट लैंदे सी मेला सुवरने वांगू गुट फड़ फड़ के औखे रेडर थम्मणे गाजियां दे काले वर्गे मुड़ मुड़ के नहीं जम्मणे हरजीत बराड़ा तेरे घाटे हजे सताउंदे ने कई रेडा पाउंदे ने कई जफे लाउंदे ने कई रेडा पाउंदे ने कई जफे लाउंदे ने नत्थो के पिंड कहिंदे भी उपेंद्रजीत सिंह रिक्की मास्टर दा पिंड है कहिंदे भी मखण चिड़क जीआं दी टीम लई खेडदा है लो सामने देखदे भी नौजवान इस वेले पाउंदा होया कबड्डी नत्थो के पिंड वाला लाडी राजियां ने पिंड दा करदा कोशिश पर पॉइंट नत्थो के दी टीम दे हिस्से जुड़दा होया और दिलबाग बराड कहिंदे भी सिफत करेगा इस नौजवान खिडारी दी इधरले बने साडे वीर जी मौड़ पांडूके वाले कहिंदे भी 200 रुपया आपां राज्यां दे सुखे दे लई मान प्यार भेजदे हैं इधरले बने पाई हुई कबड्डी है नौजवान गभरू इस समय लाल रंग की निकर है थोड़ा झुकया होया है खिलारियां हुई बाहां ने चार जाफियां दे विच देखदे भी आ नौजवान इस समय सोनू नत्थो के पिंड का लाउंदा होया जफा दे पुआइंट जिहड़ा इस समय अपनी टीम के हिस्से जोड़ चुकया है चल भी भीम पावी नौजवान कबड्डी इधरले बने अगली कबड्डी माणू के गिल पिंड है कहते भी सत्ते वर्गे प्रसिद्ध है गुरलाल कहते भी वे माण करता है कनेडा के कैलगरी के विच रहिंदा है सरदार गुरजंट सिंह जी डायरैक्टर साहब पूरी राज्यां दी टीम नूं 200 रुपया स्पैशल नाम भेजदे असीं धन्नवाद करदे आ नाल ही वे आदर सत्कार बख्शे जा रहे ने मापिया ने नाम जगमीत सिंह रखिया लोकी भीम आखदे है ਉਹ ਸਾਹਮਣੇ ਕਹਿੰਦੇ ਵੀ ਭੀਮ ਮਾਣੂ ਕੇ ਗਿੱਲਾਂ ਵਾਲਾ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਸੁੱਖਾ ਰਾਜਿਆਂ ਨੇ ਪਿੰਡ ਦਾ ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਨੌਜਵਾਨ ਸੁੱਖਾ ਰਾਜਿਆਂ ਨੇ ਦੀ ਧਰਤੀ ਦਾ ਹੁਣ ਦੇਖਾਂਗੇ ਚਾਰ ਜਾਫੀ ਨੱਥੋ ਕੇ ਪਿੰਡ ਦੇ ਇੱਕ ਪਾਸੇ ਕਹਿੰਦੇ ਵੀ ਸਰਦਾਰ ਸਾਧੂ ਸਿੰਘ ਬਰਾੜ ਦਾ ਸਿਖਾਂਦਰੂ ਹੈ ਲਓ ਸਾਹਮਣੇ ਦੋ ਨੰਬਰ ਤੋਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੋਈ ਹੈ ਇੱਕ ਪਾਸੇ ਨੱਥੋ ਕੇ ਪਿੰਡ ਵਾਲਾ ਔਰ ਦੂਜੇ ਪਾਸੇ ਨੌਜਵਾਨ ਕਹਿੰਦੇ ਵੀ ਸੁੱਖਾ ਰਾਜਿਆਂ ਨੇ ਪਿੰਡ ਦਾ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਲਓ ਸਾਹਮਣੇ ਦੇਖਦੇ ਵੀ ਨੌਜਵਾਨ ਨੱਥੋ ਕਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਕਿ ਗੱਭਰੂ ਪੁੱਤ ਨੇ ਮਾਵਾਂ ਛੀਣੀਆਂ ਦੇ ਲੱਗਦਾ ਕੋਈ ਨਹੀਂ ਕਿਸੇ ਤੋਂ ਕੱਟ ਲੋਕੋ ਕਿਸੇ ਨੇ ਡੌਲੇ ਤੇ ਸ਼ੇਰ ਖੁੰਦਵਾ ਲਿਆ ਏ ਕਿਸੇ ਨੇ ਪੱਟ ਤੇ ਪਵਾ ਲਿਆ ਸੱਪ ਲੋਕੋ ਧਾਵੀ ਕਹਿੰਦੇ ਅੱਜ ਮੱਖੀ ਨਹੀਂ ਬਾਣ ਬਹਿਣ ਦੇਣੀ ਤੇ ਜਾਫੀ ਆਖਦੇ ਦਿਖਾਵਾਂਗੇ ਡੱਕ ਲੋਕੋ ਪਰ ਖੋਸੇ ਕੋਟਲੇ ਵਾਲਿਆ ਆਪਾਂ ਇਹ ਦੇਖਣਾ ਵੀ ਕੌਣ ਚੁੰਮੂ ਅੱਜ ਸੋਨੇ ਰੰਗਾ ਕੱਪ ਲੋਕੋ ਕੌਣ ਚੁੰਮੂ ਅੱਜ ਸੋਨੇ ਰੰਗਾ ਕੱਪ ਲੋਕੋ ਇਹ ਟਲਦੀਆਂ ਸ਼ਾਮਾਂ ਦੇ ਨਾਲ ਫੈਸਲੇ ਹੋਣਗੇ ਤਾਂ ਸਾਹਮਣੇ ਕਹਿੰਦੇ ਵੀ ਨੌਜਵਾਨ ਨੇ ਗੁੱਟ ਫੜਿਆ ਹੋਇਆ ਤਾਂ ਸਾਹਮਣੇ ਦੇਖਾਂਗੇ ਵੀ ਹੁਣ ਕਿਹੋ ਜਿਹਾ ਕਮਾਲ ਹੋਵੇਗਾ ਔਰ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਜੁੜੂ ਇਹਦੇ ਸਮੇਂ ਨੇ ਦੱਸਣਾ ਹੈ ਪੁਆਇੰਟ ਜਿਹੜਾ ਨੱਥੋ ਕਹਿੰਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇੱਧਰ ਸਾਡੇ ਪੱਪੀ ਪ੍ਰਧਾਨ ਜੀ ਕਹਿੰਦੇ ਵੀ 100 ਰੁਪਇਆ ਰਾਜਿਆਂ ਦੇ ਸੁੱਖੇ ਦੇ ਲਈ ਹੈ ਚਾਰ ਵੀ ਨੌਜਵਾਨ ਪਾਵੀ ਕਬੱਡੀ ਇਧਰਲੇ ਬਣੇ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਲਓ ਇਸ ਸਮੇਂ ਦੇਖਦੇ ਵੀ ਮਾਣੂ ਕੇ ਗਿੱਲ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ ਲਾ ਕੇ ਯਾਰ ਉਹ ਮਿਹਨਤ ਸੋਹਣੇ ਸਰੀਰ ਕਮਾਏ ਨੇ ਵਿੱਚ ਗਰਾਊਂਡ ਦੇ ਖੇਡਣ ਗੱਭਰੂ ਕੌਡੀ ਆਏ ਨੇ ਤੇ ਗੱਲ ਕਰਨੀ ਹੈ ਪੈਂਦੀ ਇਹਨਾਂ ਹਾਜ਼ਰ ਜਵਾਬੀਆਂ ਦੀ ਤੂੰ ਖੜ ਕੇ ਦੇਖ ਜਵਾਨਾ ਕੌਡੀ ਖੇਡ ਪੰਜਾਬੀਆਂ ਦੀ ਤੂੰ ਖੜ ਕੇ ਦੇਖ ਜਵਾਨਾ ਪੈਂਦੀ ਰੇਡ ਪੰਜਾਬੀਆਂ ਦੀ ਲੋ ਇੱਕ ਪਾਸੇ ਨੌਜਵਾਨ ਗੱਭਰੂ ਇਸ ਸਮੇਂ ਰਾਜਿਆਂ ਦੇ ਪਿੰਡ ਦੇ ਵੱਲੋਂ ਕੋਸ਼ਿਸ਼ ਕਰਦਾ ਹੈ ਪਰ ਦੇਖਦੇ ਵੀ ਮਾਣੂ ਕੇ ਗਿੱਲ ਪਿੰਡ ਦਾ ਜਗਮੀਤ ਸਿੰਘ ਇਸ ਸਮੇਂ ਭੀਮ ਔਰ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ ਮਨਜੀਤ ਸਿੰਘ ਸਰਪੰਚ ਕੋਟ ਸਦਰਖਾਂ ਹਰਸ਼ਿੰਦਰ ਸਿੰਘ ਕੋਟ ਸਦਰਖਾਂ ਕਰਤਾਰ ਸਿੰਘ ਭਲਵਾਨ ਕੋਟ ਸਦਰਖਾਂ ਇਹ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਇੱਥੇ ਆਉਣ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਜੀ ਆਇਆਂ ਕਹਿੰਦੇ ਹਾਂ ਧੰਨਵਾਦ ਕਹਿੰਦੇ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਰੌਣਕ ਨੂੰ ਵਧਾਇਆ ਗਰਾਊਂਡ ਦੀ ਨੂੰ ਇੱਕ ਵਾਰ ਫਿਰ ਤੋਂ ਇਹਨਾਂ ਦਾ ਧੰਨਵਾਦ ਖੋਸਾ ਰਣਧੀਰ ਤੇ ਲੋਪੋ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਗਰਾਊਂਡਾਂ ਵੱਲ ਆ ਜਾਣ ਖੋਸਾ ਰਣਧੀਰ ਤੇ ਲੋਪੋ ਲਓ ਦੇਖਦੇ ਕਹਿੰਦੇ ਇੱਕ ਝੜਿੱਕ ਵਾਲਾ ਬਬਲੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਪਰ ਇਸ ਸਮੇਂ ਦੇਖਦੇ ਵੀ ਆਹ ਨੌਜਵਾਨ ਗੱਭਰੂ ਦਾ ਕਹਿੰਦੇ ਰਾਮਾ ਪਿੰਡ ਹੈ ਬਬਲੀ ਨਾਮ ਹੈ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਔਰ ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ ਪੁਆਇੰਟ ਰਾਜਿਆਂ ਨੇ ਦੀ ਟੀਮ ਦਾ ਹੈ
ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਸਾਡੇ ਗੁਰਜਾਨ ਸਿੰਘ ਡਾਇਰੈਕਟਰ ਸਾਹਿਬ 200 ਰੁਪਈਆ ਰਾਜਿਆਂ ਨੇ ਟੀਮ ਨੂੰ ਸਪੈਸ਼ਲ ਨਾਮ ਭੇਜਦੇ ਅਸੀਂ ਪ੍ਰਬੰਧਕੀ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਰਾਜਿਆਂ ਨੇ ਪਿੰਡ ਦਾ ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਹੁਣ ਚਾਰ ਜਾਫੀ ਕਹਿੰਦੇ ਵੀ ਪੂਰੇ ਟੌਪ ਦੇ ਹੈ ਸਿਰੇ ਦੇ ਪਲੇਅਰਾਂ ਦੇ ਨਾਲ ਲੈਸ ਟੀਮ ਹੈ ਨੱਥੋ ਕੇ ਪਿੰਡ ਦੀ ਇੱਕ ਨੇ ਕਹਿੰਦੇ ਵੀ ਵੱਧ ਕੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੋਈ ਹੈ ਲਓ ਸਾਹਮਣੇ ਦੇਖਦੇ ਵੀ ਹੁਣ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਜੁੜੂ ਇੱਕ ਪਾਸੇ ਨੱਥੋ ਕੇ ਪਿੰਡ ਹੈ ਦੂਜੇ ਪਾਸੇ ਕਹਿੰਦੇ ਵੀ ਰਾਜਿਆਂ ਨੇ ਪੰਡਤ ਨੇ ਕਬੱਡੀ ਖੇਡੀ ਹੈ ਬਾਬੇ ਗੁਰਦਿਆਲ ਬਿੱਲੂ ਨੇ ਕਬੱਡੀ ਖੇਡੀ ਹੈ ਲਓ ਸਾਹਮਣੇ ਦੇਖਦੇ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਜੇ ਗੱਲ ਸਿਆਸਤ ਦੀ ਕਰੀਏ ਤੇ ਸਾਧੂ ਸਿੰਘ ਬਰਾੜ ਜਿਹੜੇ ਹਲਕੇ ਦੇ MLA ਰਹੇ ਹੈ ਔਰ ਉੱਥੇ ਕਹਿੰਦੇ ਜਗਤਾਰ ਸਿੰਘ ਰਾਜਿਆਣਾ ਦੀ ਗੱਲ ਚੱਲੀ ਲਓ ਜਗਮੀਤ ਭੀਮ ਮਾਨੂ ਕੇ ਗਿੱਲਾਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਿਹੜੇ ਪਿੰਡ ਦਾ ਗੁਰਲਾਲ ਕਹਿੰਦੇ ਵੀ ਕੈਨੇਡਾ ਦੇ ਵਿੱਚ ਬੈਠਾ ਹੈ ਜਿਹੜੇ ਪਿੰਡ ਦਾ ਲਾਡੀ ਕਹਿੰਦੇ ਵੀ ਸਿਰੇ ਦਾ ਪਲੇਅਰ ਹੈ ਉਸੇ ਪਿੰਡ ਦਾ ਨੌਜਵਾਨ ਜਗਮੀਤ ਸਿੰਘ ਭੀਮ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਨਾਲ ਹੀ ਸਾਡੇ ਬਿੰਦਰ ਮਨੀਲਾ ਜੀ ਹਰਦੀਪ ਮਨੀਲਾ ਉਹਨਾਂ ਵੱਲੋਂ 100 ਰੁਪਏ ਦੇ ਆਦਰ ਸਤਿਕਾਰ ਪੁੱਜੇ ਆਪਾਂ ਧੰਨਵਾਦ ਕਰਦੇ ਹਾਂ ਮਰੀਕ ਵੀਰ ਮੈਂ ਸਮਾਪਤ ਹੋ ਗਿਆ ਮੈਂ ਡੀਫੀ ਸਾਹਿਬ ਨੂੰ ਦਰਖਾਸਤ ਕਰਾਂਗਾ ਕਿ ਉਹ 2 ਮਿੰਟ ਸਮਾਂ ਦੇਣ ਕਿਉਂਕਿ ਕੁਝ ਟੂਰਨਾਮੈਂਟ ਪਹਿਲਾਂ ਵੀ ਇਹ ਆਏ ਸੀ ਇਹਨਾਂ ਨੇ ਸਪੀਚ ਦਿੱਤੀ ਸੀ ਜਿਹੜੀ ਸਪੀਚ ਅੱਜ ਵੀ ਸਾਨੂੰ ਹੌਸਲਾ ਦਿੰਦੀ ਹੈ ਇਹਨਾਂ ਨੇ ਕਿਹਾ ਸੀ ਕਿ ਗਾਲਾਂ ਇਸ ਕੰਮ ਦੇ ਵਿੱਚ ਹੁੰਦੀਆਂ ਨੇ ਕੰਮ ਬੜਾ ਔਖਾ ਸੋ ਉਸੇ ਸਪੀਚ ਦੇ ਸਿਰ 'ਤੇ ਹੀ ਅਸੀਂ ਹੌਸਲਾ ਫਿਰ ਬੰਨੀ ਦਾ ਅਤੇ ਇਹ ਟੂਰਨਾਮੈਂਟ ਦਾ ਅਰੇਂਜਮੈਂਟ ਕਰੀਦਾ ਸੋ ਮੈਂ ਡੀਪੀ ਸਾਹਿਬ ਨੂੰ ਬੇਨਤੀ ਕਰਾਂਗਾ 2 ਸ਼ਬਦ ਸੁੱਖਾ ਆਪਣਾ ਨਾਮ ਲੈ ਜੀ ਰਾਜਣ ਮੱਖਣ ਡੀਪੀ ਜੀ ਅਗਲੀ ਗੱਲ ਕਰਨਗੇ ਮਾਈਕ ਦੇ ਉੱਪਰ ਜਿਹੜੀ ਇਹਨਾਂ ਚੋਂ ਟੀਮ ਜਿੱਤੀ ਆ ਉਹ ਸਟੇਜ 'ਤੇ ਆ ਜਾ ਅਸੀਂ ਟਾਈਆਂ ਕੱਢਣ ਲੱਗੇ ਹਾਂ ਢੋਲ ਵਾਲਿਆ ਵੀ 1 ਮਿੰਟ ਬੰਦ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੋਸਾ ਰਣਧੀਰ ਪਿੰਡ ਤਾਂ ਮੇਰੇ ਆਪਦੇ ਪਿੰਡਾਂ ਵਰਗਾ ਬਾਹਰ ਮੁੰਡੇ ਗੱਲਾਂ ਕਰਦੇ ਸੀ ਵੀ ਐਤਕੀ ਗਰਾਊਂਡ ਬਦਲਤੀ ਮੈਂ ਕਿਹਾ ਵੀ ਗਰਾਊਂਡ ਬਦਲੀ ਨਹੀਂ ਅਸਲੀ ਗਰਾਊਂਡ 'ਤੇ ਆ ਗਏ ਅਸੀਂ ਤਾਂ ਸਾਰੀ ਉਮਰ ਇਸ ਗਰਾਊਂਡ 'ਤੇ ਖੇਡੇ ਹਾਂ ਦਰਸ਼ਕੋ ਮੈਚ ਦੇ ਵਿੱਚ ਬਾਹਲਾ ਬੋਲਣਾ ਜਾਂ ਭਾਸ਼ਣ ਦੇਣਾ ਮੈਨੂੰ ਪਤਾ ਚੰਗਾ ਨਹੀਂ ਕਿਉਂਕਿ ਦਰਸ਼ਕ ਕਬੱਡੀ ਦੇਖਣ ਆਏ ਹੈ ਪਰ ਜਦ ਪ੍ਰਬੰਧਕ ਡਿਊਟੀ ਲਾ ਦੇਣ ਤਾਂ ਥੋੜ੍ਹਾ ਘਣਾ ਬੋਲਣਾ ਹੀ ਪੈਂਦਾ ਸਿਰਫ ਮਿੰਟ ਡੇਢ ਮਿੰਟ ਸਬਰ ਦਾ ਘੁੱਟ ਭਰਿਓ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਦੇ ਹੌਸਲੇ ਨੂੰ ਸਲਾਮ ਕਰਦਾ ਜਿਹੜੇ ਸਦੀਆਂ ਤੋਂ ਕਬੱਡੀ ਨੂੰ ਇੰਨੇ ਚਾਅ ਨਾਲ ਵੇਖਦੇ ਆ ਰਹੇ ਆ ਅੱਜ ਜੇ ਕਬੱਡੀ ਜਿਉਂਦੀ ਆ ਤਾਂ ਦਰਸ਼ਕਾਂ ਦੇ ਕਬੱਡੀ ਪ੍ਰਤੀ ਪਿਆਰ ਕਰਕੇ ਜਿਉਂਦੀ ਆ ਬੇਸ਼ੱਕ ਕੋਈ ਟਾਰਾ ਮਾਰੀ ਜਾਵੇ ਕੋਈ NRE ਮਾਰੀ ਜਾਵੇ ਕੋਈ ਕਬੱਡੀ ਕੋਚ ਮੇਰੇ ਵਰਗਾ ਮਾਰੀ ਜਾਵੇ ਕੋਈ ਸਰਕਾਰ ਸ਼ੇਖੀਆਂ ਮਾਰੀ ਜਾਵੇ ਕਿ ਅਸੀਂ ਕਬੱਡੀ ਦੀ ਡਿਵੈਲਪਮੈਂਟ ਕੀਤੀ ਆ ਕੋਈ ਡਿਵੈਲਪਮੈਂਟ ਨਹੀਂ ਕਬੱਡੀ ਜੇ ਅੱਜ ਜਿਉਂਦੀ ਆ ਤਾਂ ਆਹ ਦਰਸ਼ਕਾਂ ਦੇ ਪਿਆਰ 'ਤੇ ਜਿਉਂਦੀ ਆ ਅਤੇ ਜਦੋਂ ਦਰਸ਼ਕਾਂ ਦਾ ਪਿਆਰ ਆ ਜਾਂਦਾ ਅਤੇ ਸਾਡੇ ਪਲੇਅਰਾਂ ਦਾ ਫਰਜ਼ ਬਣਦਾ ਕਿ ਅਸੀਂ ਦਰਸ਼ਕਾਂ ਦੇ ਪਿਆਰ 'ਤੇ ਖਰੇ ਉਤਰੀਏ ਅਤੇ ਜੇ ਦਰਸ਼ਕਾਂ ਦੇ ਪਿਆਰ 'ਤੇ ਖਰੇ ਉਤਰਨਾ ਅਤੇ ਕੋਚਾਂ ਦੀਆਂ ਝੜਕਾਂ ਵੀ ਖਾਣੀਆਂ ਪੈਂਦੀਆਂ ਅਤੇ ਜੇ ਕੋਚ ਪਲੇਅਰਾਂ ਨੂੰ ਸੱਚੀ ਗੱਲ ਮਾਈਕ ਤੋਂ ਬੋਲਦੇ ਆ ਤਾਂ ਪਲੇਅਰ ਲੜਦੇ ਆ ਅਤੇ ਜੇ ਸੱਚੀ ਗੱਲ ਨਹੀਂ ਬੋਲਦੇ ਤਾਂ ਦਰਸ਼ਕ ਲੜਦੇ ਆ ਕਿਉਂਕਿ ਬਹੁਤ ਦਰਸ਼ਕਾਂ ਦੇ ਮੈਨੂੰ ਫੋਨ ਆਉਂਦੇ ਆ ਮੈਂ 1 ਮਿੰਟ 'ਚ ਕਲੀਅਰ ਕਰਦਾ ਅੱਜ ਕਬੱਡੀ ਬੁਲੰਦੀਆਂ 'ਤੇ ਪੁੱਜੀ ਜਿੰਨੀ ਉਨੀ ਇਹਦੇ ਵਿੱਚ ਭੈੜ ਆ ਗਈ ਅੱਜ ਕਬੱਡੀ ਦੇ ਵਿੱਚ ਸਭ ਤੋਂ ਵੱਡੀ ਭੈੜ ਸਾਡੇ ਪਲੇਅਰਾਂ ਦਾ ਅਨਪੜ੍ਹ ਹੋਣਾ ਅਤੇ ਇਨਡਿਸਿਪਲਨ ਹੋਣਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਹੈ ਕੀ ਦੂਸਰੀ ਕਬੂਤਰਬਾਜ਼ੀ ਹੋਣਾ ਬਾਹਰ ਪੈਸੇ ਲੈ ਕੇ ਪਲੇਅਰ ਛੱਡਣਾ ਫੈਡਰੇਸ਼ਨਾਂ ਦੀਆਂ ਲੜਾਈਆਂ ਵਰਲਡ ਕੱਪ ਜਿਹੜਾ ਉਹ ਸਿਆਸੀ ਮਫਾਦ ਨੂੰ ਮੁੱਖ ਰੱਖ ਕੇ ਕਰਾਉਣਾ ਪਲੇਅਰਾਂ ਦੀ ਚੋਣ ਠੀਕ ਨਾ ਹੋਣੀ ਹਿੰਦੁਸਤਾਨ ਦੇ ਸਾਰੇ ਪਲੇਅਰਾਂ ਨੂੰ ਵਿੱਚ ਨਾ ਚੁਣਨਾ ਅਤੇ ਪਲੇਅਰਾਂ ਦਾ ਡੋਪ ਦੇ ਵਿੱਚ ਆਉਣਾ ਸਭ ਤੋਂ ਸੀਰੀਅਸ ਬਿਮਾਰੀ ਪਲੇਅਰਾਂ ਨੂੰ ਅੱਜ ਡੋਪ ਦੇ ਟੀਕਿਆਂ ਦੇ ਨਸ਼ਿਆਂ ਦੇ ਕੈਪਸੂਲਾਂ ਦੇ ਖੇਡਾਂ ਅਸੀਂ ਤੰਦਰੁਸਤੀ ਵਾਸਤੇ ਚੰਗੇ ਸਰੀਰ ਵਾਸਤੇ ਨਾ ਕਿ ਨਸ਼ਿਆਂ ਵਾਸਤੇ ਅਤੇ ਅੱਜ ਨਸ਼ਿਆਂ ਦਾ ਪੰਗਾ ਬਹੁਤ ਵੱਡਾ ਪਿਆ ਸਾਰੇ ਇੱਕ ਦੂਜੇ ਦੇ ਟਾਲਦੇ ਆ ਵੀ ਇਹਨਾਂ ਨੂੰ ਬੰਦ ਕੌਣ ਕਰੂ ਸਰਕਾਰ ਬੰਦ ਕਰੂ ਫੈਡਰੇਸ਼ਨਾਂ ਕਰਨਗੀਆਂ ਲੋਕ ਕਰਨਗੇ ਮੇਰਾ ਸਵਾਲ ਤਾਂ ਇੱਕੋ ਹੀ ਹੈ ਕਿ ਜਿੱਦੇ ਬੰਦ ਕੀਤਾ ਲੋਕਾਂ ਦੇ ਪਿਆਰ ਨਹੀਂ ਕਰਨਾ ਜਿੱਦੇ ਲੋਕ ਦਾਲੇ ਹੋ ਗਏ ਪਲੇਅਰਾਂ ਦੇ ਵੀ ਆ ਜਾ ਪੁੱਤ ਟੀਕਾ ਲਾ ਕੇ ਗਰਾਊਂਡ 'ਚ ਨਹੀਂ ਵੰਡ ਦੇਣਾ ਉੱਦੇ ਹੱਟਣੇ ਟੀਕੇ ਅਤੇ ਦੂਸਰੀ ਗੱਲ ਕਈ ਵਾਰ ਇੱਕ ਦਿਨ ਮੈਂ ਕਹਿ ਬੈਠਾ ਕਿ ਦੁਆਬੇ ਦੇ ਬਰਾਬਰ ਦੇ ਪਲੇਅਰ ਨਹੀਂ 2-4 ਪਲੇਅਰ ਹੋਏ ਆ ਮੈਂ ਆਪਦੇ ਪਲੇਅਰਾਂ ਦੇ 1-2 ਨਾਂ ਲੈ ਤੇ ਲੋਕਾਂ ਨੇ ਚੀਕਾਂ ਮਾਰੀਆਂ ਬਾਅਦ 'ਚ ਮੈਨੂੰ ਫੋਨ ਕਰਕੇ ਦੱਸਿਆ ਕੋਚ ਸਾਹਿਬ ਚੀਕਾਂ ਤੁਹਾਡੇ 'ਤੇ ਨਹੀਂ ਮਾਰੀਆਂ ਉਹ ਤੁਹਾਡੇ ਪਲੇਅਰਾਂ 'ਤੇ ਤਾਂ ਚੀਕਾਂ ਮਾਰੀਆਂ ਜਿਨ੍ਹਾਂ ਦੇ ਤੁਸੀਂ ਨਾਂ ਲੈਂਦੇ ਆ ਉਹ ਸਮੈਕ ਲੈਂਦੇ ਹੈਰੋਇਨ ਲੈਂਦੇ ਆ ਟੀਕੇ ਲਾਉਂਦੇ ਆ ਅਤੇ ਤੁਸੀਂ ਪਲੀਜ਼ ਮੈਨੂੰ ਕਿਸੇ 1 ਪਲੇਅਰ ਦਾ ਨਾਂ ਦੱਸੋ ਕਿ MB ਠੂਰ ਕਲੱਬ ਦੇ ਵਿੱਚ ਕਿਹੜਾ ਪਲੇਅਰ ਹੈ ਜਿਹੜਾ ਨਸ਼ਾ ਨਹੀਂ ਕਰਦਾ ਮੈਨੂੰ ਆਹ ਸਵਾਲ ਕੀਤਾ ਮੇਰੇ ਕੋਲ ਉਹਨਾਂ ਦਰਸ਼ਕਾਂ ਦੇ ਫੋਨ ਨੰਬਰ ਟੇਪ ਕੀਤੇ ਹੋਏ ਆ ਮੈਂ ਮੁੰਡਿਆਂ ਨੂੰ ਕਹਿੰਦਾ ਇਹਨਾਂ ਨੂੰ ਜਵਾਬ ਦਿਓ
ਤੇ ਮੈਂ ਅੱਜ ਲੋਕਾਂ ਦੇ ਇੱਕ ਇਕੱਠ ਵਿੱਚ ਇਸ ਗੱਲ ਦਾ ਇੱਕੋ ਜਵਾਬ ਦਿੰਦਾ ਭਰਾਵੋ, ਇਹ ਟੀਕੇ ਬੰਦ ਕਰਨੇ ਤੁਸੀਂ, ਨਸ਼ਾ ਬੰਦ ਕਰਨਾ ਤੁਸੀਂ, ਤੇ ਜਿੱਥੋਂ ਤੱਕ ਅੰਬੀ ਠੂਰ ਕਲੱਬ ਦਾ ਸਵਾਲ ਹੈ, ਕਿਸੇ ਇੱਕ ਪਲੇਅਰ ਅੰਬੀ ਠੂਰ 'ਚ ਬਹੁਤ ਆ, ਪਰ ਮੈਂ ਇੱਕ ਪਲੇਅਰ ਦਾ ਨਾਂ ਦੱਸਣ ਲੱਗਾ, ਉਹ ਜਿੱਥੇ ਮਰਜ਼ੀ ਲੋਕੋ ਤੁਸੀਂ ਪਰਖ ਲਿਓ ਕਿ ਉਹ ਪਲੇਅਰ ਨਾ ਦਾ ਟੀਕਾ ਲਾਉਂਦਾ ਅਤੇ ਨਾ ਨਸ਼ਾ ਲਾਉਂਦਾ, ਨਸ਼ਾ ਕਰਦਾ ਅਤੇ ਉਹਦਾ ਮਾਣ ਜਾਂਦਾ ਤੁਹਾਡੇ ਪਿੰਡ ਨੂੰ, ਖੋਸਿਆਂ ਨੂੰ, ਤੁਹਾਡੇ ਪਿੰਡ ਦਾ ਬੀਤਾ ਖੋਸੇ। ਇੱਕ ਮੇਰੇ ਕੋਲ ਇਹੋ ਜਿਹਾ ਪਲੇਅਰ ਹੈ, ਜਿੱਥੇ ਮਰਜ਼ੀ ਪਰਖ ਲਿਓ, ਜਿਹੜੇ ਦਰਸ਼ਕ ਮੈਨੂੰ ਫੋਨ ਕਰਦੇ ਆ ਬੀਤੇ ਦੀ, ਕਿਤੇ ਟੀਕਾ ਲਾਉਂਦੇ ਦੀ, ਕਿਤੇ ਸਮੈਕ ਕਰਦੇ ਦੀ, ਮੈਨੂੰ ਫੋਟੋ ਭੇਜ ਦੇਣ, ਉਸ ਤੋਂ ਬਾਅਦ ਮੈਂ ਇੱਥੇ ਮਾਈਕ ਤੱਕ ਉਦੋਂ ਨਹੀਂ ਬੋਲੂੰਗਾ। ਅਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਦਾ ਇੱਕ ਜੰਪਲ ਪਲੇਅਰ ਸਾਡੇ ਕੋਲ ਨਸ਼ਾ ਰਹਿਤ ਹੈ, ਅਤੇ ਮੈਂ ਚਾਹੂੰਗਾ ਬੀਤੇ ਵਰਗੇ ਹੋਰ ਪਲੇਅਰ ਪੈਦਾ ਕੀਤੇ ਜਾਣ, ਉਹਦੇ ਵਿੱਚ ਮੈਨੂੰ ਦਰਸ਼ਕਾਂ ਦੇ ਸਾਥ ਦੀ ਲੋੜ ਹੈ, ਮੈਂ ਇਕੱਲਾ ਕੁਛ ਨਹੀਂ ਕਰ ਸਕਦਾ। ਜਿਹੜੇ ਗੱਡੀਆਂ ਦੂਰ ਦੂਰ ਲਿਜਾ ਕੇ ਖੜਿਆ ਲੈਂਦੇ ਆ, ਚੋਰੀ ਟੀਕੇ ਲਾ ਕੇ ਆਉਂਦੇ ਆ, ਉਹਨਾਂ ਨੂੰ ਆਪਾਂ ਲੋਕਾਂ ਨੇ ਰਲ ਕੇ ਬੰਦ ਕਰਨਾ, ਇੱਕ ਦੂਜੇ ਦੇ ਚਿੱਕੜ ਸੱਟਣਾ ਬੰਦ ਨਹੀਂ ਹੋਣੇ, ਕਿਸੇ ਸਰਕਾਰ ਨੇ ਨਹੀਂ ਬੰਦ ਕਰਨੇ, ਕਿਸੇ ਫੈਡਰੇਸ਼ਨ ਨੇ ਨਹੀਂ ਬੰਦ ਕਰਨੇ, ਧੀ ਪੁੱਤ ਆਪਣੇ ਆ, ਜੇ ਗਲਤ ਰਾਹ ਪਏ ਆ ਤਾਂ ਇਹਨਾਂ ਨੂੰ ਸਮਝਾਉਣਾ ਆਪਣਾ ਹੈ। ਜਦੋਂ ਮੈਂ ਇਹ ਗੱਲਾਂ ਬੋਲਦਾ ਪਲੇਅਰ ਮੇਰੇ ਨਾਲ ਲੜਦੇ ਆ, ਕੋਸਾ ਸਾਡੀ ਬੇਇੱਜ਼ਤੀ ਕਰਦੇ ਆ, ਗੋਰਾ ਗੋਲੇ ਵਾਲੀਆ ਮੈਨੂੰ ਕਹਿੰਦਾ ਕੋਸਾ ਅੱਜ ਤਾਂ ਸ਼ਰਾਬ ਪੀਂਦੇ, ਹੁਣ ਟੀਕੇ ਲਾਉਂਦੇ ਆ, ਤੁਸੀਂ ਕਿਹਾ ਗੋਰਾ ਦਾਰੂ ਪੀਂਦਾ, ਮੈਂ ਕਿਹਾ ਪੁੱਤ ਉਦੋਂ ਦਾਰੂ ਭੈੜੀ ਸੀ, ਹੁਣ ਜਿਹੜੇ ਟੀਕੇ ਲਾਉਂਦੇ ਆ ਮੈਂ ਉਹਨਾਂ ਨੂੰ ਕਹੂੰਗਾ ਟੀਕੇ ਲਾਉਂਦੇ, ਮੈਂ ਤਾਂ ਕਹੂੰਗਾ ਪਲੇਅਰ ਮੇਰੇ ਨਾਲ ਲੜਦੇ ਲੜੀ ਜਾਣ, ਜਿਹੜੇ ਲਾਉਂਦੇ ਆ ਡੋਪ ਕਰਦੇ ਆ ਗਲਤ ਆ। ਔਰ ਮੈਂ ਇੱਕ ਪਲੇਅਰ ਦਾ ਨਾਂ ਲੈਤਾ, ਉਹ ਦਰਸ਼ਕ ਕਿਤੇ ਸੁਣਦਾ ਹੋਣਾ, ਉਹ ਜੇ ਬੀਤੇ ਨੂੰ ਕਿਤੇ ਟੀਕਾ ਲਾਉਂਦੇ ਫੜ ਲਵੇ ਤਾਂ ਮੈਨੂੰ ਪਲੀਜ਼ ਫੋਨ ਕਰ ਦੇਵੇ, ਮੈਂ ਉਹਦਾ ਦੇਣਦਾਰ ਹਾਂ। ਇੰਨਾ ਹੀ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਦਾ। ਦਰਸ਼ਕੋ, ਜੇ ਤੁਸੀਂ ਕੌਡੀ ਨੂੰ ਇੰਨਾ ਪਿਆਰ ਕਰਦੇ ਆ, ਤੁਸੀਂ ਚਾਹੁੰਦੇ ਆ ਕੌਡੀ ਜਿਉਂਦੀ ਰਹੇ, ਤਾਂ ਇਹਦੇ ਵਾਸਤੇ ਤੁਹਾਨੂੰ ਪਹਿਰਾ ਦੇਣਾ ਪੈਣਾ ਕਿ ਸਾਡੇ ਕਬੱਡੀ ਦੇ ਖਿਡਾਰੀ ਨਸ਼ਾ ਰਹਿਤ ਹੋਣ, ਬਾਕੀ ਗੱਲਾਂ ਚੱਲਦੀਆਂ ਰਹਿਣਗੀਆਂ। ਧੰਨਵਾਦ। ਔਰ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਦੋਨੇ ਟੀਮਾਂ ਲਾਈਨ ਅਪ ਹੋ ਜਾਣ, ਕਿਉਂਕਿ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਡਿਪਟੀ ਸਾਹਿਬ ਸਰਜੀਤ ਸਿੰਘ ਜੀ ਖੋਸਾ, ਨਾਲ ਉਹਨਾਂ ਦੇ ਡੀਪੀ ਸਾਹਿਬ, ਨਾਲ ਜਗਦੇਵ ਸਿੰਘ ਜੀ, ਗੁਰਮੇਲ ਸਿੰਘ ਜੀ, ਜਸਵੀਰ ਸਿੰਘ ਜੀ, ਪੱਪੂ ਜੀ, ਏਐਸਆਈ ਸਾਹਿਬ ਸਾਡੇ ਉਹ ਟੀਮਾਂ ਨਾਲ ਇਹਨਾਂ ਨਾਲ ਜਾਣ ਪਛਾਣ ਕਰਾਉਣਗੇ। ਅਤੇ ਨਾਲ ਦੀ ਨਾਲ ਹੀ ਇੱਕ ਮੈਂ ਹੋਰ ਅਨਾਊਂਸਮੈਂਟ ਕਰਾਂਗਾ ਕਿ ਜਿੱਦਾਂ ਡੀਪੀ ਸਾਹਿਬ ਨੇ ਕਿਹਾ ਕਿ ਬੀਤਾ ਨਸ਼ਾ ਰਹਿਤ ਖੇਡਦਾ, ਤਾਂ ਸਾਡੀ ਕਲੱਬ ਵੱਲੋਂ ਅੱਜ ਹੀ ਬੀਤੇ ਨੂੰ ਸਪੈਸ਼ਲ 5100 ਰੁਪਈਆ ਇਸੇ ਬਦੌਲਤ ਦਿੱਤਾ ਜਾਵੇਗਾ। ਨਸ਼ਾ ਰਹਿਤ ਖੇਡ ਨੂੰ ਅਸੀਂ ਹਮੇਸ਼ਾ ਹੀ ਪ੍ਰਮੋਟ ਕਰਾਂਗੇ, ਉਤਸ਼ਾਹਿਤ ਕਰਾਂਗੇ। ਸੋ ਮੈਂ ਬੇਨਤੀ ਕਰਦਾ ਪਤਵੰਤੇ ਸੱਜਣਾਂ ਨੂੰ ਕਿ ਟੀਮਾਂ ਲਾਈਨ ਅਪ ਹੋਈਆਂ ਹੋਈਆਂ ਉਹਨਾਂ ਨਾਲ ਜਾਣ ਪਛਾਣ ਕਰਨ। ਸਰਦਾਰ ਰਮਨਦੀਪ ਸਿੰਘ ਜੀ ਰੈਂਪੀ, ਸਾਡੇ ਬਹੁਤ ਹੀ ਸਤਿਕਾਰਯੋਗ ਪਤਵੰਤੇ ਸੱਜਣ ਜਿਹੜੇ ਜਾਣ ਪਛਾਣ ਕਰਨ ਜਾ ਰਹੇ ਨੇ, ਅਸੀਂ ਡੀਪੀ ਸਾਹਿਬ ਦਾ ਸਪੈਸ਼ਲ ਤੌਰ 'ਤੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜੀਆਂ ਖਰੀਆਂ ਖਰੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਹ ਗੱਲ ਇੱਕ ਅਟਲ ਸੱਚਾਈ ਆ ਕਿ ਜਿਹੜੇ ਖਿਡਾਰੀ ਇਹ ਕਿਲੋ ਕਿਲੋਮੀਟਰ 'ਤੇ ਦੋ ਦੋ ਕਿਲੋਮੀਟਰ 'ਤੇ ਆਪਦੀਆਂ ਗੱਡੀਆਂ ਲਾ ਕੇ ਕੱਪੜੇ ਤਾਰਦੇ ਆ, ਉੱਥੇ ਕੁਛ ਨਾ ਕੁਛ ਦਾਲ ਦੇ ਵਿੱਚ ਕਾਲਾ ਤਾਂ ਜ਼ਰੂਰ ਹੁੰਦਾ। ਔਰ ਜਿਹੜੀ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਉਹ ਦੁਨੀਆ ਮਹਾਨ ਸਰਦਾਰ ਮੱਖਣ ਸਿੰਘ ਜੀ ਚੜਿੱਕ ਜਿਨ੍ਹਾਂ ਨੇ ਸਮਾਂ ਕੱਢਿਆ ਇੱਥੇ ਪੁੱਜੇ ਹੋਏ, ਆਪਾਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ, ਕਿਉਂਕਿ ਉਹ ਸਮਾਂ ਯਾਦ ਹੈ ਵੀ 82 ਦੇ ਵਿੱਚ ਪਹਿਲੀ ਵਾਰ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਈ ਸੀ ਤੇ ਲਗਾਤਾਰ ਕਹਿੰਦੇ ਵੀ 8-10 ਸਾਲ ਜਿਹੜੀ ਉਹ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ। ਔਰ ਕਹਿੰਦੇ ਵੀ ਇਹ ਸਭ ਕੁਝ ਜੋ ਹੈ ਮੱਖਣ ਸਿੰਘ ਜੀ ਚੜਿੱਕ ਡੀਬੀ ਸਾਹਿਬ ਦੀ ਦੇਣ ਹੈ। ਬੀਤੇ ਵਰਗੇ ਪਲੇਅਰ ਇਹਨਾਂ ਨਗਰਾਂ ਦੇ ਵਿੱਚੋਂ ਪੈਦਾ ਹੋਏ ਹੈ ਔਰ ਵਾਕਈ ਜਿਹੜੇ ਇਹਨਾਂ ਦੇ ਸੰਦ ਹੈ ਸ਼ੈਣੀਆਂ ਥੋੜੀਆਂ ਹਮੇਸ਼ਾ ਉਸ ਹੀਰੇ ਤਰਾਸ਼ਣ ਲਈ ਇਹਨਾਂ ਨੇ ਵਰਤੇ ਹੈ ਔਰ ਜਿਹੜਾ ਸਮੁੰਦਰ ਹੈ ਉਹ ਕੁੱਜੇ ਦੇ ਵਿੱਚ ਬੰਦ ਕਰ ਦਿੱਤਾ, ਬੜੇ ਥੋੜੇ ਸਮੇਂ ਦੇ ਵਿੱਚ ਵੱਡੀ ਗੱਲ ਆਖੀ ਹੈ। ਮੈਂ ਧੰਨਵਾਦ ਕਰਾਂਗਾ ਵਿਸ਼ੇਸ਼ ਤੌਰ 'ਤੇ ਸਰਦਾਰ ਮੱਖਣ ਸਿੰਘ ਜੀ ਚੜਿੱਕ ਸਾਹਿਬ ਔਰ ਚੜਿੱਕ ਸਾਹਿਬ ਉਹ ਵੀ ਸਮਾਂ ਯਾਦ ਹੈ ਦੁਨੀਆ ਨੂੰ ਜਦੋਂ ਚੜਿੱਕ ਸਾਹਿਬ ਨੇ ਆਖਿਆ ਸੀ ਵੀ ਕੀ ਗੱਲ ਹੈ ਦੁਆਬੇ ਦੇ ਪਲੇਅਰ ਤਕੜੇ ਹੈ, ਮਾਲਵੇ ਦੇ ਦੁਆਬੇ ਦੇ ਕਮੈਂਟਰ ਤਕੜੇ ਹੈ, ਵੀ ਕੀ ਗੱਲ ਹੈ ਮਾਲਵੇ ਦਾ ਦੁੱਧ ਮਾੜਾ ਹੈ ਜਾਂ ਕਿਸੇ ਖੁਰਾਕ ਦੇ ਵਿੱਚ ਘਾਟ ਹੈ, ਉਹ ਮੈਨੂੰ ਸਮਾਂ ਯਾਦ ਹੈ ਮੱਖਣ ਸਿੰਘ ਜੀ ਚੜਿੱਕ ਨੇ ਮਾਈਕ ਤੋਂ ਆਖਿਆ ਸੀ।
भी की गल भी प्लेयर मालवे के क्यों नहीं पैदा होंगे भी की गल मालवे का दुध माड़ा है जां खुराकां दे विच घाट है ते ओ कहिंदे भी गल नूं लड़ बन्ने प्लेयर ने प्लेयर टॉप दे पैरा कीते इस धरती ने और असीं कहिंदे भी जिहड़ी साडी उम्र है ओह मक्खण चिड़क नूं लग जावे क्योंकि सानूं लोड़ है बीते वर्गियां दी मनप्रीत वर्गे टॉप दे प्लेयरां दी निरपै वर्गे हठूर दे एकम वर्गे जिन्हां ने बड़े ट्रैक्टर जिते और बड़ा नां बनिया पूरी दुनिया भर दे विच मशहूर सरदार मक्खण सिंह चिड़क साहब हेलो करन जिन्ने भी जफ्फे लाऊगा ओहदे मामे वल्लों हर जफ्फे दे 100-100 रुपया दिता जाऊगा ते उधरों मेरे वीर भेजा तेजा ते जोगे वल्लों जे करन जफ्फा लाउंदा तां 500 रुपए दा इनाम दिता जाएगा। हेलो और नाल ही आपां धन्नवाद करदे गुरविंदर सिंह जी पटवारी साहब ओह कृपा करके स्टेज ते आके बैठण साडे सत्कारयोग सरपंच साहब आंदे है भी जिहड़े गुरविंदर सिंह जी पटवारी साहब है ओह आके स्टेज ते बैठण नाल ही मनजीत सिंह जी सरपंच सदरकोट शिंद्रपाल सिंह जी ब्लाक समिति करतार सिंह जी सदरकोट आपां इहनां दा विशेष तौर ते धन्नवाद करदे। हैलो अगला मैच भिंडरा ते नथो गए अगला मैच भिंडरा दा ते नथो गए दा होऊगा जिहड़ी इहनां चों जित्तूगी ओह भागपुर गगड़े नाल खेडूगी। चल जी हैलो लो इधरले बने वेखदे वी इस समय चलदा होया मुकाबला खेड मैदान दे विचकार है लोपो पिंडरा गभरू इस समय कबड्डी पा रहा है अगो देखते भी गगड़े पिंड का नौजवान इस समय बिल्ला खेड मैदान के अंदर लाउंदा होया जफ्फा इस समय पुआइंट जिहड़ा जाफिया के हिस्से जुड़ता हुआ है कहते भी यह नौजवान फकर बाबा दामू शाह जी लोहारे के खेड मेले का बेस्ट जाफी है चल भी नौजवान है पा भी कबड्डी चल भी गभरू पा भी कबड्डी इधरले बने वेखते भी बलजीत सिंह नाम है दुनिया बीते दिन नाल जानती है इस समय बीता खोसिया की धरती का कहते भी बदोबाल के खेड मेले त्या गभरू ने नैनो जीती इस समय देखते इसे ही पिंड का नौजवान पॉइंट अपने पिंड की टीम के जुड़ता हुआ लो सामने सेमी कहते भी लोपो की धरती का सामने सेमी लोपो वाला नौजवान कबड्डी पाता हुआ खेड मैदान के खोसा रणधीर वाले जिन्ने जफ्फे लाने उन्हें 100-100 रुपये दिते जाएंगे रमनदीप सिंह जी रैंपी सरपंच है उन्होंने वालों जिन्हें भी जफ्फे खोसा रणधीर की टीम के जाफी जफ्फे लाने उन्हें 100-100 रुपये दिते जाएंगे लो शिंदा कहते भी खोसा रणधीर की धरती का ला जफा बल्ले बल्ले करवा शिंदे कीपे वालों 100 रुपया शिंदे कीपे वालों 100 रुपया दिता जाता है गागड़ कहना भी जिन्हें फिडू जफे लाऊगा उन्हें 100 रुपये गागड़ वालियों लो इधरले बने वेखते भी जोगे वाला पिंड है नौजवान कबड्डी खिलाड़ी का पप्पू इस समय कबड्डी पा रहा है पर दूसरे पासे देखते भी नौजवान गभरू लोपो पिंड का लो जोगे वाले का पप्पू कहते भी लोहारे के खेड मेले का कबड्डी कप का बेस्ट रेडर है इस समय जोगे वाली पप्पू पॉइंट जो अपनी टीम के हिस्से जोड़ता हुआ है चल भी नौजवान भावी कबड्डी इधरले बने वेखते भी नाज कुनर्म शरीर है इधर साढ़े सूबा सिंह वाला पिंड है हेलो बलवीर अलगो शिंदे 100 रुपया Yeah!
जग्गे वालों करन दे मामे वालों 100 रुपया तेजे वालों भेजे वालों 500 रुपया दिता जाता है और नाल ही मैं बेनती करता हूं 500 रुपया दिता जाता है करन भाई नु इस जफे दा बेनती करा मैं जिन्ना ने बड़ी माइक सहायता दी है साडे टूरनामेंट प्रबंधक कमेटी नू 5100 11000 6100 40000 21000 वो सारे सज्जन स्टेज दे नेड़े तेड़े रहन क्योंकि उन्होंने भी असी सन्मान चिन्ह दे के सन्मानित करना फिर बेनती करते हैं जिन्ने जफे लाउंदा बलवीर भाई वालों उन्ने 100-100 दे नाम छिंदा जिन्ने जफे लाउंदा बलवीर वालों उन्ने 100-100 दे नाम लो इधर वेखदे भी मान सन्मान भी किए जा रहे हैं उधर साडे सूबा सिंह जी सद्दा सिंह वाला पिंड है इधर मेरे लिए वेखदे लई बहुत सारा मान प्यार भेजदे है जे भाई बोड़ा जफा लाउंदा तां इंद्रजीत वालों 100 रुपया दिता जाऊगा बोड़ा जफा लाऊगा तां नाल ही छिंदे दे लई मनदीप सिंह जी इंग्लैंड ओदे वालों छिंदे दे लई 100 रुपए दे वड्डे आदर सत्कार पुज्जे है नाल ही हुण देखांगे भी बीता खोसा रणधीर वाला इस वेले नौजवान कबड्डी पाउंदा होया खेड मैदान दे विच लो सामने बीता खोसा रणधीर वाला बहुत सोहणे पॉइंट दा वादा करदा होया अपनी टीम दे लई फिड्डू जफा लाऊगा ना 100 रुपया दिता जाऊगा गागड़ वालों फिड्डू जफा लाऊगा तां फिडू दे 300 रुपया भेज दे साडे गुरप्रीत सिंह जी मान जगप्रीत सिंह जी और धन्यवाद करते हैं सत्कारयोग जसवीर सिंह जी पप्पू फिडू लई 100 रुपये का स्पैशल नाम भेजते ने जसवीर सिंह जी पप्पू मैंबर साहब इधर पाला ते सोटी साडे सत्कार योग वीर कहिंदे वी जेकर सतवंत जसवंत जप्पा लावेगा आपां 100 रुपया देवांगे जसवंत जी लै नहीं आओ जी नत्थो के 100 रुपया दित्ता जाऊगा जे जसवंत जप्पा लाऊगा तां अगले मैच वास्ते सांभ के रख लो जदों अगला मैच आया उदों दे दिओ हुण दूजा मैच चालू करवाया जावे उस तों बाद बाके वीर देख ला फाइनल मैच करवाउणा उहनां दा 70 किलो दा इहदे विचों पॉइंटां दा जिहड़ा लेखा जोखा है इस मुकाबले विच खोसा रणधीर दे 12.5 पॉइंट ने जी खोसा रणधीर दी टीम जेतू रही है इधर बीता खोसे वाले लई जौल डेयरी खोसा रणधीर वाले 100 रुपए दे मान प्यार भेजदे है जौल डेयरी खोसा रणधीर इधर बोला तो खुश होके भी बहुत मान प्यार भेजदे है खोसिया वाली टीम अपना इनाम लै जाए जी खोसा दी टीम आओ जी नत्थो के ते पिंडर ਉਹ ਲਾਡੀ ਲਾਡੀ ਨੂੰ ਬੇਨਤੀ ਕਰਦੇ ਆ ਸਟੇਜ ਤੇ ਚਾਹ ਲਿਆਵੇ ਵੀ ਸਾਰੇ ਸੱਜਣਾ ਲਈ ਸਟੇਜ ਤੇ ਸਾਡੇ ਪਦਵੰਤੇ ਸੱਜਣਾ ਇਹ ਚਾਹ ਲਿਆ ਕਰਾਂ ਮੈਚ ਜਿਹੜਾ ਜਲਦੀ ਖੇਡ ਮੈਦਾਨ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਬੇਨਤੀ ਆ ਵੀ ਮੈਚ ਜਲਦੀ ਖੇਡ ਮੈਦਾਨ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਇੱਕ ਪਾਸੇ नथोके आओ जी जल्दी दे नाल नथोके दी टीम जिहड़ियां टीमां नूं असीं सद्दा पत्तर दिंदे आ कृपा करके जल्दी तो जल्दी ग्राउंड दे विच पहुंच जाया करन क्योंकि बाला हनेरा कीतिया कोई फायदा नहीं गा जिहड़ी टीम नूं बेनती करदे आ असीं जल्दी तो जल्दी ग्राउंड दे विच पहुंच जाया करन और नाल दी नाल दस दईए कि जिहड़े सज्जना ने सानू वित्तीय सहायता दिती आ राशि दिती आ उन्हां नूं असीं सन्मान चिन्ह देने आ उह वी सारे सज्जन इत्थे स्टेज दे नेड़े रहिण फिडू भाई आ 100 रुपया होर लै जी इधरों नाल जिहड़ी रस्से दी टीम है रस्साकसी दी टीम है जिहड़ी कल सैकंड रही सी उन्होंने बेनती है भी उन्होंने 500 रुपया साढ़े कोले कोई सज्जन दे के गया से कृपा करके लै जाण हाले तक लैके नहीं गए 500 रुपया साढ़े कोल है मैं बेनती करता भी जी रस्साकसी की टीम है वह अपना 500 रुपया लै जाण कृपा करके जे दोनों टीम आ गई तो मैच शुरू किया जाए रैफरी साहबान बेनती है इधर इस समय मुकाबला जिहड़ा खेड मैदान दे विचकार है नथो के वारसी पिंडरां दीआं टीमां दा बड़ा तगड़ा मुकाबला खेडिया जाएगा
ਨੱਥੋ ਕੇ ਵਾਰਸੀ ਜੀ ਭਿੰਡਰਾਂ ਦੀਆਂ ਟੀਮਾਂ ਦਾ ਇਹ ਮੈਚ ਵੀ ਬੜਾ ਤਕੜਾ ਖੇਡਿਆ ਜਾਵੇਗਾ। ਇਸ ਸਮੇਂ ਦੇਖਦੇ ਵੀ ਦੋਨੋਂ ਨਾਮਵਰ ਟੀਮਾਂ ਨੇ ਬਾਗੇ ਇਹ ਤੋਂ ਬਾਅਦ ਸਾਡਾ ਉਹਦਾ ਫਾਈਨਲ ਕਰਾਉਣਾ 70 ਦਾ ਬਾਈ ਉਹ ਤੂੰ ਗਾਂ ਕਰਾਵਾਂਗੇ ਜੇ ਬਾਈ ਸੈਮੀ ਫਾਈਨਲ ਖੜਾ ਕੇ ਸੈਮੀਫਾਈਨਲ ਖੜਾ ਕੇ ਨਾ ਜੋ ਸੈਮੀਫਾਈਨਲ ਖੇਡ ਗਏ ਉਹ ਤੂੰ ਗਾਂ ਖੜਾਵਾਂਗੇ ਇਹਨਾਂ ਨੂੰ ਠੀਕ ਹੈ ਚਲੋ ਨਾਲੇ ਇਹਨਾਂ ਨੂੰ ਬ੍ਰੇਕ ਮਿਲ ਜੂਗੀ ਹਾਂਜੀ ਓਪਨ ਵਾਲਿਆਂ ਨੂੰ ਬ੍ਰੇਕ ਮਿਲ ਜੂਗੀ ਗੁਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਗੁਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਸਟੇਜ ਤੇ ਆ ਜਾਣ ਕਿਰਪਾ ਕਰਕੇ ਗੁਰਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਨਾਲ ਗੁਰਵਿੰਦਰ ਸਿੰਘ ਜੀ ਪੱਪੀ ਪ੍ਰਧਾਨ ਹੈ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਮੈਂ ਬੇਨਤੀ ਕਰਾਂਗਾ ਮੰਗਲ ਘਾਲੀ ਮੰਗਲ ਘਾਲੀ ਗਰਾਊਂਡ ਦੇ ਵਿੱਚ ਆ ਜਾਏ ਕਿਉਂਕਿ ਸਾਡੇ ਬਿੰਨੂ ਸਿੱਧੂ ਸਾਹਿਬ ਨੇ ਇਹਨੂੰ ਘਿਓ ਦੇ ਪੀਪੇ ਨਾਲ ਸਨਮਾਨਿਤ ਕਰਨਾ ਪੀਪਾ ਸਾਡੇ ਕੋਲੇ ਪਿਆ ਮੰਗਲ ਘਾਲੀ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਹੋਵੇ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਏ ਨਾਲ ਹੀ ਸਾਡਾ ਵੀਰ ਬੰਨੀ ਸਿੱਧੂ ਕਹਿੰਦੇ ਵੀ ਦੇਸੀ ਘਿਓ ਦਾ ਟੀਮ ਦਿੱਤਾ ਜਾਵੇਗਾ ਘਲ ਕਲਾਂ ਦੇ ਮੰਗਲ ਦੇ ਲਈ ਬੰਨੀ ਸਿੱਧੂ ਸਾਡਾ ਵੀਰ ਹੈ ਕੁਲਜੀਤ ਤੂਰ ਸਾਡਾ ਵੀਰ ਨਿਊਜ਼ੀਲੈਂਡ ਦੇ ਵਿੱਚ ਬੈਠਾ ਹੈ ਮੁਬਾਰਕਬਾਦ ਭੇਜ ਰਹੇ ਸਾਡੇ ਵੀਰ ਮਨਦੀਪ ਹੋਣੀ ਨਾਲ ਹੀ ਕੁਲਜੀਤ ਸਾਡਾ ਤੂਰ ਵੀਰ ਹੈ ਨਿਊਜ਼ੀਲੈਂਡ ਦੇ ਵਿੱਚ ਬੈਠਾ ਹੈ ਨੈਟ ਦੇ ਜ਼ਰੀਏ ਮੈਚਾਂ ਦਾ ਆਨੰਦ ਮਾਣ ਰਹੇ ਹੈ ਕਰਨੈਲ ਸਿੰਘ ਕੈਲੂ ਵੱਲੋਂ 100 ਰੁਪਇਆ ਬੀਤੇ ਨੂੰ ਕਰਨੈਲ ਸਿੰਘ ਜੀ ਕੈਲੂ ਉਹਨਾਂ ਵੱਲੋਂ 100 ਰੁਪਇਆ ਬੀਤੇ ਦੇ ਲਈ ਬੀਤੇ ਨੂੰ ਬੇਨਤੀ ਵੀ ਆ ਕੇ ਲੈ ਜਾਵੇ ਸਾਡਾ ਵੀਰ ਹੈ ਬੀਤਾ ਲਓ ਹੁਣ ਜਿਹੜਾ ਮੈਚ ਹੈ ਬੜਾ ਤਕੜਾ ਖੇਡਿਆ ਜਾਵੇਗਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਭਿੰਡਰਾਂ ਦੀ ਟੀਮ ਜਿਹੜੀ ਦਰਸ਼ਕ ਵੀਰੋ ਇੱਧਰ ਗੁਰਦੁਆਰਾ ਸਾਹਿਬ ਵਾਲੀ ਸਾਈਡ ਹੈ ਦੂਸਰੇ ਪਾਸੇ ਟੀਮ ਜਿਹੜੀ ਨੱਥੋਕਿਆਂ ਦੀ ਹੈ ਇੱਧਰ ਪੱਪੀ ਪ੍ਰਧਾਨ ਜੀ ਸਾਡੇ ਬਹੁਤ ਸਾਰਾ ਮਾਣ ਪਿਆਰੇ ਨਾਲ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ ਇਸ ਸਮੇਂ ਮੈਚ ਬੜਾ ਤਕੜਾ ਖੇਡਿਆ ਜਾਵੇਗਾ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਧੰਨਵਾਦ ਹੈ ਕਿ ਵੱਡੀ ਤਾਦਾਦ ਦੇ ਵਿੱਚ ਦਰਸ਼ਕ ਵੀਰ ਪੁੱਜੇ ਅੱਜ ਦੇ ਇਸ ਖੇਡ ਮੇਲੇ ਨੂੰ ਦੇਖਣ ਦੇ ਲਈ ਇਸ ਸਮੇਂ ਮੈਚ ਬੜਾ ਤਕੜਾ ਹੈ ਇੱਧਰਲੇ ਬਣੇ ਦੇਖਦੇ ਵੀ ਪਹਿਲੀ ਕਬੱਡੀ ਇਸ ਸਮੇਂ ਨੱਥੋ ਕੇ ਪਿੰਡ ਦੇ ਵੱਲੋਂ ਨੌਜਵਾਨ ਮਾਣੂ ਕੇ ਗਿੱਲ ਪਿੰਡ ਹੈ ਜਗਮੀਤ ਸਿੰਘ ਭੀਮ ਨੌਜਵਾਨ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ 4 ਜਾਫੀ ਨੇ ਇਸ ਸਮੇਂ ਨੌਜਵਾਨ ਪਿੰਡਰ ਪਿੰਡ ਪ੍ਰਸਿੱਧ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਸੀਰੇ ਵਰਗੇ ਬੰਤੇ ਵਰਗੇ ਬਿੱਲੇ ਵਰਗੇ ਜੌੜਿਆਂ ਦੀ ਕਬੱਡੀ ਪ੍ਰਸਿੱਧ ਹੋਈ ਹੈ ਪਰ ਇਸ ਸਮੇਂ ਇੱਧਰਲੇ ਪਾਸੇ ਨੌਜਵਾਨ ਗੱਭਰੂ ਦੇਖਦੇ ਵੀ ਨੌਜਵਾਨ ਰਾਜੂ ਹੈ ਇੱਧਰਲੇ ਬਣੇ ਨੌਜਵਾਨ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਅਮਰਜੀਤ ਸਿੰਘ ਗੇਜੀ ਕਹਿੰਦੇ ਵੀ ਕਪੂਰੇ ਪਿੰਡ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਗੇਜੀ ਕਪੂਰਿਆਂ ਦੀ ਧਰਤੀ ਦਾ ਕਿ ਦੇਖ ਲਓ ਪੰਜਾਬ ਦੀ ਜਵਾਨੀ ਸ਼ੂਕਦੀ ਉੱਡਣ ਖਟੋਲੇ ਬਣ ਭੱਜਣ ਛਪੱਟਾਂ ਤੇ ਡੌਲਿਆਂ ਤੇ ਮੱਛੀਆਂ ਦੇ ਖੂਨ ਚ ਤੂਫਾਨ ਹੈ ਹੁੰਦੀਆਂ ਨੇ ਗੱਲਾਂ ਪੈਣ ਭੁੱਗੀਆਂ ਨੇ ਪੱਟਾਂ ਤੇ ਖਾਧੀਆਂ ਖੁਰਾਕਾਂ ਅੱਜ ਕੰਮ ਆ ਗਈਆਂ ਹੁੰਦੀਆਂ ਨੇ ਗੱਲਾਂ ਅੱਜ ਵੱਢਿਆਂ ਇਕੱਠਾਂ ਤੇ ਸੋਨਾ ਚਾਂਦੀ ਹਰ ਸ਼ੈ ਮਿਲ ਜਾਂਦੀ ਬੱਚੋ ਹਾਣੀਆਂ ਪਰ ਮਿਲਦੇ ਨਾ ਕੌਡੀ ਵਾਲੇ ਹੀਰੇ ਮੁੱਲ ਹੱਟਾਂ ਤੇ ਪਰ ਮਿਲਦੇ ਨਾ ਕੌਡੀ ਵਾਲੇ ਹੀਰੇ ਮੁੱਲ ਹੱਟਾਂ ਤੇ ਬਬਲੀ ਰਾਮੇ ਦੀ ਧਰਤੀ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਭਾਜੀ ਮੰਗਲ ਘਾਲੀ ਨੂੰ ਬੇਨਤੀ ਕਰਦੇ ਆ ਜੇ ਵੀ ਗਰਾਊਂਡ ਦੇ ਵਿੱਚ ਮੰਗਲ ਘਾਲੀ ਨੂੰ ਨਾਲ ਹੀ ਬੇਨਤੀ ਕਰਦੇ ਆ ਜਿੱਥੇ ਵੀ ਹੈਗਾ ਗਰਾਊਂਡ ਦੇ ਵਿੱਚ ਆਵੇ ਮੰਗਲ ਘਾਲੀ ਇਹਨੂੰ ਸਨਮਾਨਿਤ ਕਰਨਗੇ ਬੰਨੀ ਸਿੱਧੂ ਜੀ ਨਾਲ ਰਮਨਦੀਪ ਸਰਪੰਚ ਜੀ ਤੇ ਪਤਵੰਤ ਸੱਜਣ ਆ ਜਿਹੜੇ ਮੰਗਲ ਘਾਲੀ ਬਚਿੱਤਰ ਸਿੰਘ ਜੀ ਟਰੱਕਾਂ ਵਾਲੇ ਖੋਸੇ ਕੋਟਲੇ ਵਾਲੇ ਜਿੱਤੀ ਟੀਮ ਦੇ ਲਈ 200 ਰੁਪਇਆ ਭੇਜਦੇ ਜਿਹੜੀ ਟੀਮ ਜੇਤੂ ਰਹੇਗੀ ਉਹਦੇ ਲਈ 200 ਰੁਪਇਆ ਬਚਿੱਤਰ ਸਿੰਘ ਜੀ ਟਰੱਕਾਂ ਵਾਲੇ ਖੋਸਾ ਕੋਟਲਾ ਵਾਲੇ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਸ ਸਮੇਂ ਪਾਈ ਹੋਈ ਕਬੱਡੀ ਹੈ ਕਿ ਖੇਡਣ ਖੇਡ ਕਬੱਡੀ ਗੱਭਰੂ ਸੋਹਣੇ ਸ਼ੈਲ ਛਬੀਲੇ ਘੋਲੀਏ ਦਾ ਜਰਨੈਲ ਕਹੇ ਨਾ ਜਾਣ ਕਿਸੇ ਤੋਂ ਕੀਲੇ ਵਿੱਚ ਮੈਦਾਨੀ ਮਾਰ ਨਿਸ਼ਾਲਾ ਜਿਉਂ ਬਾਗਾਂ ਵਿੱਚ ਹਰਨੀ ਰੀਸ ਪੰਜਾਬੀਆਂ ਦੀ ਕੀ ਦੁਨੀਆਂ ਨੇ ਕਰਨੀ ਰੀਸ ਪੰਜਾਬੀਆਂ ਦੀ ਪੰਜਾਬੀਆਂ ਦੀ ਜਿੱਦ ਜਾਣ ਖੇਡ ਹੈ ਇੱਕ ਪਾਸੇ ਵਾਹ ਦੇਖਦੇ ਵੀ ਮੁੰਡਾ ਇਸ ਸਮੇਂ ਭਿੰਡਰ ਪਿੰਡ ਦਾ ਪਰ ਦੂਸਰੇ ਪਾਸੇ ਭੀਮ ਹੈ ਮਾਣੂ ਕੇ ਗਿੱਲਾਂ ਦਾ ਲਓ ਭੀਮ ਦੇ ਲਈ 100 ਰੁਪਇਆ ਸਾਡੇ ਵੀਰ ਇਕਬਾਲ ਰੈਂਪੀ ਜੀ ਮੈਂਬਰ ਪੰਚਾਇਤ ਉਹਨਾਂ ਵੱਲੋਂ ਨਾਲ ਭੀਮ ਦੇ ਲਈ 100 ਰੁਪਇਆ ਸਾਡਾ ਸਤਿਕਾਰਯੋਗ ਵੀਰ ਹੈ ਗੁਰਮੀਤ ਗੀਤੀ ਕਲੱਬ ਦਾ ਖਜ਼ਾਨਾ ਮੰਤਰੀ ਹੈ ਉਹਦੇ ਵੱਲੋਂ 100 ਰੁਪਇਆ ਭੀਮ ਦੇ ਲਈ ਆਪਾਂ ਧੰਨਵਾਦ ਕਰਦੇ ਹਾਂ ਨਾਲ ਮਨਦੀਪ ਇੰਗਲੈਂਡ ਉਹਦੇ ਵੱਲੋਂ 100 ਰੁਪਇਆ ਅਮਰਜੀਤ ਗੇਜੀ ਕਪੂਰਿਆਂ ਵਾਲੇ ਦੇ ਲਈ
गेजी दे लई 100 रुपया भेजदे आ साडे मनदीप सिंह जी इंग्लैंड नाल साडा वीर बन्नी सिद्धू आपां विशेष तौर ते धन्नवाद करदे आ साडा वीर बन्नी सिद्धू ओहदे वल्लों आदर सत्कार बख्शे जा रहे ने कल कलां दे मंगल दे लई बन्नी सिद्धू साडा जिंदगी दा सत्कारयोग वीर है ओहदे वल्लों देसी घिओ दा जिहड़ा टीन है आदर सत्कार बख्शे जा रहे ने ਘੱਲਾਂ ਵਾਲੇ ਮੰਗਲ ਦੇ ਲਈ ਮੁਬਾਰਕਬਾਦ ਆ ਸਰਦਾਰ ਦੇਵ ਸਿੰਘ ਦੇ ਪ੍ਰਧਾਨ ਦੇ ਪੁੱਤ ਨੂੰ ਮੰਗਲ ਘਾਲੀ ਸਿਰੇ ਦਾ ਜਾਫੀ ਹੈ ਜਿਵੇਂ ਬੰਨੀ ਸਿੱਧੂ ਮਾਣ ਕਰਦੇ ਇਸ ਨੌਜਵਾਨ ਪਲੇਅਰ ਤੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬੰਨੀ ਸਿੱਧੂ ਜੀ ਹੈਲੋ ਚੱਲ ਵੀ ਇਧਰਲੇ ਬਣੇ ਵੇਖਦੇ ਵੀ ਸੁੱਖਾ ਪੁਆਇੰਟ ਲੈ ਕੇ ਵਾਪਸ ਪਰਤਦਾ ਹੋਏ ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਇਧਰਲੇ ਬਣੇ ਅਗਲੀ ਕਬੱਡੀ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਰੇਡ ਹੈ ਕਿ ਟੀਵੀ ਅਖਬਾਰਾਂ ਉੱਤੇ ਨਾ ਬੋਲਦਾ ਇੱਕ ਪਿੰਡ ਨਹੀਂ ਥਾਂ ਥਾਂ ਬੋਲਦਾ ਕਿਹਦਾ ਪੁੱਤ ਕਿਹਦਾ ਪੋਤਾ ਕਿਹੜਾ ਪਿੰਡ ਜੋਧੇ ਆ ਤੇ ਚੰਡਿਆ ਹੈ ਕਿਹੜੇ ਕੋਚ ਮਹਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਕਹਿੰਦੇ ਵੀ ਇਧਰਲੇ ਬਣੇ ਕਪੂਰੇ ਪਿੰਡ ਹੈ ਸਵਰਗਵਾਸੀ ਸਰਦਾਰ ਨਹਿਲ ਸਿੰਘ ਦੇ ਘਰ ਦਾ ਚਿਰਾਗ ਹੈ ਵੇਖਦੇ ਵੀ ਗੇਜੀ ਕਪੂਰੇ ਪਿੰਡ ਦਾ ਕਬੱਡੀ ਪਾ ਰਿਹਾ ਹੈ ਪਰ ਦੂਸਰੇ ਪਾਸੇ ਕੀਤੀ ਹੋਈ ਕੋਸ਼ਿਸ਼ ਨੱਥੋ ਕੇ ਪਿੰਡ ਦੇ ਗੱਭਰੂ ਦੀ ਪੁਆਇੰਟ ਇਸ ਸਮੇਂ ਵੇਖਦੇ ਵੀ ਗੇਜੀ ਕਪੂਰੇ ਪਿੰਡ ਦਾ ਰਾਮੇ ਪਿੰਡ ਦਾ ਬਬਲੀ ਇਸ ਸਮੇਂ ਅਗਲੀ ਕਬੱਡੀ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਅੰਦਰ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਛਾਂਟਵਾਂ ਸਰੀਰ ਉਮਰ ਛੋਟੀ ਹੈ ਇਹ ਪਾਈ ਹੋਈ ਕਬੱਡੀ ਹੈ ਨੌਜਵਾਨ ਖਿਡਾਰੀ ਦੇਖਦੇ ਵੀ ਖੇਡ ਮੈਦਾਨ ਦੇ ਅੰਦਰ ਚਾਰ ਜਾਫੀ ਲਓ ਇੱਧਰ ਨੌਜਵਾਨ ਪਿੱਟੂ ਵਰਗੇ ਗੋਲਡੀ ਵਰਗੇ ਨਾਲ ਗੋਰੇ ਵਰਗੇ ਲਓ ਗੋਲਡੀ ਦੇਖਦੇ ਵੀ ਇਸ ਸਮੇਂ ਭਿੰਡਰਾਂ ਦੀ ਧਰਤੀ ਦਾ ਲਓ ਦੇਖਦੇ ਵੀ ਜਿੱਥੋਂ ਦਾ ਸੀਰਾ ਕਹਿੰਦੇ ਦੁਨੀਆਂ ਦਾ ਪ੍ਰਸਿੱਧ ਹੈ ਲਓ ਉਸੇ ਹੀ ਪਿੰਡ ਦਾ ਨੌਜਵਾਨ ਗੱਭਰੂ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਨੌਜਵਾਨ ਆ ਪਾਵੀ ਕਬੱਡੀ ਇਧਰਲੇ ਬਣੇ ਵੇਖਦੇ ਵੀ ਸਾਫੂ ਵਾਲਾ ਪਿੰਡ ਹੈ ਮੁੰਡੇ ਦਾ ਸੁੱਖਾ ਨਾਮ ਹੈ ਜਿੱਥੋਂ ਦਾ ਧਰਵੰਤ ਕਹਿੰਦੇ ਪ੍ਰਸਿੱਧ ਹੋਇਆ ਗੀਜੇ ਵਰਗੇ ਲਓ ਇਧਰਲੇ ਬਣੇ ਸੁੱਖੇ ਦੀ ਕਬੱਡੀ ਹੈ ਦੇਖਦੇ ਵੀ ਸਰਦਾਰ ਪ੍ਰਗਟ ਸਿੰਘ ਜਵੰਦੇ ਦਾ ਸਪੁੱਤਰ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਨੱਥੋ ਕੇ ਪਿੰਡ ਹੈ ਸੋਨੂ ਦਾ ਪਰ ਦੇਖਦੇ ਵੀ ਪੁਆਇੰਟ ਜਿਹੜਾ ਇਧਰ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਲਓ ਦੇਖਾਂਗੇ ਵੀ ਸਾਰੇ ਨੌਜਵਾਨ ਇਸ ਵੇਲੇ ਹੁਣ ਕੌਣ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ ਸਾਹਮਣੇ ਆਪਾਂ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਜਗਮੀਤ ਸਿੰਘ ਭੀਮ ਮਾਣੂ ਕੇ ਗੇਲਾਂ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਭੀਮ ਮਾਣੂ ਕੇ ਗੇਲਾਂ ਦੀ ਧਰਤੀ ਦਾ ਕਹਿੰਦੇ ਵੀ ਤਾਰਾ ਸਿੰਘ ਜੀ ਸਰਪੰਚ ਨੇ ਉਸ ਨਗਰ ਦੇ ਲਾਡੀ ਸਿਰੇ ਦਾ ਪਲੇਅਰ ਹੈ ਗੁਰਲਾਲ ਕੈਨੇਡਾ ਦੇ ਵਿੱਚ ਬੈਠਾ ਹੈ ਲਓ ਸਾਹਮਣੇ ਜਗਮੀਤ ਸਿੰਘ ਜੀ ਭੀਮ ਦੀ ਪਾਈ ਹੋਈ ਕਬੱਡੀ ਔਰ ਚਾਰ ਜਾਫੀ ਦੇਖਾਂਗੇ ਇੱਕ ਪਾਸੇ ਕਹਿੰਦੇ ਵੀ ਨੌਜਵਾਨ ਬੱਬੂ ਹੈ ਭਿੰਡਰਾਂ ਦੀ ਧਰਤੀ ਦਾ ਦੋ ਨੰਬਰ ਤੇ ਕਹਿੰਦੇ ਵੀ ਭਿੰਡਰਾਂ ਵਾਲੇ ਚਰਨੇ ਦਾ ਪੁੱਤ ਹੈ ਇੱਕ ਪਾਸੇ ਜਾਫੀ ਕਹਿੰਦੇ ਵੀ ਗੁੱਟ ਫੜਨ ਦੇ ਵਿੱਚ ਮਸ਼ਹੂਰ ਹੈ ਰਾਜੂ ਭਿੰਡਰਾਂ ਵਾਲਾ ਕਰਦਾ ਕੋਸ਼ਿਸ਼ ਤੇ ਜਗਮੀਤ ਸਿੰਘ ਭੀਮ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਇਧਰਲੇ ਬਣੇ ਫਿਰ ਵੇਖਦੇ ਵੀ ਕਪੂਰੇ ਪਿੰਡ ਦੇ ਕਹਿੰਦੇ ਵੀ ਖੇਡ ਮੇਲੇ ਦੀ 24 ਤਰੀਕ ਹੈ ਇਸ ਸਮੇਂ ਨੌਜਵਾਨ ਗੇਜੀ ਕਪੂਰਿਆਂ ਵਾਲਾ ਗੱਭਰੂ ਕਬੱਡੀ ਪਾ ਰਿਹਾ ਹੈ ਦੇਖਦੇ ਵੀ ਚਾਰ ਜਾਫੀ ਹੈ ਕਹਿੰਦੇ ਵੀ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਦਸ਼ਮੇਸ਼ ਕਬੱਡੀ ਕਲੱਬ ਕੈਲਗਰੀ ਦੀ ਟੀਮ ਲਈ ਖੇਡੇ ਅਲਬਰਟਾ ਦੇ ਖੇਡ ਸੀਜ਼ਨ ਦੇ ਵਿੱਚ ਨੌਜਵਾਨ ਗੱਭਰੂ ਇਸ ਸਮੇਂ ਕਪੂਰੇ ਪਿੰਡ ਦਾ ਗੇਜੀ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਵੇਖਦੇ ਵੀ ਚਾਰ ਜਾਫੀ ਹੈ ਲਓ ਇਧਰਲੇ ਬਣੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਨੱਥੋ ਕੇ ਪਿੰਡ ਦੇ ਨੌਜਵਾਨ ਗੱਭਰੂ ਦਾ ਇਧਰ ਮੱਖਣ ਚਰਿੱਕ ਜੀ ਸਤਿਕਾਰਯੋਗ ਹਸਤੀ ਨੇ ਕਬੱਡੀ ਦੀ ਸਾਡੇ ਦਰਮਿਆਨ ਪੁੱਜੇ ਹੋਏ ਹੈ ਇਧਰਲੇ ਬਣੇ ਅਗਲੀ ਕਬੱਡੀ ਨੌਜਵਾਨ ਭੀਮ ਦੀ ਹੈ ਕਿ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾਂ ਯੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ੍ਹ ਨਾ ਬਣੇ ਦਾ ਪੇਚ ਸਿੱਖੀ ਬਿਨਾਂ ਗੱਲ ਨਾ ਬਣੇ ਵਾਕਿਆ ਗੁਰੂ ਬਿਨਾਂ ਗਿਆਨ ਨਹੀਂ ਦਾ ਪੇਚ ਸਿੱਖੀ ਬਿਨਾਂ ਕਬੱਡੀ ਨਹੀਂ ਖੇਡੀ ਜਾਂਦੀ ਇਸ ਸਮੇਂ ਪਾਈ ਹੋਈ ਕਬੱਡੀ ਹੈ ਵਾਹ ਦੇਖਦੇ ਵੀ ਇੱਕ ਪਾਸੇ ਨੌਜਵਾਨ ਗੱਭਰੂ ਭਿੰਡਰ ਪਿੰਡ ਦਾ ਪਰ ਦੂਸਰੇ ਪਾਸੇ ਵੇਖਦੇ ਵੀ ਮੁੰਡਾ ਮਾਣੂ ਕੇ ਗਿੱਲਾ ਪਿੰਡ ਦਾ ਹੈ ਇਸ ਸਮੇਂ ਪੁਆਇੰਟ ਜਿਹੜਾ ਨੱਥੋਕਿਆਂ ਦੀ ਟੀਮ ਦੇ ਹਿੱਸੇ ਜੋੜਦਾ ਲਓ ਸਾਪੂ ਵਾਲੇ ਦੀ ਸੁੱਖੇ ਦੀ ਕਬੱਡੀ ਔਰ ਗੱਲ ਕਰੇਗਾ ਖੋਸੇ ਕੋਟਲੇ ਦਾ ਅਮਰੀਕ ਸਿੰਘ ਲਓ ਸਾਹਮਣੇ ਦੇਖਦੇ ਵੀ ਨੌਜਵਾਨ ਸੁੱਖੇ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਵੀ ਸੋਨਾ ਨੱਥੋ ਕੇ ਪਿੰਡ ਦਾ ਕਰਾਉਂਦਾ ਹੋਇਆ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਵੀ ਜਿਹੜਾ ਪੁਆਇੰਟ ਨੱਥੋ ਕਿਉਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਨਾਲ ਸਾਡੇ ਗੁਲਾਟੀ ਸਾਹਿਬ ਪੁੱਜੇ ਹੋਏ ਨੇ ਆਪਾਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਗਗੜਾ ਵਾਰਸੀ ਖੋਸਾ ਰਣਧੀਰ ਦੀਆਂ ਟੀਮਾਂ ਜੀ ਇਸ ਤੋਂ ਅਗਲੇ ਮੈਚ ਲਈ ਟੀਮਾਂ ਜਿਹੜੀਆਂ ਗਰਾਊਂਡਾਂ ਵੱਲ ਆ ਜਾਣ ਗਗੜਾ ਵਾਰਸੀ ਖੋਸਾ ਰਣਧੀਰ ਇਹਨਾਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ
भी जल्दी दे नाल टीमां जिहड़ियां ग्राउंड दे विच आउणगियां। इस समय वेखदे भी भीम कबड्डी पा रहा है, कदे कहिंदे बलविंदर भीमा सहेड़ी पिंड दा सदा दिली छड़ के तुर गया है। एक पासे वेखदे भी नौजवान गभरू इस समय भीम माणू के गिल पिंड दा नथोकियां दी टीम दे लई पॉइंट जोड़दा होया है। चल भी नौजवाना पा भी कबड्डी, सापू वाले पिंड दा सुखा देखदे भी इस समय कबड्डी पाउंदा होया है। नौजवान गभरू इस समय कबड्डी पा रहा है, चार जाफी है। उधर वेखदे भी पम्मा मडीला वाला साडा सत्कारयोग वीर है सापू वाले पिंड दा, ਉਹ ਵੀ ਨੈਟ ਦੇ ਜਰੀਏ ਮੈਚ ਤੱਕਦਾ ਹੈ। ਹੈਲੋ, ਇਧਰਲੇ ਬੜੇ ਪੁਆਇੰਟ ਧਾਵੀਦਾ ਹੈ ਮਾਣੂਕੇ ਵਾਲੇ ਭੀਮ ਨੂੰ। ਗੀਤੀ ਵੱਲੋਂ, ਜੀਤੀ ਵੱਲੋਂ ਬੀਰੀ ਦੇ ਭਰਾ ਲਗੋ 100 ਰੁਪਏ ਦਿੱਤਾ ਜਾਂਦਾ ਮਾਣੂਕੇ ਵਾਲੇ ਭੀਮ ਨੂੰ। ਜਗਤਾਰ ਸਿੰਘ ਜੀ ਵਪਾਰੀ ਸਾਹਿਬ ਉਹ ਵੀ 100 ਰੁਪਇਆ ਭੇਜਦੇ ਆ ਮਾਣੂਕੇ ਗੱਲਾਂ ਵਾਲੇ ਭੀਮ ਦੇ ਲਈ। ਜਗਤਾਰ ਸਿੰਘ ਜੀ ਵਪਾਰੀ ਸਾਹਿਬ, ਲਓ ਦੇਖਾਂਗੇ ਵੀ ਜਗਮੀਤ ਸਿੰਘ ਭੀਮ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਇੱਧਰ ਸਾਡੇ ਪਾਲ ਸਿੰਘ ਜੀ ਕਹਿੰਦੇ ਵੀ ਭੀਮ ਹੁਣ ਜਿੰਨੀਆਂ ਕਬੱਡੀਆਂ ਤੇ ਪੁਆਇੰਟ ਲਵੇਗਾ ਆਪਾਂ ਹਰ ਕਬੱਡੀ ਦਾ 100 ਦੇਵਾਂਗੇ। ਵੱਡੇ ਮਾਨ ਸਨਮਾਨ ਹੋਣਗੇ 100-100 ਦੇ ਨੋਟਾਂ ਦੇ ਨਾਲ। ਵੱਖਰੀ ਗੱਲ ਹੈ ਖੇਡ ਮੈਦਾਨ ਦੇ ਵਿੱਚ ਕਿ ਰਾਤੀ ਸੁੱਤੀ ਪਈ ਨੂੰ ਸੀ ਆ ਸੁਪਨਾ, ਤੇ ਸੁਪਨੇ ਵਿੱਚ ਨਾ ਤੂੰ ਗਿਆ ਕਿਸੇ ਕੋਲੋਂ ਫੜਿਆ, ਉਹ ਧਰਤੀ ਪਿੰਡ ਖੋਸਾ ਰਣਧੀਰ ਦੀ ਤੇ ਨੋਟਾਂ ਦਾ ਸੀ ਤੇਰੇ ਉੱਤੇ ਮੀਂਹ ਵਰਿਆ, ਸੁਪਨੇ ਤੂੰ ਕਰਕੇ ਦਿਖਾ ਦੇ ਸੱਚ ਵੇ, ਬਦਲੂ ਤਕਦੀਰ ਸਿੱਧਾ ਗੇੜ ਬਣ ਜਾ, ਕੁੱਖੋਂ ਜਾਇ ਤਾਈ ਮਾਂ ਆਖਦੀ ਕਿ ਪੁੱਤਾ ਬਸ ਕੌਡੀ ਦਾ ਪਲੇਅਰ ਬਣ ਜਾ, ਕੁੱਖੋਂ ਜਾਇ ਤਾਈ ਮਾਂ ਆਖਦੀ ਕਿ ਪੁੱਤਾ ਬਸ ਕੌਡੀ ਦਾ ਪਲੇਅਰ ਬਣ ਜਾ। ਹੈਲੋ, ਔਰ ਨਾਲ ਹੀ ਮੈਂ ਬੇਨਤੀ ਕਰਦਾ ਹਰਦੀਪ ਸਿੰਘ ਫਿੱਡੂ ਮਾਨੂੰ ਕਹਿੰਦੇ ਮਨਪ੍ਰੀਤ ਵੱਲੋਂ ਭੀਮ ਲਈ 100 ਰੁਪਇਆ। ਹਰਦੀਪ ਸਿੰਘ ਫਿੱਡੂ ਜਿੱਥੇ ਵੀ ਨੇੜੇ ਤੇੜੇ ਵਾਸ ਹੁੰਦਾ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਵੇ, ਕਿਉਂਕਿ 21,000 ਰੁਪਏ ਨਾਲ ਉਹਦੇ ਮਾਨ ਸਨਮਾਨ ਹੋਣੇ ਆ। ਇੰਗਲੈਂਡ ਨਿਵਾਸੀ ਮੇਰੇ ਵੀਰਾਂ ਨੇ ਕਰਨੇ ਆ, ਉਹਨਾਂ ਵੱਲੋਂ ਇਕਬਾਲ ਸਿੰਘ ਰੈਂਪੀ ਜਿਹੜੇ ਮੈਂਬਰ ਆ ਸਾਡੇ ਪਿੰਡ ਦੇ, ਉਹ ਮਾਨ ਸਨਮਾਨ ਦੇਣਗੇ 21,000 ਰੁਪਏ ਦੇ। ਹਰਦੀਪ ਸਿੰਘ ਫਿੱਡੂ ਬੇਨਤੀ ਕਰਦੇ ਗਰਾਊਂਡ ਦੇ ਵਿੱਚ ਆ ਜੇ ਫਟਾਫਟ। ਲਓ ਇੱਧਰ ਇਸੇ ਨਾਲ ਹੀ ਮੁਕਾਬਲਾ ਜਿਹੜਾ ਸਮਾਪਤ ਹੈ। ਇਸ ਚੱਲਦੇ ਹੋਏ ਮੁਕਾਬਲੇ ਦਾ ਜਿਹੜਾ ਲੇਖਾ ਜੋਖਾ ਹੈ, ਇੱਧਰ ਭੀਮ ਨੂੰ ਬੇਨਤੀ ਹੈ ਵੀ ਆਪਣਾ ਇਨਾਮ ਲੈ ਜੇ। ਇੱਧਰ ਭਿੰਡਰਾਂ ਦੇ ਪੁਆਇੰਟ ਜਿਹੜੇ 9 ਹੈ, ਨੱਥੋਕਿਆਂ ਦੇ 12.5 ਪੁਆਇੰਟ ਹੈ। ਨੱਥੋਕਿਆਂ ਦੀ ਟੀਮ ਜਿੱਤ ਗਈ ਹੈ ਦਰਸ਼ਕ ਵੀਰੋ ਇਸ ਚੱਲਦੇ ਹੋਏ ਮੁਕਾਬਲੇ ਦੇ ਵਿੱਚੋਂ। ਨੱਥੋਕਿਆਂ ਦੀ ਟੀਮ ਆਪਣਾ ਇਨਾਮ ਲੈ ਜੇ, ਨਾਲ ਹੀ ਭੀਮ ਵੀ ਆਪਣਾ ਇਨਾਮ ਲੈ ਜੇ। ਆਓ ਹੁਣ ਗਗੜਾ ਵਾਰਸੀ ਜੀ ਖੋਸੇ ਰਣਧੀਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰਨ। ਗਗੜਾ ਵਾਰਸੀ ਜੀ ਖੋਸਾ ਰਣਧੀਰ ਦੀਆਂ ਟੀਮਾਂ, ਨੱਥੋਕੇ ਦੀ ਟੀਮ ਦੇ ਪਲੇਅਰ ਆਪਣੇ ਪੈਸੇ ਲੈ ਜਾਣ। ਨੱਥੋਕਿਆਂ ਦੀ ਟੀਮ ਨੂੰ ਬੇਨਤੀ ਹੈ, ਨਾਲ ਹੀ ਭੀਮ ਆਪਣੇ ਪੈਸੇ ਲੈ ਜਾਵੇ। ਭੀਮ ਸਾਡਾ ਵੀਰ ਹੈ, ਉਹ ਆਪਣੇ ਪੈਸੇ ਲੈ ਜਾਵੇ, ਨਾਲ ਹੀ ਗੇਜੀ ਕਪੂਰੇ ਗੇਜੀ ਵੀ ਆਪਣੇ ਪੈਸੇ ਲੈ ਜਾਵੇ। ਭੀਮ ਨੂੰ ਬੇਨਤੀ ਹੈ ਵੀ ਉਹ ਨਾਲ ਉਹਦਾ ਮਾਨ ਸਨਮਾਨ ਵੀ ਕੀਤਾ ਜਾਣਾ। ਭੀਮ ਕਹਿੰਦੇ ਵੀ ਦੁਨੀਆ ਦਾ ਸਿਰੇ ਦਾ ਪਲੇਅਰ ਹੈ, ਉਹਦਾ ਮਾਨ ਸਨਮਾਨ ਕੀਤਾ ਜਾਣਾ। ਜਿਵੇਂ ਬੀਤੇ ਦੀ ਕਹਿੰਦੇ ਵੀ ਫੁੱਲ ਚੜ੍ਹਾਈ ਹੈ, ਉਸੇ ਤਰ੍ਹਾਂ ਕਹਿੰਦੇ ਵੀ ਭੀਮ ਦਾ ਵੀ ਨਾਮ ਵੱਡਾ ਹੈ, ਅੱਜ ਮਾਨ ਸਨਮਾਨ ਵੀ ਕੀਤਾ ਜਾਣਾ। ਜਗਮੀਤ ਸਿੰਘ ਭੀਮ, ਦਰਸ਼ਨ ਸਿੰਘ ਜੀ ਆ ਰਹੇ ਹੈ, ਨਾਲ ਆਪਾਂ ਬੇਨਤੀ ਕਰਾਂਗੇ ਮੱਖਣ ਚੜਿੱਕ ਜੀ, ਔਰ ਤੁਸੀਂ ਆਪਣੇ ਜਿਹੜੇ ਪਤਵੰਤੇ ਸੱਜਣ ਉਹਨਾਂ ਦੇ ਨਾਮ ਅਨਾਊਂਸ ਕਰ ਦਿਓ, ਆਪਾਂ ਮਾਨ ਸਨਮਾਨ ਦੇਵਾਂਗੇ ਇਸ ਦੁਨੀਆ ਦੇ ਮਹਾਨ ਖਿਡਾਰੀ ਨੂੰ। ਨਿਤ ਨਿਤ ਨੀ ਮਾਵਾਂ ਇਹੋ ਜਿਹੇ ਪੁੱਤਾਂ ਨੂੰ ਜਨਮ ਦਿੰਦੀਆਂ ਕਿ ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪੈ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ। ਹੈਲੋ, ਸਾਡੇ ਸਰਪੰਚ ਸਾਹਿਬ ਨਾਲ ਹੀ ਪ੍ਰਧਾਨ ਸਾਹਿਬ ਸਾਡੇ, ਕਿਰਪਾ ਕਰਕੇ ਸਟੇਜ ਤੇ ਅੱਗੇ ਆ ਜਾਣ ਜੀ। ਨਾਲ ਹੀ ਜਗਮੀਤ ਸਿੰਘ ਭੀਮ, ਉਸ ਨੌਜਵਾਨ ਦਾ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਹੋਵੇਗਾ। ਜਗਮੀਤ ਸਿੰਘ ਜੀ ਭੀਮ, ਉਹਦਾ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਹੋਵੇਗਾ। ਆਪਾਂ ਬੇਨਤੀ ਕਰਦੇ ਵੀ ਪਤਵੰਤੇ ਸੱਜਣ ਸਰਦਾਰ ਸੁਰਜੀਤ ਸਿੰਘ ਜੀ DSP ਸਾਹਿਬ, ਸਾਡੇ ਸਤਿਕਾਰਯੋਗ ਦਰਸ਼ਨ ਸਿੰਘ ਜੀ ਹੀਰੋ, ਸਤਪਾਲ ਸਿੰਘ ਜੀ ਡੇਰੀ ਵਾਲੇ, ਸਤਿਕਾਰਯੋਗ ਪਾਲ ਸਿੰਘ ਜੀ, ਬਾਈ ਕੁਲਦੀਪ ਕੀਪੇਉਣੀ, ਜਸਵੀਰ ਸਿੰਘ ਜੀ ਲਾਲੂ ਆੜਤੀਆ, ਨਾਲ ਹੀ ਫਿੱਡੂ ਨੂੰ ਬੇਨਤੀ ਵੀ ਉਹ ਵੀ ਸਾਡਾ ਵੀਰ ਆ ਜਾਵੇ। ਫਿੱਡੂ ਨੂੰ ਬੇਨਤੀ ਹੈ, ਨਾਲ ਸਾਡਾ ਜ਼ਿੰਦਗੀ ਦਾ ਪਰ ਮਿੱਤਰ ਹੈ ਬੰਨੀ ਸਿੱਧੂ, ਕਹਿੰਦੇ ਵੀ ਕਬੱਡੀ ਦਾ ਸ਼ੁਦਾਈ ਹੈ, ਉਸ ਮੇਰੇ ਵੀਰ ਦਾ ਵੀ ਧੰਨਵਾਦ ਹੈ। ਮਾਨ ਸਨਮਾਨ ਜਿਹੜੇ ਬਖਸ਼ੇ ਜਾ ਰਹੇ ਨੇ ਮਾਣੂ ਕੇ ਗਿੱਲਾਂ ਵਾਲੇ ਭੀਮ ਦੇ ਲਈ, ਔਰ ਦੁਬਾਵਾਂ ਨਾਲ ਨੇ, ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ, ਇਸੇ ਤਰ੍ਹਾਂ ਸ਼ਿੰਗਾਰ ਬਣੇ ਰਹਿਣ ਇਹਨਾਂ ਖੇਡ ਮੈਦਾਨਾਂ ਦਾ।
फिडू नूं बेनती भी फिडू साडा वीर आ जावे, हरदीप फिडू नूं बेनती है भी उह आ जावे, फिडू साडा वीर है, हरदीप फिडू अपना मान सावे, बेनती है। गगड़ा ते खोसा रणधीर दीआं टीमां खेड मैदान दे विच आ जाण, गगड़ा ते खोसा रणधीर ये टीमां जल्दी खेड मैदान दे विच आ जाण। नाल हरदीप फिडू नूं बेनती है भी वह भी आवे, हरदीप फिडू साडा वीर है, वह कृपा करके ग्राउंड दे विच आ जावे। हेलो भाई दर्शन हीरो माड़ा स्टेज ते आई भाई, नाल ही साडा वीर गुरपाल ऑस्ट्रेलिया दे विच बैठा, साडा वीर गुरपाल मान सम्मान भेजदा पंजाबी बोलन तो खुश होके, गुरपाल ऑस्ट्रेलिया। नाल मनप्रीत डाले पिंड दा कहिंदे भी दुनिया दा सिरे दा जाफी है, मक्खन चड़िक जी माण महसूस करदे है, आपां विशेष तौर ते धन्नवाद करांगे। मेरी बेनती है जल्दी दे नाल दोनों टीमां भाई जी एक मिनट दा इंतजार है जी, गगड़ा वारसी जी खोसा रणधीर ग्राउंड खाली पिया है, दोनों टीमों नूं काफी बार आवाजा मारती है, मेरे वीर जल्दी ग्राउंड विच आओ यार, गगड़ा वारसी जी खोसा रणधीर दीआं टीमां नूं मेरी बेनती है, क्योंकि दर्शक वीर भी मैच देखण दे लई बड़े उतावले है, मैच भी बड़ा तगड़ा खेडिया जाणा है, दोनों टीमों के प्लेयर साहबानों नूं मेरी बेनती है जल्दी दे नाल आओ, भागपुर गगड़ा वारसी जी मेजबान नगर खोसे रणधीर की टीम, दोनों टीमों नूं बेनती है भी जल्दी दे नाल पुज जाण, दोनों ही टीमां भागपुर गगड़ा वारसी खोसे रणधीर की टीम, आओ मेरे मित्रों मैदाने नित्रो जल्दी दे नाल दोनों ही टीमों नूं मेरी बेनती है भी आओ, एक मिनट का इंतजार है जी दोनों टीमों का, भागपुर गगड़ा वारसी खोसा रणधीर दोनों टीमों का एक मिनट का इंतजार है, और नारे एक बार फिर तो धन्यवाद है सारे साढ़े दानी सजना का, पुजे हुए दर्शक वीर का धन्यवाद किया जाता है जेडे कि सुबह तो साढ़े इस खेड मेले की रौनक के वाधा कर रहे हैं, इस खेड मेले की रौनक को वधाया है, इन्हां वीर का धन्यवाद है जिन्हें भी दर्शक वीर पुजे हुए हैं। इधर साडा वीर बिट्टू डुबई आखदा भी छिंदा जिन्हें भी जफ्फे लावेगा खोसे रणधीर वाला आपां हर एक जफ्फे का एक सौ देवांगे, लो गगड़ा पुज गया, मेरी बेनती है मेजबान पिंड की टीम खोसा रणधीर की टीम जल्दी दे नाल खेड मैदान दे विच पुज जावे, इधर गगड़े की टीम जिहड़ी भागपुर गगड़े की टीम जस वर्गे नौजवान गोलू वर्गे गिंदर वर्गे काके वर्गे कबड्डी के प्रसिद्ध खिडारी खेड मैदान विच पुज चुके हैं, मेरी बेनती है नाल ही आओ मेरे वीर खोसा रणधीर, इधर बलविंदर सिंह कड़ियाल पिंड तो पुजिया होया है, अखा तो मनाखा सिंह है पर अपने आप दे विच इक कला नौजवान बिना देख लो भी रोशनी तो बड़ी वधिया पग जिहड़ी बन के दिखाउंदा जो पंजाबियां दी शान है, यह नौजवान अपनी कला का प्रदर्शन करेगा, तुसीं इहनूं भी जरूर माण प्यार बख्शणा है। और नाल ही साडे वीर मनदीप होणी इंग्लैंड दे विच बैठे है, गुरपाल आस्ट्रेलिया बैठा है, कुलजीत न्यूजीलैंड बैठा है, ते पम्मा मनीला दे विच बैठा है, कहिंदा भी पंजाब लाइव वन दा विशेष तौर ते धन्नवाद कर दो भी जिहड़ा स्वाद आ रहा है, पंजाब लाइव वन दा कहिंदा भी विशेष तौर ते धन्नवाद कर दो, कहिंदे भी तस्वीरां पाणी वांग चल रहीआं ने, पंजाब लाइव वन दा आपां विशेष तौर ते धन्नवाद करदे हैं। नाल यशपाल गुलाटी जी पत्रकार अजीत कोट ईसेगा तो पुजे हुए ने, आपां धन्नवाद करदे हैं। नाल ही साडे सत्कारयोग सरपंच साहब कहिंदे भी जिन्ने भी एनआरआई वीर है साडे, गुरपाल सिंह जी आस्ट्रेलिया, सुखजीवन सिंह जी सोनी कनेडियन, जसविंदर सिंह जी रैंका, अमरजीत सिंह जी कनेडियन, मनजीत सिंह जी स्पेन, सुखमंदर सिंह जी दुबई, हरमेल सिंह जी न्यूजीलैंड, कमलजीत सिंह जी कनेडियन, हरनूर सिंह जी कनेडियन, जोगा सिंह जी स्पेन, प्रीतम सिंह जी कनेडियन, चमकौर सिंह जी यूएसए, इकबाल सिंह जी मनीला, जगतार सिंह जी मनावा भट्ठे वाले, अशोक कुमार गर्ग जी भट्ठे वाले, रजिंदर भट्ठे वाले, इंद्र भट्ठे वाले, और जिन्हें भी साढ़े दानी भीर है सरपंच साहब कहते भी आप विशेष तौर पर इन्हों का धन्यवाद करते हैं, और ऋणी रहेंगे इन्होंने दानी वीर के। नाल ही साढ़े सत्कारयोग गुरप्रीत सिंह जी कनेडा,
हरपाल सिंह जी कनेडा, भुपिंदर सिंह जी कनेडियन, बलदेव सिंह जी यूएसए, करम सिंह जी कनेडियन, लखवीर सिंह जी लखा कनेडियन, हरी सिंह जी कनेडियन, सतनाम सिंह जी दुबई, अंग्रेज सिंह जी दुबई, मुख्तियार सिंह जी यूएसए और नाल ही रूपा वीर जोगे वाले तो जिहड़ा खोसिया रणधीर वालों अज खेड रहा कमेटी वालों इन्हां नूं भी सन्मान जिहड़ा दिता जाएगा। रूपा जोगे वाला जो खोसा रणधीर वालों खेड रहा इन्हूं भी अज कमेटी वालों जिहड़ा मान सन्मान दिता जाएगा। नाली फिडू जिन्ने भी जफे लाऊगा हर एक जफे दे 500 रुपया होगा। गुरप्रीत मान, जगप्रीत, सुरजीत सरा जी साढ़े वीर मुबारकबाद दे रहे जिन्हें भी विदेशों के बैठे हुए ने। मनदीप साडा वीर इंग्लैंड दे विच, कुलजीत न्यूजीलैंड बैठा है, गुरपाल ऑस्ट्रेलिया दे विच बैठा है, ते पम्मा साडा वीर मनीला दे विच बैठा है, नाल बिंदर मनीला, हरदीप मनीला मुबारकबाद दे रहे हैं। कहिंदे वी धन्नवाद करिए पंजाब लाइव वन दा, क्योंकि तस्वीरां जिहड़ियां कहिंदे पाणी दी तरह चलदियां ने। पंजाब लाइव वन दा धन्नवाद किया जा रहा है। मैच बहुत तगड़ा खेडिया जाना है। एक पासे कहिंदे भी जिहड़ी टीम खोसा रणधीर दी टीम है, दूजे पासे गगड़े दी टीम है। कबड्डी दी सन्मान योग शख्सियत सरदार मक्खण सिंह जी चिड़क साहब विशेष तौर पर पुजे हुए ने। आप विशेष तौर पर धन्यवाद करते हैं जी। हाँ आखते हैं कहिंदे भी यह संधली संधली पैड़ा ने किन्ना दिया लगता वह आ गए ने सानू डीकम सी जिन्ना दिया। सरदार रेशम सिंह जी कनेडा सानव, सरदार ठाणा सिंह जी सरपंच कनेडा वाले 500 रुपया बलविंदर कड़ियाल के लिए भेजते हैं, जिहड़ा अखां तों मुड़ाका सिंह है। 500 रुपया इस वीर के लिए भेजते हैं साढ़े रेशम सिंह जी कनेडा सानव, सरदार ठाणा सिंह जी सरपंच कनेडा वाले। लो इस समय मैच जिहड़ा खेड मैदान दे विचकार खेड हेलो हेलो लो इस समय बड़ा तगड़ा मुकाबला इस समय वेखते भी गोलू गगड़े पिंड का वाह नहीं रीसा पॉइंट जिहड़ा इस समय गगड़े की टीम के हिस्से जुड़ता होया। लो देखते भी जोगे वाला पिंड है नौजवान गभरू का, कहिंदे भी इधरले बने नौजवान अगली कबड्डी पाउण दे लई वेखते भी पप्पू जोगे वाली आ खेड मैदान के अंदर कबड्डी पा रहे। इधर साडे पप्पी प्रधान जी आखते भी दोनों ही टीमों के खिडारियों को बेनती है भी प्रेम दे नाल खेडना है, दोनों टीमों को बेनती है। हैलो और नाल ही बचित्र सिंह जी ट्रकां वाले खोसा कोटला वाले 200 रुपया भेज दे जीती टीम के लिए। आप धन्यवाद करते हैं 200 रुपया जीती टीम के लिए। लो हरप्रीत सिंह बंब रौली की धरती का कबड्डी पाउण दे लई वाधा होया खेड मैदान दे विच। चार जाफी एक पासे कहिंदे भी शिंदा
ਛਿੰਦਾ ਜਫਾ ਲਾਵੇ ਤੇ ਬਿੱਟੂ ਡਬਈ ਉਹਨਾਂ ਵੱਲੋਂ ਕੜਿਆਲ ਵਾਲੇ ਕਹਿੰਦੇ ਵੀ ਹੈਲੋ ਲਓ ਇਧਰਲੇ ਬਣੇ ਅੰਕ ਜਿਹੜਾ ਜਾਫੀਆਂ ਦਾ ਹੈ ਕਿਹਦੇ ਵੱਲੋਂ ਜੀ ਕਹਿਲੂ ਵੱਲੋਂ ਇਧਰ ਬੀਤੇ ਦੇ ਲਈ 100 ਰੁਪਏ ਦਾ ਮਾਣ ਪਿਆਰ ਹੈ ਫੜੀ ਵੀ ਨੌਜਵਾਨਾਂ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਕ੍ਰਿਕਟਰ ਖੋਸਿਆਂ ਦਾ ਬੀਤਾ ਬੜਾ ਮਸ਼ਹੂਰ ਵੀ ਖੇਡ ਨੀਨੇ ਦੀ ਤਾਂ ਦੇਖ ਚੜੇ ਦਿਲ ਨੂੰ ਸਰੂਰ ਵੀ ਫੁਰਤੀ ਹੈ ਚੀਤੇ ਜਿਹੀ ਜੁੱਸੇ ਨੇ ਭਲਵਾਨਾਂ ਦੇ ਜ਼ੋਰ ਦਿਖਾਉਂਦੇ ਫਿਰਦੇ ਗੱਭਰੂ ਵਿੱਚ ਮੈਦਾਨਾਂ ਦੇ ਆਹ ਦੇਖਦੇ ਵੀ ਜੱਸੂ ਇਹ ਸਮੇਂ ਕਿ ਪਿੰਡ ਵਿੱਚ ਵੱਜੇ ਸਰਪੰਚਾਂ ਦਾ ਉਹ ਮੁੰਡਾ ਤੇ ਜੱਸੂ ਇਹ ਸੁਣੀਦਾ ਉਹਦਾ ਨਾਂ ਨੀ ਛੱਡਦਾ ਨੀ ਫਿਰ ਉਹ ਗਰਾਊਂਡ ਵਿੱਚ ਜਿਹਦੀ ਫੜ ਲੈਂਦਾ ਧਾਵੀ ਦੀ ਤਬਾਹ ਨੀ ਬਲਦੇਵ ਸਿੰਘ ਜੀ ਕੈਨੇਡੀਅਨ ਉਹਨਾਂ ਵੱਲੋਂ 500 ਰੁਪਇਆ ਬੀਤੇ ਦੇ ਲਈ 100 ਰੁਪਇਆ ਗੁਰਮੂਰ ਸਿੰਘ ਤੇ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਬੀਤੇ ਦੇ ਲਈ ਪੁੱਜਾ ਆਪਾਂ ਧੰਨਵਾਦ ਕਰਦੇ ਹਾਂ ਗਾਗੜ ਵੱਲੋਂ 100 ਰੁਪਇਆ ਜੇ ਫਿੱਡੂ ਜੱਫਾ ਲਾਵੇਗਾ ਇਧਰ ਸਾਡਾ ਵੀਰ ਗੁਰਪ੍ਰੀਤ ਮਾਨ ਹੈ ਨਾਲ ਜਗਪ੍ਰੀਤ ਹੈ ਸੁਰਜੀਤ ਸਰਾਂ ਜੀ ਕਹਿੰਦੇ ਵੀ ਜੇਕਰ ਫਿੱਟੂ ਜੱਫਾ ਲਾਵੇਗਾ ਆਪਾਂ ਇੱਕ ਜੱਫੇ ਦਾ 500 ਦੇਵਾਂਗੇ ਦੇਖਦੇ ਵੀ ਜੋਗੇ ਵਾਲੇ ਪਿੰਡ ਦੇ ਪੱਪੂ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਹੈ ਲਓ ਦੇਖਦੇ ਹਾਂ ਕੌਣ ਗੱਭਰੂ ਜੱਫਾ ਲਾਵੇਗਾ ਗਗੜਾ ਪਿੰਡ ਕਹਿੰਦੇ ਵੀ ਧੰਨੇ ਵਰਗਿਆਂ ਦਾ ਫੌਜੀ ਵਰਗਿਆਂ ਦਾ ਵੱਡੇ ਤਾਰੀ ਦੀਆਂ ਗੱਲਾਂ ਕਦੇ ਭੁੱਟੋ ਦੀਆਂ ਗੱਲਾਂ ਕਦੇ ਛੋਟੇ ਤਾਰੀ ਦੀਆਂ ਗੱਲਾਂ ਹਲਕਾ ਟੱਚ ਹੈ ਔਰ ਦੇਖਦੇ ਵੀ ਜੋਗੇ ਵਾਲੇ ਪਿੰਡ ਦਾ ਪੱਪੂ ਲੱਖਾਂ ਜੀ ਪੁਆਇੰਟ ਇਸ ਸਮੇਂ ਖੋਸੇ ਰਣਧੀਰ ਦੀ ਟੀਮ ਲਈ ਔਰ 100 ਰੁਪਇਆ ਨਿਰਮਲ ਸਿੰਘ ਜੀ ਕਾਲੜਾ ਪੱਤਰਕਾਰ ਸਾਹਿਬ ਬੀਤੇ ਦੇ ਲਈ ਭੇਜਦੇ ਆਪਾਂ ਧੰਨਵਾਦ ਕਰਦੇ ਹਾਂ 100 ਰੁਪਇਆ ਨਿਰਮਲ ਸਿੰਘ ਜੀ ਕਾਲੜਾ ਸਾਹਿਬ ਜੇ ਸੂਬਾ ਸਿੰਘ ਜੀ ਸਾਡੇ ਸੱਦਾ ਸਿੰਘ ਵਾਲੇ ਕਹਿੰਦੇ ਵੀ ਜਿਹੜਾ ਗੋਲੂ ਨੂੰ ਜੱਫਾ ਲਾਵੇਗਾ ਆਪਾਂ 200 ਦੇਵਾਂਗੇ ਵਾਹ ਜੇ ਫਿੱਡੂ ਜੱਫਾ ਲਾਵੇਗਾ 100 ਰੁਪਇਆ ਇੱਧਰ ਗਾਗਰ ਵੱਲੋਂ ਲਾਓ ਛਿੰਦਾ ਛਿੰਦਾ 100 ਸਾਡੇ ਪਾਲ ਸਿੰਘ ਜੀ ਵਾਹ ਉਧਰ ਉਹ ਆਖਦੇ ਵੀ 100 ਆਪਾਂ ਦੇਵਾਂਗੇ ਲੈ ਵੀ ਅਮਰੀਕ ਕਰੀ ਗੱਲ ਖੋਸਿਆਂ ਵਾਲੇ ਗੱਭਰੂ ਦੀ ਲਓ ਸਾਹਮਣੇ ਕਹਿੰਦੇ ਵੀ ਖੋਸਾ ਰਣਧੀਰ ਵਾਲੇ ਬੀਤੇ ਵਿੱਚ ਮੱਖਣ ਚਿੜਕ ਨੇ ਕਬੱਡੀ ਤੁੰਨ ਤੁੰਨ ਭਰਤੀ ਤੇ ਖੋਸਾ ਰਣਧੀਰ ਵਾਲੇ ਮੁੰਡੇ ਨੇ ਕਮਾਲ ਕਰਤੀ ਕਬੱਡੀ ਕਹਿੰਦੇ ਵੀ ਮੱਖਣ ਚਿੜਕ ਨੇ ਤੁੰਨ ਤੁੰਨ ਕੇ ਭਰਤੀ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਕਹਿੰਦੇ ਵੀ ਮੱਖਣ ਚਿੜਕ ਨੇ ਕਬੱਡੀ ਦੀਆਂ ਬਰੀਕੀਆਂ ਸਿਖਾ ਦੀਆਂ ਤੇ ਖੋਸਾ ਰਣਧੀਰ ਵਾਲੇ ਬੀਤੇ ਨੇ ਦੁਨੀਆਂ 'ਚ ਧੁੰਮਾਂ ਪਾ ਦੀਆਂ ਦੁਨੀਆਂ 'ਚ ਧੁੰਮਾਂ ਪਾ ਦੀਆਂ ਕਹਿੰਦੇ ਵੀ ਗਜ ਚੌੜੀ ਛਾਤੀ ਹੋ ਜਾਂਦੀ ਉਹਨਾਂ ਮਹਾਨ ਕੋਚਾਂ ਦੀ ਜਿਨ੍ਹਾਂ ਨੇ ਆਪ ਮਿਹਨਤ ਕੀਤੀ ਹੁੰਦੀ ਹੈ ਆਪ ਹੀਰੇ ਤਰਾਸ਼ੇ ਹੁੰਦੇ ਨੇ ਲਓ ਸਾਹਮਣੇ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਨਾਲ ਹੀ ਜੇ ਫਿੱਡੂ ਜੱਫਾ ਲਾਵੇਗਾ ਤੇ ਗਾਗੜ ਕਹਿੰਦਾ ਵੀ ਆਪਾਂ 100 ਰੁਪਇਆ ਦੇਵਾਂਗੇ ਜੇ ਫਿੱਡੂ ਜੱਫਾ ਲਾਵੇਗਾ 4 ਜਾਫੀ 2 ਨੰਬਰ ਤੇ ਗਗੜੇ ਪਿੰਡ ਦਾ ਬਿੱਲਾ ਲਓ ਸਾਹਮਣੇ ਬੋੜੇ ਦੀ ਬਹੁਤ ਸੋਹਣੀ ਕੀਤੀ ਹੋਈ ਕੋਸ਼ਿਸ਼ ਤੇ ਨੌਜਵਾਨ ਹਰਪ੍ਰੀਤ ਸਿੰਘ ਬੰਬ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਸੋਨੀ ਕੈਨੇਡਾ ਵੱਲੋਂ ਦੋਨੇ ਟੀਮਾਂ ਦੇ ਲਈ 500 ਰੁਪਇਆ ਸੋਨੀ ਕੈਨੇਡਾ ਵੱਲੋਂ ਦੋਨੇ ਟੀਮਾਂ ਦੇ ਲਈ 500 ਰੁਪਇਆ ਚੱਲ ਵੀ ਵਾਹ ਵੀ ਨੌਜਵਾਨਾਂ ਕਬੱਡੀ ਇਧਰਲੇ ਬੰਨੇ ਵੇਖਦੇ ਆ ਜੋਗੇ ਵਾਲੀ ਆ ਪੱਪੂ ਦੇਖਦੇ ਵੀ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਸ ਸਮੇਂ ਖੋਸਾ ਰਣਧੀਰ ਦੀ ਟੀਮ ਦੇ ਵੱਲੋਂ ਨੌਜਵਾਨ ਵੱਧ ਕੇ ਕਬੱਡੀ ਪਾ ਰਿਹਾ ਹੈ ਪਰ ਦੇਖਦੇ ਵੀ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਅਗਲੀ ਕਬੱਡੀ ਦੇਖਦੇ ਵੀ ਇੱਧਰ ਨੌਜਵਾਨ ਗੱਭਰੂ ਕਹਿੰਦੇ ਗੱਜ ਦੀ ਚੌੜੀ ਛਾਤੀ ਹੈ ਲੰਮਾ ਸਮਾਂ ਮੱਖਣ ਚਿੜਕ ਦੀ ਟੀਮ ਲਈ ਖੇਡਿਆ ਗਗੜੇ ਪਿੰਡ ਦਾ ਜੱਸ ਦੇਖਦੇ ਵੀ ਇਸ ਸਮੇਂ ਗੋਰੇ ਨਿਛੋਰੇ ਰੰਗ ਦੇ ਵਿੱਚ ਵੱਧ ਕੇ ਕਬੱਡੀ ਪਾ ਰਿਹਾ ਹੈ ਲਓ ਇੱਧਰ ਦੇਖਦੇ ਪਾਈ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਇੱਧਰ ਛਿੰਦੇ ਦੇ ਜੱਫੇ ਦੇ ਪਾਲਾ ਜੀ ਸਾਡੇ ਸਤਿਕਾਰਯੋਗ ਵੀਰ ਆਖਦੇ ਵੀ 100 ਹੋਵੇਗਾ ਲੈ ਵੀ ਫਿੱਡੂ ਪਰ ਨਹੀਂ ਇੱਕ ਪਾਸੇ ਵੇਖਦੇ ਵੀ ਬਿੱਲਾ ਗਗੜੇ ਪਿੰਡ ਦਾ ਪਰ ਵੇਖਦੇ ਵੀ ਇੱਧਰ ਮੱਧੋਕੇ ਪਿੰਡ ਦਾ ਅਖਬਾਰ ਹੈ ਆਪਣੇ ਸਮੇਂ ਦਾ ਪ੍ਰਸਿੱਧ ਗੁੱਟ ਦਾ ਫੜਾਕ ਹੈ ਨੌਜਵਾਨ ਫੈਸਲਾ ਕਰਦਾ ਵੀ ਪੁਆਇੰਟ ਜਿਹੜਾ ਗਗੜੇ ਦੇ ਜੱਸ ਦਾ ਲਓ ਅਗਲੀ ਕਬੱਡੀ ਨੌਜਵਾਨ ਬੀਤਾ ਖੋਸਿਆਂ ਦੀ ਧਰਤੀ ਦਾ ਅਗਲੇਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਲਓ ਦੇਖਦੇ ਵੀ ਸਾਹਮਣੇ ਖੋਸਾ ਰਣਧੀਰ ਵਾਲਾ ਬੀਤਾ ਨੌਜਵਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ 4 ਜਾਫੀ ਇੱਕ ਪਾਸੇ ਕਹਿੰਦੇ ਵੀ ਲੰਡੇ ਕੇ ਪਿੰਡ ਵਾਲਾ ਨਿੱਕਾ ਹੈ ਨਾਲ ਕਹਿੰਦੇ ਵੀ 2 ਨੰਬਰ ਤੇ ਪੁੱਤ ਸਰਪੰਚਾਂ ਦਾ ਜੱਸੂ ਹੈ ਨਾਲ ਕਾਕਾ ਗਗੜੇ ਪਿੰਡ ਦਾ ਲਓ ਸਾਹਮਣੇ ਦੇਖਦੇ ਵੀ ਨੌਜਵਾਨ ਜੱਸੂ ਕਰਦਾ ਕੋਸ਼ਿਸ਼ ਪਰ ਗੁਰਮੁਖ ਸਿੰਘ ਸੋਢੀ ਵਾਲੇ ਪਿੰਡ ਦਾ ਇਸ਼ਾਰਾ ਕਰਦਾ ਹੋਇਆ ਵੀ ਪੁਆਇੰਟ ਖੋਸਾ ਰਣਧੀਰ ਦੀ ਟੀਮ ਦੇ ਹਿੱਸੇ ਗੋਲੂ ਨੂੰ ਜਿਹੜਾ ਜੱਫਾ ਲਾਵੇਗਾ ਗਾਗੜ ਕਹਿੰਦਾ ਵੀ ਆਪਾਂ 100 ਰੁਪਇਆ ਦੇਵਾਂਗੇ ਗੋਲੂ ਨੂੰ ਜਿਹੜਾ ਜੱਫਾ ਲਾਵੇਗਾ ਗਾਗੜ ਕਹਿੰਦਾ ਵੀ ਆਪਾਂ 100 ਰੁਪਇਆ ਦੇਵਾਂਗੇ ਲਓ ਸਾਹਮਣੇ 4 ਜਾਫੀ ਹੈ
एक पासे कहंदे भी शिंदा खोसा रणधीर दी धरती दा नाल बिल्ला गगड़े पिंड दा है दो नंबर दे फिड्डू है विचकार कहंदे भी बोड़ा नौजवान है खोसा रणधीर दी धरती दा लो सामने कोशिश बहुत सोहनी कीती हुई है और पॉइंट रेडर दे हिस्से जुड़दा होया गगड़े वाले गोलू दे उसे बहुत सोहने पॉइंट दा वाधा हुंदा होया खेड मैदान दे विच पप्पू जोगे वाली आ सामने कहंदे भी पप्पू जोगे वाले दी धरती दा अगली कबड्डी पाउंदा होया नौजवान खेड मैदान दे विच लो सामने देखते भी माता कश्मीर कौर दी अखां ना तारा ते इहदे फादर साहब दे कहंदे भी ट्राले चलदे आ दुबई दे विच सरदार अमरीक सिंह संधू दे सपुत्र दी कबड्डी है हुण चार जाफी है गगड़े पिंड दा कहंदे भी काका नौजवान लो सामने देखांगे भी हुण किहो जिहा स्वाद आवेगा वाह सोहणी है नहरी सैम पप्पू जोगे वाला पिंड कहंदे भी पूरी दुनिया भर दे विच मशहूर है लोहारे दे कबड्डी कप दा भी उत्तम रेडर है 100 रुपया अजमेर सिंह जी 100 रुपया गुरमेल सिंह जी बलदेव सिंह जी गुरमेल सिंह जी उन्हां वल्लों बीते दे लई 100-100 रुपया लो इधरले बने पॉइंट जिहड़ा रेडर दे हिस्से जुड़दा होया है चल भी जवाना भावी कबड्डी नाल ही 70 किलो दे फाइनल वालियां टीमां नूं भी मेरी बेनती है टीमां जिहड़ियां ग्राउंड दे नेड़े आ जाण 70 किलो भार दे थल्ले के वर्सी जी कड़ियाल दीआं टीमां चल भी नौजवाना भावी कबड्डी इस समय देखदे भी नौजवान ਬੀਤਾ ਖੋਸੇ ਰਣਧੀਰ ਪਿੰਡ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾ ਰਿਹਾ ਹੈ ਇਧਰ ਮੱਖਣ ਡੀਪੀ ਜੀ ਪੁੱਜੇ ਹੋਏ ਨੇ ਵਿਸ਼ੇਸ਼ ਤੌਰ ਤੇ ਦੇਖਦੇ ਵੀ ਭਾਈ ਹੀ ਕਬੱਡੀ ਹੈ ਨੌਜਵਾਨ ਗੱਭਰੂ ਦੀ ਇਸ ਸਮੇਂ ਬੀਤਾ ਪਰ ਦੂਸਰੇ ਪਾਸੇ ਕੌਣ ਹੈ ਇਹ ਕੇਂਦਰ ਹੈ ਗਗੜੇ ਪਿੰਡ ਦਾ ਨੌਜਵਾਨ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਗਗੜੇ ਦੇ ਜੱਸਦੀ ਹੈ ਦੇਖਦੇ ਗੱਜ ਦੀ ਚੌੜੀ ਛਾਤੀ ਹੈ ਗੋਰਾ ਨਿਛੋਲਾ ਰੰਗ ਹੈ ਔਰ ਦੇਖਦੇ ਵੀ ਇਧਰਲੇ ਆਪਣੇ ਮੋਢੇ ਉੱਤੇ ਸ਼ੇਰ ਬੁੱਕਦਾ ਪਾਟੀ ਉੱਤੇ ਮੋਰ ਨੱਚਦਾ ਪਾਉਂਦਾ ਇੱਕ ਵੱਡੀ ਬੱਲੀਏ ਮੁੰਡਾ ਹੈ ਸ਼ਕੀਨ ਜੱਟ ਦਾ ਲਓ ਇਧਰਲੇ ਬਣੇ ਵੇਖਦੇ ਵੀ ਗਗੜਾ ਪਿੰਡ ਇਸ ਗੱਭਰੂ ਦਾ ਵੀ ਵਾਹ ਬਿੱਲਾ ਪੁਆਇੰਟ ਜਿਹੜਾ ਨੌਜਵਾਨ ਇਸ ਸਮੇਂ ਜੱਸ ਦੇ ਹਿੱਸੇ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨ ਹੈ ਭਾਵੀ ਕਬੱਡੀ ਜੋਗੇ ਵਾਲੀ ਆ ਪੱਪੂ ਦੇਖਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਵਾਧਾ ਹੋਇਆ ਲਓ ਸਾਹਮਣੇ ਦੇਖਦੇ ਵੀ ਜੋਗੇ ਵਾਲੇ ਪਿੰਡ ਦਾ ਪੱਪੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਨੌਜਵਾਨ ਜੋਗੇ ਵਾਲੇ ਪਿੰਡ ਦੇ ਕਹਿੰਦੇ ਵੀ ਪੱਪੂ ਦੀ ਪਾਈ ਹੋਈ ਕਬੱਡੀ ਔਰ ਲੱਗਾ ਹਲਕਾ ਟੱਚ ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਸੇਵਕ ਸਿੰਘ ਜੀ ਨੈਸਲੇ ਖੋਸਾ ਕੋਟਲਾ ਵਾਲੇ ਉਹਨਾਂ ਵੱਲੋਂ ਪੂਰਾ 2100 ਰੁਪਇਆ ਕਲੱਬ ਦੇ ਲਈ ਮੈਕਸ ਅਦਾ ਪੁੱਜੀ ਹੈ ਗੁਰਸੇਵਕ ਸਿੰਘ ਜੀ ਨੈਸਲੇ ਖੋਸਾ ਕੋਟਲਾ ਵਾਲੇ ਵੱਡੇ ਮਾਣ ਸਨਮਾਨ ਪੁੱਜੇ ਨੇ ਜੇ ਸ਼ਿੰਦਾ ਜੱਫਾ ਲਾਵੇ ਤੇ ਗਾਗੜ ਕਹਿੰਦਾ ਵੀ ਆਪਾਂ 100 ਰੁਪਇਆ ਦੇਵਾਂਗੇ ਜੇ ਸ਼ਿੰਦਾ ਜੱਫਾ ਲਾਵੇ ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਹਰਪ੍ਰੀਤ ਸਿੰਘ ਰੌਲੀ ਬੰਬ ਦੀ ਬੰਬ ਕਬੱਡੀ ਪਾਉਂਦਾ ਹੋਇਆ ਗਗੜੇ ਪਿੰਡ ਦਾ ਬਿੱਲਾ ਕਰਦਾ ਕੋਸ਼ਿਸ਼ ਪਰ ਪੁਆਇੰਟ ਜੋ ਹੈ ਰੇਡਰ ਦੇ ਹਿੱਸੇ ਮੂਵ ਸਪਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਇੱਧਰ ਥੋੜੀ ਸੱਟ ਲੱਗੀ ਹੈ ਕਬੱਡੀ ਖਿਡਾਰੀ ਦੇ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਵੀ ਜਿੱਦਾਂ ਇਹ ਹੱਸਦੇ ਖੇਡਦੇ ਗਰਾਊਂਡਾਂ ਵਿੱਚ ਆਉਂਦੇ ਆਪਣੇ ਘਰਾਂ ਨੂੰ ਵੀ ਹੱਸਦੇ ਖੇਡਦੇ ਵਰਤਣ 70 ਕਿਲੋ ਭਾਰ ਦੇ ਫਾਈਨਲ ਮੈਚ ਦੀ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਆ ਜਾਣ ਕਬੱਡੀ 70 ਕਿਲੋ ਭਾਰ ਦੀਆਂ ਫਾਈਨਲ ਮੁਕਾਬਲੇ ਦੀਆਂ ਕੜਿਆਲ ਤੇ ਧੱਲੇਕੇ ਦੀਆਂ ਟੀਮਾਂ ਕੜਿਆਲ ਵਰਸੀ ਜੇ ਧੱਲੇਕੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਇਹ ਟੀਮਾਂ ਵੀ ਗਰਾਊਂਡ ਦੇ ਨੇੜੇ ਆ ਜਾਣ ਮੂਵ ਸਪਰੇ ਇੱਕ ਵਾਰੀ ਫਿਰ ਤੋਂ ਬੇਨਤੀ ਹੈ ਵੀ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਮੂਵ ਸਪਰੇ ਜਿਹੜੇ ਸਾਡੇ ਸੱਜਣਾ ਕੋਲੇ ਹੈ ਹੈਲੋ ਕਬੱਡੀ 70 ਕਿਲੋ ਭਾਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਕਬੱਡੀ 70 ਕਿਲੋ ਭਾਰ ਦੀਆਂ 70 ਕਿਲੋ ਭਾਰ ਦੀਆਂ ਧੱਲੇਕੇ ਤੇ ਕੜਿਆਲ ਦੀਆਂ ਟੀਮਾਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਇਸ ਮੁਕਾਬਲੇ ਦੇ ਚੱਲਦੇ ਚੱਲਦੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ ਇੱਧਰ ਥੋੜ੍ਹੀ ਸੱਟ ਲੱਗੀ ਪਲੇਅਰ ਦੇ ਵਾਹਿਗੁਰੂ ਮਿਹਰ ਕਰੇ
70 किलो भार दी टीमां नूं एक बार फिर तो बेनती है, नाल ही जिन्हें भी दर्शक वीर पुजे हुए है सारे सत्कारयोग सज्जणां दा असीं इत्थे पुजण ते समुचे नगर वालों ग्राम पंचायत वालों बाबा रणधीर स्पोर्ट्स क्लब की तरफों टूरनामेंट प्रबंधक कमेटी की तरफों सारे आए हुए सज्जणां दा धन्नवाद किया जाता है। जिन्हें भी सज्जण साढ़े दूर दराडे तो पुजे है सारे वीर जी आए आख्या जाता धन्नवाद किया जाता है भी तुसीं अपने निजी कामकारां नूं छड्दे हुए इस खेड मेले की रौनक दे विच वाधा किया है। सारे सज्जणां दा कोटन कोट धन्नवाद है। नाल ही बेनती है कबड्डी 70 किलो भार दीआं दोनों ही टीमां जिहड़ियां जल्दी दे नाल खेड मैदान के नेड़े आ जाण। कबड्डी 70 किलो भार दीआं थल्ले के वर्सी कड़ियाल दीआं टीमां दा फाइनल मैच खेडिया जाएगा। थल्ले के वर्सी कड़ियाल दीआं टीमां नाल ही आप सब नूं सद्दे है 25 तरीक बरनाले के खेड मेले की 26 डब वाली दे लागे पथराले की है 29 तरीक सुखानंद की है 30 तरीक कहिंदे कल कलां दी है 31 कोरे वाले दी है 2 तरीक लंडे कहिंदी है 7 तरीक जिहड़ी थल्ले कहिंदे खेड मेले दीआं तरीकां है 14 तरीक मोगे दे कबड्डी टूरनामेंट दी है। लाओ बलजीत सिंह नौजवान देखदे वी सरदार दर्शन सिंह दा सपुत्र इस समय कबड्डी भा रहा है खेड मैदान के अंदर इस समय पाई हुई कबड्डी है। देखदे वी नौजवान बीता खोसिया की धरती का गभरू कबड्डी पाउंदा है मक्खन डीपी का सखांदरू इस समय कीता हल्का जिहा टच दे पॉइंट जिहड़ा इस समय अपनी टीम के हिस्से जोड़ता है। और नाल ही असीं धन्नवाद करदे आ साडे वीर खोसे रणधीर वाले मास्टर अमरजीत सिंह जी वड्डे आदर सत्कार भेजदे आ पंजाबी बोलों ते खुश होके मास्टर अमरजीत सिंह जी थल्ले गया वाले आपां धन्नवाद करदे आ। सूबा सिंह जी साडे सद्दा सिंह वाले वाले कहिंदे वी 500 रुपया जिहड़ा गोलू नूं जफ्फा मारेगा 500 रुपया साडे सूबा सिंह जी सद्दा सिंह वाला पिंड है कैलगरी दे विच रहिंदे आ पर इस समय वेखदे वी गगड़े पिंड दा बिल्ला कोशिश करदा है कि घर दा जोगी जोग नहीं हुंदा बाहरला सिद्ध कहाउंदा कामयाबियां देख जमाना किथे सुख मनाउंदा लंघियाणियां योधिया चोभा लाउंदे थकदे नहीं जद फिर गुड्डी चढ़जे अंबरी लोक सलाउंदे थकदे नहीं। लाओ सलाउता हुंदी कबड्डी दे खिडारियां दी इस समय जोगे वाले पिंड दा पप्पू मेरे पंजाबी वीरो खेड मैदान दे विच वध चुके गल करेगा खोसे कोटले पिंड दा अमरीक सिंह। लाओ सामने देखदे वी पप्पू नौजवान की पाई हुई कबड्डी कहिंदे भी पंजाब दे कबड्डी कपां दे मक्खण धालीवाल की टीम दे लई मेरी पीरी अमेरिका की टीम दे लई खेडदा है लोहारे दे कबड्डी कप दा उत्तम धावी है। लो सामने पप्पू जोगे वाले पिंड दा बहुत सोहणे पॉइंट दा वादा करदा होया अपनी टीम दे लई। इहदे नाल ही इह मैच समाप्त है मैच बिल्कुल समाप्त हो चुका है। जिहड़ा दर्शक वीरो पॉइंटां दा लेखा जोखा तुहाडे नाल सांझा करदे आ वी गगड़े दे पॉइंट ने जिहड़े 11 गगड़े दे पॉइंट 11 मेजबान खोसा रणधीर दे 12.5 पॉइंट है और नाल ही मुकाबले विचों खोसा रणधीर दी टीम जित गई है। सोनी कैनेडियन जी सरदार बलदेव सिंह जी कनेडा दे विच बैठे है सोनी कैनेडियन गुरेंद्र पप्पी प्रधान 1000 रुपया खोसा रणधीर दी टीम लई भेजदे है। इधर नाल ही बीता आ जावे नाल ही फिडू इधर बलविंदर सिंह जी करियाल इन्हां ने अपनी कला दा प्रदर्शन कीता है ਤੁਸੀਂ ਇਹਨੂੰ ਵੀ ਜ਼ਰੂਰ ਮਾਣ ਪਿਆਰ ਬਖਸ਼ਣਾ ਅੱਖਾਂ ਤੋਂ ਮਣਾਖਾ ਹੈ। ਥਾਣਾ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਖੋਸਾ ਰਣਧੀਰ ਦੀ ਟੀਮ ਦੇ ਲਈ 500 ਰੁਪਇਆ ਪੁੱਜਾ ਆਪਾਂ ਧੰਨਵਾਦ ਕਰਦੇ ਹਾਂ। ਨਾਲ ਹੀ ਆਪਣੇ ਪੈਸੇ ਲੈ ਜਾਣ ਫਿੱਡੂ ਨੂੰ ਬੇਨਤੀ ਹੈ ਵੀ ਫਿੱਡੂ ਵੀ ਆ ਜਾਵੇ ਫਿੱਡੂ ਨੂੰ ਬੇਨਤੀ ਹੈ ਵੀ ਉਹ ਆਪਣੇ ਮਾਨ ਸਨਮਾਨ ਲੈ ਲਵੇ। ਸਾਡੇ ਕੜਿਆਲ ਵਾਲੇ ਸਤਿਕਾਰਯੋਗ ਵੀਰ 500 ਰੁਪਇਆ ਬੀਤੇ ਦੇ ਲਈ ਭੇਜਦੇ ਹੈ ਗਿੰਦਾ ਗੁਰਵਿੰਦਰ ਸਾਡਾ ਵੀਰ ਖੋਸੇ ਕੋਟਲੇ ਵਾਲਾ ਡੇਰੀ ਵਾਲਾ ਗਿੰਦਾ 1000 ਰੁਪਇਆ ਕਲੱਬ ਦੇ ਲਈ ਮੈਕਸਾ ਦਾ ਭੇਜਦੇ ਹੈ। ਇਧਰ ਗੁਰਪ੍ਰੀਤ ਮਾਨ ਜੀ ਨਾਲ ਜਗਪ੍ਰੀਤ ਸਿੰਘ ਸੁਰਜੀਤ ਸਿੰਘ ਜੀ ਸਰਾਂ 70 ਦਾ ਫਾਈਨਲ ਜਿੱਤਣ ਵਾਲੀ ਟੀਮ ਦੇ ਲਈ ਇਧਰ ਵੱਡੇ ਮਾਨ ਭੇਜਦੇ ਹੈ।
इधर गुरप्रीत सिंह जी मान जगप्रीत सिंह जी सुरजीत सिंह जी सरा इधर खोसे रणधीर दे फिडू दे कहिंदे वड्डे मान बख्शे जा रहे 21000 रुपए दे नाल अज इस पिंड दे खेड मेले दे विच पिंड दे विच सम्मान है नौजवान का मुबारकबाद है जिथे पूरे प्रबंधक सज्जनां नूं अज दे इस कबड्डी टूरनामेंट की कड़ियाल ते ਧੱਲੇ ਕੇ आओ मेरे वीर कबड्डी 70 किलो भार दे फाइनल मैच दी टीमां कड़ियाल ते ਧੱਲੇ ਕੇ इधर नौजवान पुजिया है तलवंडी जले खां तो इन्हें भी अपनी कला का प्रदर्शन करना है इन्हें भी जरूर माण प्यार बख्शियो अज सारे रंग भरे जा रहे हैं खोसे रणधीर के खेड मेले के ਧੱਲੇ ਕੇ ते कड़ियाल दी टीमां मेरी बेनती है मैच जिहड़ा जल्दी दे नाल स्टार्ट करवा दिता जाए कड़ियाल दी टीम मेरी बेनती है जल्दी दे नाल आओ कड़ियाल दी टीम हेलो हेलो ओपन दियां सेमीफाइनल दे मैच दियां टाइयां कढ़न लगे आ ओपन दे सेमीफाइनल मैच दियां टाइयां कढ़न लगे हेलो 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 भाई मेरे वीर जिहड़े ग्राउंड चाओ कृपा करके बाहर हो जाना आप मैच शुरू करवाइए अगला ग्राउंड दे विच जिन्ने भी सज्जन फिरदे असीं बेनती करदे आ सिक्योरिटी वाले मुलाजमान नूं बेनती करदे आ इधर ग्राउंड के सामने भी जिन्ने भी फिरदे आ दर्शक असीं बेनती करदे कृपा करके ग्राउंड खाली किया जाए कृपा करके बन्नी सिद्धू साहब तुसीं माड़ा जिहा करवाओ आप ग्राउंड खाली करवाओ मैच जिहड़े कीते जाण सिक्योरिटी वालिआं नूं भी बेनती करदे आ असीं नाल ही अजमेर सिंह जी पप्पी साडे कनेडा तों गुरपाल सिंह दे चाचा जी ने वह बैठे ने नैट ते जुड़े नाल गुरपाल सिंह जी आस्ट्रेलिया तों बड़े वड्डी देन आ इन्हां दे परिवार दी साडे टूरनामेंट प्रबंधक कमेटी नूं मनदीप सिंह सारे साडे नाल जुड़े हुए ने वह फोन ते फोन करी जांदे आ वी जिहड़ा ग्राउंड दे विच की तुसीं घसमान पाया सो बेनती आ भी ग्राउंड खाली कर दिओ मेरे वीर सिक्योरिटी वालिआं नूं बेनती मेरे वीरां नूं कि ग्राउंड खाली करवा दिओ सुखजीत सिंह जी काका लोहगढ़ थोड़े समय के दरम्यान साढ़े दरम्यान इत्थे पुजन वाले है सुखजीत सिंह जी काका लोहगढ़ इस एरिए दी शान ने और नाल ही इधर साढ़े वीर इकबाल सिंह जी रिंपी मैंबर खोसे कोटले के अमरीक दे लई 500 रुपए के माण प्यार भेजते हैं धन्यवाद करांगे आपां इधरले बने फाइनल मैच है इस समय सतपाल सतपाल वीरे आप पहला पासे आओ सतपाल गुरमीत गांधी थोड़ा जा आप पासे आओ पहला आह जिन्हें कमेंटेटर साढ़े बैठे है इन्होंने को राज पासे कर दो मेरे वीर बेनती है हाथ जोड़ के साढ़े कमेंटेटर जिथे बैठे है ये टेबल दे को राज पासे कर दो सतपाल करवाओ सिक्योरिटी वाले वीर बेनती है ना ही मूव स्प्रे जी खेड मैदान पुजती कर दी जाए मेरी रेफरी साहबान बेनती है मैच जरा जल्दी स्टार्ट करवाया जाए जल्दी क्योंकि बाद दे विच हनेरा भी काफी हो जाता ਧੱਲੇ ਕੇ ते कड़ियाल दी टीमा जी ਧੱਲੇ ਕੇ वारसी जी कड़ियाल दी टीमा नूं मेरी बेनती है भी टीमा जिहड़े अपने सैट ला लैण क्योंकि बाद दे विच हनेरा हो जाता फिर तुसीं रैफरी वीरां दे विच कसूर कढ़ दे हो ये हथ बन के बेनती है भी टीमा जिहड़ियां जिवें असीं कॉल करदे समें नूं ध्यान दे विच रखदे तुसीं ग्राउंड दे विच पुज जाणा है मैच चालू करवाया जाए दर्शकों फिर बेनती करते हैं कृपा करके जिहड़ी साडी बाउंडरी लाइन है ये तो थोड़ा जिहा पासे हो जाओ पिछे हो जाओ जंगले इसे करके लाए सी बड़े सोहने मैच आ जे रहिंदे कमेंटेटर वीरां कोले जिन्ने भी दर्शक खड़े आ मैं बेनती करना फिर थोड़ा जिहा कृपा करके पिछे हो जाओ मेरे वीर थोड़ा जिहा पिछे हो जाओ मेरे भाई उन्हां नूं देखण दिओ मैच शुरू करवा दो कृपा करके नव स्टूडियो नूं बेनती सरपंच साहब कहते भी नव स्टूडियो वाले वीर ग्राउंड के आ जाए नव स्टूडियो
इधर एक छोटा जिहा बच्चा बिल्कुल स्टेज के अगे अपनी कला का प्रदर्शन कर रहा है, तुसी इहनूं भी जरूर माण प्यार बख्शना है। कराओ जी मैच स्टार्ट जल्दी दे नाल, तले के वारसी करियाल दी टीमां दे दरमियान अज दा जिहड़ा फाइनल मैच कबड्डी 70 किलो भार दा। मनप्रीत बलखंडी इधर जीप कोले पहुंच जावे अपनी कोले। मनप्रीत बलखंडी बचत्तर सिंह जी भाई गुरजंट भाई बन के पासे यार, सारिया गल्लां बातां रौला ही सुनी जांदा, कमेंटेटरां दी आवाज ही नहीं सुनदी, थोड़ा जिहा पासे हो जाओ मेरे वीर। टेबल ते समान भी काफी पिया, केबल वाले वीरां दा माड़ा मोटा धक्का वज गया, सारा अपना जगाड़ ही हिल जूगा। बेनती करदे आ बचत्तर सिंह जी, ट्रकां वाले उन्हां वल्लों 100 रुपये जिहड़ा बच्चा मूहरे करतब कर रहा उहदे लई आपां धन्नवाद करदे आ। मनप्रीत बलखंडी तो वो अपनी गड्डी कोले पहुंच जी। इधरले बने मैच जिहड़ा हैलो आ क्लब दी हैलो सैमीफाइनल दी टाइयां निकल चुकियां। पहला मैच राणा क्लब दौदर ते नथो गए, राणा क्लब दौदर ते नथो गए। दूजा मैच खोसा रणधीर ते लंडे, राणा क्लब दौदर ते नथो गए। जल्दी जल्दी कपड़े उतार के ग्राउंड च आ जाण, राणा क्लब दौदर ते नथो गए। नाल ही मेरी बेनती है साडे रेफरी साहिबान कृपा करके लाइनमैन लगन जी आके, जिहड़े वीरां दी ड्यूटी है रेफरी साहिबान ਸਾਡੇ ਜਿਹੜੇ ਵੀਰਾਂ ਦੀ ਡਿਊਟੀ ਹੈ ਆ ਕੇ ਲਾਈਨਮੈਨ ਦੀਆਂ ਡਿਊਟੀਆਂ ਸਾਂਭਣ ਜੀ ਸਾਡੇ ਸਾਰੇ ਵੀਰ, ਸਾਰੇ ਰੈਫਰੀ ਸਾਹਿਬਾਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਸਮੇਂ ਫਾਈਨਲ ਮੁਕਾਬਲਾ ਕਬੱਡੀ 70 ਕਿਲੋ ਭਾਰ ਦਾ ਹੈ। ਇੱਧਰ ਦੇਖਦੇ ਵੀ ਗੁਰਦੁਆਰਾ ਸਾਹਿਬ ਵਾਲੀ ਸਾਈਡ ਟੀਮ ਜਿਹੜੀ ਹੈ ਧੱਲੇ ਕੇ ਪਿੰਡ ਦੀ ਹੈ, ਦੂਸਰੇ ਪਾਸੇ ਟੀਮ ਜਿਹੜੀ ਕੜਿਆਲ ਪਿੰਡ ਦੀ ਹੈ। ਲੈ ਵੀ ਨੌਜਵਾਨ ਪਾਣੀ ਵਾਲੇ ਥੱਲੇ ਬੈਠ ਜੀ ਕਿਰਾ, ਥੋੜ੍ਹਾ ਜਿਹਾ ਫਾਈਨਲ ਮੈਚ ਹੈ ਇਸ ਸਮੇਂ ਪੈਂਦੀ ਹੋਈ ਕਬੱਡੀ, ਪਿੰਡ ਪਿੰਡ ਹੈ ਜੋਤ ਨਾਮ ਹੈ ਨੌਜਵਾਨ ਕਬੱਡੀ ਖਿਡਾਰੀ ਦਾ। ਪਰ ਦੂਸਰੇ ਪਾਸੇ ਵੇਖਦੇ ਵੀ ਜੱਸਾ ਇਸ ਸਮੇਂ ਧੱਲੇ ਕੇ ਪਿੰਡ ਦਾ ਗੱਭਰੂ ਪੂਰੀ ਘਰ ਦਾ ਕੋਸ਼ਿਸ਼ ਖੇਡ ਮੈਦਾਨ ਦੇ ਅੰਦਰ, ਚੱਪਾ ਚੱਪਾ ਚਰਖਾ ਚੱਲੇ ਵਾਲੀ ਗੱਲ ਹੈ, ਉੜਦੀ ਧੂੜ ਪਾਉਂਦੇ ਨੇ ਜੂੜ, ਲੈਂਦੇ ਨੂਰ ਤੇ ਹੰਦੇ ਦੂਰ, ਦੇਖਾਂਗੇ ਸਮਾਂ ਕਿਸ ਦਾ ਸਾਥ ਦਿੰਦਾ ਹੈ। ਲਓ ਅੰਕ ਜਿਹੜਾ ਇਸ ਸਮੇਂ ਪਹਿਲਾ 1.5 ਪੁਆਇੰਟ ਜਿਹੜਾ ਧੱਲੇ ਕੇ ਪਿੰਡ ਦੀ ਟੀਮ ਦਾ ਹੈ। ਚੱਲ ਵੀ ਨੌਜਵਾਨ ਪਾ ਵੀ ਕਬੱਡੀ, ਅਗਲੀ ਕਬੱਡੀ ਸਮੇਂ ਲਓ ਸਾਹਮਣੇ ਹੈਲੋ ਜ਼ਰੂਰੀ ਕੋਈ ਕੰਮ ਹੈ ਸਾਡੇ ਸੱਦਾ ਸਿੰਘ ਵਾਲੇ ਤੋਂ, ਇੱਧਰ ਸਾਡੇ ਸਰਪੰਚ ਸਾਹਿਬ ਯਾਦ ਕਰਦੇ ਨੇ ਸੂਬਾ ਸਿੰਘ ਜੀ, ਸੂਬਾ ਸਿੰਘ ਜੀ ਕਿਰਪਾ ਕਰਕੇ ਸੱਦਾ ਸਿੰਘ ਵਾਲੇ ਤੋਂ ਜਲਦੀ ਆਉਣ ਜੀ। ਇੱਧਰ ਸੁਖਮੰਦਰ ਸਿੰਘ ਜੀ ਜੌਲ ਸਾਹਿਬ ਕਹਿੰਦੇ ਵੀ ਆਪਾਂ ਜੱਸੇ ਦੇ ਲਈ 100 ਰੁਪਏ ਦੇ ਮਾਰ ਪਿਆਰ ਭੇਜਦੇ ਹੈ। ਲਓ ਇਧਰ ਅਗਲੀ ਗੱਲ ਮੇਰਾ ਵੀਰ ਅਮਰੀਕ, ਲਓ ਦੇਖਾਂਗੇ ਵੀ ਸਾਹਮਣੇ ਗੁਰਜੀਤ ਸਿੰਘ ਨੌਜਵਾਨ ਉਸ ਲੀਣੇ ਪਿੰਡ ਦਾ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਅਗਲੀ ਕਬੱਡੀ ਕਹਿੰਦੇ ਵੀ ਅਮਣਾ ਚੰਦਾ ਦੀ ਧਰਤੀ ਦਾ ਕਿ ਪੈਣ ਗਈਆਂ ਕਬੱਡੀਆਂ ਦੇ, ਦੇਖੋ ਅੱਜ ਜੱਗ ਬਈ ਮਾਰ ਮਾਰ ਧੌਲਾ ਪੈੜੇ ਕੱਢਣੇ ਗਏ ਅੱਗ ਬਈ, ਕੌਣ ਕਿੰਨੇ ਪਾਣੀ ਵਿੱਚ ਯਾਰੋ ਪਤਾ ਜਾਣਾ ਲੱਗ ਬਈ, ਕੌਣ ਕਿੰਨੇ ਪਾਣੀ ਵਿੱਚ ਯਾਰੋ ਪਤਾ ਜਾਣਾ ਲੱਗ ਬਈ। ਇਹ ਕਹਿੰਦੇ ਵੀ ਢਲਦੀਆਂ ਸ਼ਾਮਾਂ ਦੇ ਨਾਲ ਫੈਸਲੇ ਹੋਣੇ ਨੇ ਕਿ ਸ਼ਾਮਾਂ ਮਿੱਤਰੋ ਪੈਣ ਨੂੰ ਆਈਆਂ ਤੇ ਕੀ ਨੂੰ। ਪਰ ਮੈਂ ਬੇਨਤੀ ਕਰੂੰਗਾ ਕਲੱਬ ਦੇ ਜਿੰਨੇ ਵੀ ਅਹੁਦੇਦਾਰ ਆ, ਡੀਪੀ ਸਾਹਿਬ ਜਾਣਾ ਉਹਨਾਂ ਦੇ ਰੁਝੇਵੇ ਆ ਕੁਛ ਇਹੋ ਜਿਹੇ, ਤੇ ਆਪਾਂ ਉਹਨਾਂ ਨੂੰ ਸਨਮਾਨ ਚੰਨ ਦੇ ਕੇ। ਉਹਨਾਂ ਨੂੰ ਆਪਾਂ ਸਨਮਾਨ ਚੰਨ ਦੇਣਾ, ਰਮਨਦੀਪ ਸਰਪੰਚ ਸਾਹਿਬ ਜਿੱਥੇ ਹੈਗੇ ਆ ਆ ਜਾਣ, ਰਮਨਦੀਪ ਸਰਪੰਚ ਸਾਹਿਬ, ਗੁਰਮੇਲ ਸਿੰਘ ਜੀ ਆਓ ਇੱਥੇ ਗਰਾਊਂਡ ਦੇ ਵਿੱਚ, ਡੀਪੀ ਸਾਹਿਬ ਨੂੰ ਆਪਾਂ ਸਨਮਾਨ ਚੰਨ ਦੇਣਾ। ਚਲੋ ਜੀ ਚਲੋ ਚਲੋ, ਕੁਲਵੰਤ ਸਿੰਘ ਜੀ ਰਾਣਾ ਕਲੱਬ ਦੌਦਰ ਤੇ ਨੱਥੋ ਕੇ, ਇਹ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਰਾਣਾ ਕਲੱਬ ਦੌਦਰ ਵਰਸਜ ਨੱਥੋ ਕੇ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਹੈਲੋ, ਟੈਕਨੀਕਲ ਕਮੇਟੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਹਨੇ ਵੀ ਸਾਡੇ ਸਤਿਕਾਰਯੋਗ ਵੀਰ ਬਾਗੇ ਹੋਣੀ, ਕੁਲਦੀਪ ਹੋਣੀ, ਕੀਰਤ ਹੋਣੀ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਇਕਬਾਲ ਕਾਲ ਸਾਡੇ ਵੀਰ ਹੈ,
ਨਾਲ ਹੀ ਬਾਈ ਕਰਨਪਾਲ ਕਾਕਾ ਡੇਰੀ ਵਾਲਾ ਆਪਾਂ ਬੇਨਤੀ ਕਰਦੇ ਵੀ ਹੈਲੋ ਡੀ ਪੀ ਸਾਹਿਬ ਦੇ ਨਾਲ ਆਏ ਵੇ ਮਨਪ੍ਰੀਤ ਸਿੰਘ ਡਾਲਾ ਮੀਕਾ ਭੇਖੇ ਵਾਲਾ ਉਹ ਵੀ ਇੱਥੇ ਨੇੜੇ ਆਉਣ ਮਨਪ੍ਰੀਤ ਸਿੰਘ ਡਾਲਾ ਮੀਕਾ ਭੇਖਾ ਮੀਕਾ ਭੇਖਾ ਤੇ ਮਨਪ੍ਰੀਤ ਸਿੰਘ ਡਾਲਾ ਫਟਾਫਟ ਆ ਜਾਓ ਵੀ ਮੇਰੇ ਵੀਰ ਇੱਥੇ ਡੀ ਪੀ ਸਾਹਿਬ ਦੇ ਨਾਲ ਆਏ ਸੀ ਦੋਨੇ ਨੱਥੋਕੇ ਤੇ ਰਾਣਾ ਕਲੱਬ ਦੌਦਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਆਓ ਜੀ ਨੱਥੋਕੇ ਵਾਰਸੀ ਚ ਰਾਣਾ ਕਲੱਬ ਦੌਦਰ ਨੱਥੋਕੇ ਵਾਰਸੀ ਚ ਰਾਣਾ ਕਲੱਬ ਦੌਦਰ ਜਲਦੀ ਆਓ ਜੀ ਮਨਪ੍ਰੀਤ ਡਾਲਾ ਤੇ ਮੀਕਾ ਭੇਖਾ ਉਹ ਵੀ ਦੋਨੇ ਆ ਜਾਣ ਔਰ ਨਾਲ ਹੀ ਸਾਡੇ ਦਰਮਿਆਨ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਰਵਿੰਦਰ ਸਿੰਘ ਜੀ ਜਿਹੜੇ ਐਨੀਮਲ ਡਿਸਪੈਂਸਰੀ ਖੋਸਾ ਕੋਟਲਾ ਸੇਵਾਵਾਂ ਨਿਭਾ ਰਹੇ ਨੇ ਬੜੀਆਂ ਤਕੜੀਆਂ ਸੇਵਾਵਾਂ ਨੇ ਸਾਡੇ ਪਿੰਡਾਂ ਨੂੰ ਇਹਨਾਂ ਦੀ ਬੜੀ ਵੱਡੀ ਦੇਣ ਆ ਅਸੀਂ ਇੱਥੇ ਆਉਣ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਆਖਦੇ ਹਾਂ ਮਨਪ੍ਰੀਤ ਡਾਲਾ ਤੇ ਮੀਕਾ ਭੇਖਾ ਫਟਾਫਟ ਆ ਜਾਓ ਮੇਰੇ ਵੀਰ ਮਨਪ੍ਰੀਤ ਡਾਲਾ ਤੇ ਮੀਕਾ ਭੇਖਾ ਜਿੱਥੇ ਵੀ ਹੈਗੇ ਫਟਾਫਟ ਆ ਜਾਓ